ਸਵਾਗਤ ਹੈ ਇਕ ਵਾਰ ਫਿਰ ਤੋਂ ਤੁਹਾਡਾ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਨਾਲ ਮੇਰੇ ਵੀਰ ਪਰਮੇਰ ਬਾਠੋਰੀ ਹੋਰ ਬਾਤਸਾਪ ਚੜ੍ਹਦੀ ਕਲਾ ਜੀ ਸਤਿ ਸ੍ਰੀ ਅਕਾਲ ਸਾਸਤਰੀ ਕਾਲ ਮਾਰੇ ਸੇਤਾਂ ਕਿਦਾਂ ਸੇਤਾਂ ਬੱਲ ਨੇ ਜੀ ਵਧੀਆ ਕਿੰਨਾ ਨਜ਼ਾਰਾ ਆਇਆ ਨਾ ਮਤਲਬ ਦੋਵੇਂ ਭਰਾ ਜਦੋਂ ਬੈਠੇ ਕਿੱਥੇ ਆਪਣੇ ਹੇਰ ਕਟਰ ਵਾਲੇ ਭਾਈ ਸਾਹਿਬ ਕੋਲੇ ਅੱਛਾ ਨਹੀਂ ਦੇਖੋ ਉਹ ਤਾਂ ਜ਼ਰੂਰੀ ਹੋ ਗਿਆ ਕਿਉਂਕਿ ਕੰਮ ਵਾਧੇ ਬਹੁਤ ਪੈ ਗਿਆ ਸੀ ਨਹੀਂ ਇੱਕ ਤਾਂ ਹੁੰਦਾ ਵਾਧੇ ਪਿਆ ਇਹ ਇੱਕਦਮ ਮਿਲ ਕੇ ਬੰਦੇ ਨੂੰ ਕਹਿਣਾ ਪੈਂਦਾ ਵੀ ਭਾਜੀ ਬਸ ਇਹੀ ਹੋਈ ਬਚਿਆ ਸਾਰਾ ਕੁਝ ਥੋੜਾ ਜਿਹਾ ਸਾਫ ਨਾਲ ਇਹਨੂੰ ਮੜ ਜਾ ਸਾਫ ਸੂਬ ਕੇ ਨਾ ਸਾਫ ਸੂਬ ਕੇ ਜਿਹੇ ਇਤਰਾ ਹੁੰਦਾ ਨਾ ਵੀ ਉਹ ਸਾਰਾ ਤੁਸੀਂ ਮਾੜਾ ਮੋੜ ਸੈੱਟ ਕਰ ਲਓ ਤੇ ਬਹੁਤਾ ਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਚਲੋ ਜਾਣੇ ਜਿੰਨਾਂ ਚਿਰ ਸਾਥ ਹੈ ਇਦਾਂ ਹੀ ਕਰਦੇ ਨੇ ਮੈਂ ਜਾਂਦੀ ਵਾਰ ਦਾ ਹਾਂਜੀ ਹਾਂਜੀ ਨਹੀਂ ਦੇਖੋ ਨਾਲ ਹੀ ਆ ਸਾਂਭ ਕੇ ਹੀ ਆ ਜਿੰਨਾ ਚਿਰ ਸਾਂਭ ਲਈਏ ਉਹਨਾਂ ਚਿਰ ਹੀ ਖਾਦ ਪਾਣੀ ਬਥੇਰਾ ਪਾਇਆ ਪਰ ਗੱਲ ਬਣੀ ਨਹੀਂ ਨਾ ਜੀ ਨਾ ਉਹ ਜਿੱਦਾਂ ਜਿੱਦਾਂ ਹੁਣ ਮੈਨੂੰ ਆਪੜ ਜੀ ਪੈੜੀ ਦੇ ਵਿੱਚ ਕੁਝ ਹੋਣੋਂ हट ਜਾਂਦਾ ਨਾ ਉਹ ਹਾਲਾਤ ਹੋ ਜਾਂਦੇ ਨਹੀਂ ਅਗਲਾ ਵੀ ਸੋਚਦਾ ਸੀ ਪਾਜੀ ਕਿੱਥੋਂ ਘਟਦੇ ਆ ਕਿੱਥੋਂ ਗ੍ਰਹਿਣਦੇ ਆ ਚਲੋ ਜੀ ਇਹ ਸਾਰਾ ਕੁਝ ਤੇ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਤੇ ਆਪਾਂ ਜੇ ਹੁਣ ਗੱਲ ਸ਼ੁਰੂ ਕਰ ਹੀ ਲਈਏ ਇਹ ਵੀ ਬੇਸਿਕਲੀ ਤੰਦਰੁਸਤੀ ਨਾਲ ਜੁੜੀ ਚੀਜ਼ ਆ ਤੰਦਰੁਸਤ ਭਾਵੇਂ ਸਰੀਰ ਹੋਵੇ ਭਾਵੇਂ ਤੰਦਰੁਸਤ ਵਾਲ ਹੋਣ ਜਿਵੇਂ ਮਰਜ਼ੀ ਹੋਵੇ ਪਰ ਉਧਰ ਕਹਿੰਦੇ ਤੰਦਰੁਸਤ ਪੰਜਾਬ ਬਣਾ ਦੇਣਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹਰਾਨ ਲਉ ਕਿਉਂਕਿ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਤੀ ਤੇ ਜਿਸ ਹਿਸਾਬ ਨਾਲ ਉਹਨਾਂ ਨੇ ਪਹਿਲਾਂ ਜਿਉਂ ਸ਼ੁਰੂ ਕਰਕੇ ਵੀ ਪੰਜਾਬੀ ਆ ਪੰਜਾਬੀ ਉਸ ਅਸੀਂ ਆ ਦਿੱਤਾ ਅਸੀਂ ਉਹ ਦਿੱਤਾ ਹੁਣ ਤੇ ਇਹ ਕਹਿੰਦੇ ਖਿਡਾਰੀ ਸਾਡੇ ਕੋਲ ਹੈਗੇ ਇਨਫਰਾਸਟ੍ਰਕਚਰ ਹੈ ਨਹੀਂ ਸੀ ਉਹ ਅਸੀਂ ਹੁਣ ਦੇ ਦੇਣਾ ਤੇ ਹਰੇਕ ਸਾਲ ਇਹ ਖੇਡਾਂ ਹੋਣੀਆਂ ਵੇਖਿਓ ਬਜਾ ਬਜਾ ਹੁੰਦੀ ਉਹ ਤੋਂ ਤੱਕ ਤੇ ਠੀਕ ਸੀ ਪਰ ਜਦੋਂ ਫੇਰ ਬਾਅਦ ਚ ਉਹ ਪੁੱਠੀ ਟੋਪੀ ਪਾ ਕੇ ਤੇ ਟਰੈਕਸੂਟ ਪਾ ਕੇ ਆਏ ਵਾਲੀਬਾਲ ਖੇਡਣ ਹਮ ਹਮ ਉਨੇ ਕਹਿੰਦੇ ਵੀ ਨਵੀਂ ਸ਼ੁਰੂਆਤ ਕਰ ਦਿੱਤੀ ਲਓ ਜੀ ਵੀ ਮੁੱਖ ਮੰਤਰੀ ਸਾਹਿਬ ਨੇ ਆਪ ਮੈਚ ਲਾ ਕੇ ਸ਼ੁਰੂਆਤ ਕੀਤੀ ਖੇਡਾਂ ਦੀ ਦੇਖੋ ਇੱਕ ਗੱਲ ਤਾਂ ਸੰਧਾਲਿਆ ਸਭ ਮੰਨਣੀ ਪਊਗੀ ਕਿ ਜਿਹੜਾ ਛੋਟਾ ਟੂਰਨਾਮੈਂਟ ਹੁੰਦਾ ਨਾ ਕੋਈ ਵੀ ਚਾਹੇ ਪਿੰਡ ਦੇ ਵਿੱਚ ਹੋਵੇ ਪਹਿਲਾਂ ਪਿੰਡਾਂ ਦੇ ਵਿੱਚ ਤਿੰਨ ਜਾਂ ਚਾਰ ਦਿਨਾਂ ਦੇ ਟੂਰਨਾਮੈਂਟ ਹੁੰਦੇ ਸੀ ਉਹਦੇ ਵਿੱਚ 25 ਕਿਲੋ 28 ਕਿਲੋ 32 ਕਿਲੋ 48 ਕਿਲੋ 56 ਕਿਲੋ 68 ਕਿਲੋ 74 ਕਿਲੋ ਤੱਕ ਫਿਰ ਓਪਨ ਕਲੱਬ ਓਪਨ ਮੈਚ ਪਿੰਡ ਪੱਧਰ ਫਿਰ ਉਹਦੇ ਵਿੱਚ ਕਲੱਬਾਂ ਮੜ ਗਈਆਂ ਫਿਰ ਹੌਲੀ-ਹੌਲੀ ਉਹ 28 32 48 ਉਹ ਲੰਘਿਆ ਕੰਮ 70 ਤੋਂ 70 ਦੇ ਮੈਚ ਹੋਣੇ ਫਿਰ ਓਪਨ ਕਬੱਡੀ ਹੁਣ ਇੱਕ ਪਿੰਡ ਪੱਧਰ ਫਿਰ ਕਲੱਬ ਫਿਰ ਉਹ ਪਹਾੜ ਵਾਲੇ ਸਾਰੇ ਮੈਚ ਖਤਮ ਹੋ ਗਏ ਓਪਨ ਪਿੰਡ ਪੱਧਰ ਰਹਿ ਗਈ ਤੇ ਕਲੱਬਾਂ ਰਹਿ ਗਈਆਂ ਹੁਣ ਓਪਨ ਪਿੰਡ ਪੱਧਰ ਵੀ ਖਤਮ ਹੋ ਗਈ ਗੱਲੀਆਂ ਕਲੱਬਾਂ ਰਹਿ ਗਈਆਂ ਹਮ ਹੇਟਲੇ ਪੱਧਰ ਤੇ ਪੀੜੀ ਜਿਹੜੀ ਸੀ ਉਹ ਟ੍ਰੇਨਿੰਗ ਤੋਂ ਬੰਨ ਹੀ ਰਹਿ ਗਈ ਮਹੀਨਾ ਖੇਡਾਂ ਚਲਣੀਆਂ ਇਹ ਬਲਾਕ ਪੱਧਰ ਚਿਲਾ ਪੱਧਰ ਫਿਰ ਸੂਬਾ ਪੱਧਰ ਹਮ ਚੰਗੀ ਗੱਲ ਹੈ ਕਿ ਵੱਧ ਤੋਂ ਵੱਧ ਖਿਡਾਰੀਆਂ ਨੂੰ ਇਹਦੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੂ ਤੇ ਵੱਖ-ਵੱਖ ਉਮਰ ਵਰਗ ਦੇ ਵਿੱਚ ਬਹੁਤ ਵਧੀਆ ਗੱਲ ਹੈ ਚੰਗੇ ਤਰੀਕੇ ਨੇ ਪਰੇ ਚੜ ਲੈਣ ਇਹ ਵੀ ਚੰਗਾ ਹੋਇਆ ਕਿ ਬਾਲੀਆਂ ਬੁੱਲੀਆਂ ਸੋਹਣੀਆਂ ਲਾਈਆਂ ਮੁੱਖ ਮੰਤਰੀ ਹੋਰਾਂ ਨੇ ਜਿਹਦੇ ਤੋਂ ਇਹ ਤਾਂ ਪਤਾ ਲੱਗਦਾ ਕਿ ਆਮ ਪਿੰਡ ਦੇ ਵਿੱਚ ਜਿਹੜਾ ਇੱਕ ਨੈੱਟ ਪਹਿਲਾਂ ਪੈਸੇ ਇਕੱਠੇ ਕਰਕੇ ਲਿਆਉਣਾ ਜਾਂ ਨੈੱਟ ਲਿਆਉਣਾ ਪੈਸੇ ਇਕੱਠੇ ਕਰਕੇ ਫਿਰ ਬਾਲ ਪਾਟ ਗਿਆ ਚਲੋ ਕਰੋ 10 10 20-20 ਰੁਪਏ ਇਕੱਠੇ ਜੇ ਤਾਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਸਾਰੀਆਂ ਚੀਜ਼ਾਂ ਦਾ ਅਹਿਸਾਸ ਹੈ ਕਿ ਅੱਜ ਵੀ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਬਹੁਤੇ ਪਿੰਡਾਂ ਦੇ ਵਿੱਚ ਕੋਈ ਥਾਂ ਨਹੀਂ ਜੇ ਕਿਸੇ ਨੇ ਕਿਹਾ ਤਾਂ ਕਿ ਪਈਆ ਆਪਣਾ ਖਤਾ ਖਾਲੀ ਆ ਕੋਈ ਗੱਲ ਨਹੀਂ ਘਰ ਦੇ ਨਾਲ ਲੱਗਦਾ ਛੱਡ ਦਿੰਨੇ ਆ ਤੁਸੀਂ ਇੱਥੇ ਖੇਡ ਲਿਆ ਕਰੋ ਕਿ ਉੱਥੇ ਉਹ ਜਿਹੜਾ ਨੈੱਟ ਯਾਨੀ ਕਿ ਜਾਲ ਤੇ ਦੂਸਰੇ ਪਾਸੇ ਬਾਲ ਖਰੀਦਣ ਦੇ ਲਈ ਕਿੱਦਾਂ ਪੈਸੇ ਇਕੱਠੇ ਕੀਤੇ ਜਾਂਦੇ ਆ ਜੇ ਉਹਨਾਂ ਚੀਜ਼ਾਂ ਨੂੰ ਅੰਗ-ਸੰਗ ਰੱਖਦੇ ਹੋਏ ਨੀਤੀਆਂ ਬਣਾਉਣਗੇ ਤਾਂ ਐਂ ਲੱਗਦਾ ਕਿ ਚੰਗੀਆਂ ਹੀ ਬਣਾਉਣਗੇ ਪਰ ਜਦੋਂ ਉਹਨਾਂ ਨੇ ਕਿਹਾ ਨਾ ਉਹ ਇੱਕ ਗੱਲ ਉਹਨਾਂ ਦੀ ਵਾਜਬ ਲੱਗੀ ਭਾਸ਼ਣ ਜਦੋਂ ਦਿੰਦੇ ਸੀ ਉਹ ਕਹਿੰਦੇ ਜੀ ਦੇਖੋ ਇੱਕ ਗੱਲ ਤਾਂ ਪੱਕੀ ਹੈ ਪੰਜਾਬ ਦੇ ਖਿਡਾਰੀਆਂ ਨੇ ਕਦੇ ਪਿੱਠ ਨਹੀਂ ਦਿਖਾਈ ਪਰ ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਦੀ ਡਿਊਟੀ ਬਣਦੀ ਸੀ ਕਿ ਉਹਨਾਂ ਖਿਡਾਰੀਆਂ ਨੂੰ ਪਲੇਟਫਾਰਮ ਦੇਣਾ ਤਰਾਸ਼ਣਾ ਟ੍ਰੇਨ ਕਰਨਾ ਅੱਗੇ ਲੈ ਕੇ ਜਾਣਾ ਉਹਨਾਂ ਨੇ ਪਿੱਠ ਦਿਖਾਈ ਹੈ ਹਮ ਨਾਲ ਹੀ ਉਹਨਾਂ ਨੇ ਕਹਤਾ ਕਹਿੰਦੇ ਦੋ ਆਂਡੇ ਤੇ ਇੱਕ ਦੁੱਧ ਦਾ ਗਲਾਸ ਪਲਾ ਕੇ 올림픽 ਤੱਕ ਇਹਨਾਂ ਨੂੰ ਲਿਜਾਣ ਦੀ ਅਸੀਂ ਉਮੀਦ ਹੀ ਕਿਦਾਂ ਕਰ ਸਕਦੇ ਹਾਂ ਬਹੁਤ ਕੁਝ ਹੋਰ ਹੁੰਦਾ ਜਿਹੜਾ ਇੱਕ ਖਿਡਾਰੀ ਲਈ ਲੋੜੀਂਦਾ ਹੈ ਹੁਣ ਚੰਗੀ ਗੱਲ ਹੈ ਜੇ ਮੁੱਖ ਮੰਤਰੀ ਹੋਰਾਂ ਨੂੰ ਇਹ ਗੱਲਾਂ ਪਤਾ ਹੈ ਚੰਗਾ ਹੋਵੇ ਕਿ ਇਮਾਨਦਾਰੀ ਦੇ ਨਾਲ ਇਹਦੇ ਵਿੱਚੋਂ ਖਿਡਾਰੀ ਚੁਣੇ ਜਾਣ ਖੇਡਾਂ ਦੇ ਅੰਤ ਤੋਂ ਬਾਅਦ ਉਹਨਾਂ ਨੂੰ ਟ੍ਰੇਨਡ ਕਰਕੇ ਅੱਗੇ ਤੋਰਿਆ ਜਾਵੇ ਉਹਨਾਂ ਚ ਕੋਈ 올림픽 ਜਾਵੇ ਕੋਈ ਏਸ਼ੀਆ ਖੇਡਾਂ ਚ ਕੋਈ ਕਾਮਨਵੈਲਥ ਦੇ ਕੋਈ ਨੈਸ਼ਨਲ ਟੀਮ ਦੇ ਸਿਲੈਕਟ ਹੋਵੇ ਹੋਰ ਸੰਧਾ ਵਾਲੀ ਸਭ ਚਾਹੀਦਾ ਕੀ ਹੈ ਪਰ ਸ਼ੁਰੂਆਤ ਚੰਗੀ ਹੋਈ ਹੈ ਗੱਲਾਂ ਚੰਗੀਆਂ ਕੀਤੀਆਂ ਅਮਲ ਤੱਕ ਕਿੰਨਾ ਕੱਪੜੀਆਂ ਦੇਖਦੇ ਆਂ ਨਹੀਂ ਗੱਲ ਠੀਕ ਹੈ ਪਰ ਨਾ ਮੁਸ਼ਕਲ ਇਹ ਆ ਵੀ ਜਦੋਂ ਗੱਲ ਮੀਡੀਆ ਚ ਆ ਜਾਂਦੀ ਹੈ ਖਾਸ ਕਰਕੇ ਸੋਸ਼ਲ ਮੀਡੀਆ ਵਾਲੇ ਛੱਜ ਚ ਛੱਟਣੇ ਸ਼ੁਰੂ ਹੋ ਜਾਂਦੀ ਹੈ ਉਦੋਂ ਗੱਲ ਹੋਰ ਪਾਸੇ ਤੁਰ ਪੈਂਦੀ ਦੇਖੋ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੁਰੂਆਤ ਹੋ ਗਈ ਚੰਗੀ ਹੋ ਗਈ ਮੁੱਖ ਮੰਤਰੀ ਸਾਹਿਬ ਖੇਡੇ ਉਹਨਾਂ ਨੇ ਨਾਲ ਹੋਰ ਗੱਲਾਂ ਬਾਤਾਂ ਕੀਤੀਆਂ ਉੱਤੇ ਫੇਰ ਆਉਂਦੇ ਆ ਇੱਕ ਵੈਸੇ ਹੀ ਜੋ ਇੱਕ ਵੱਖਰੀ ਵੱਖਰੀ ਦੁਨੀਆ ਲਾ ਕੇ ਨਹੀਂ ਚੱਲਣ ਲੱਗ ਪੈਂਦੀ ਉਹ ਦੁਨੀਆ ਕਹਿੰਦੀ ਆ ਵੀ ਅੱਛਾ ਲਓ ਜੀ ਇਹ ਤੇ ਮੁੱਖ ਮੰਤਰੀ ਸਾਹਿਬ ਹੋਣੇ ਖੇਡਣ ਲੱਪੇ ਹੁਣ ਜਦੋਂ ਹਾਂ ਗੱਲ ਕਰਦੇ ਤੇ ਉਹ ਕਹਿੰਦੇ ਵੀ ਇਦਾਂ ਕਿਉਂ ਵੀ ਹੋਣੇ ਖੇਡਣ ਚ ਕੀ ਪ੍ਰੋਬਲਮ ਉਹ ਕਹਿੰਦੇ ਇਹਨਾਂ ਤੋਂ ਪਿਛਲੇ ਵੀ ਸਮੇਂ 'ਚ ਇੱਕ ਮੁੱਖ ਮੰਤਰੀ ਸਾਹਿਬ ਸੀਗੇ ਉਹਨਾਂ ਨੇ ਵੀ ਹਾਕੀ ਖੇਡੀ ਚੰਨੀ ਸਾਹਿਬ ਫੁੱਟਬਾਲ ਵੀ ਕਈਆਂ ਨੇ ਖੇਡੇ ਆਹ ਨਹੀਂ ਫੁੱਟਬਾਲ ਵਾਲੇ ਦੀ ਕਹਿੰਦੇ ਉਹ ਸੀ ਜਿਹੜੇ ਜਿਹਨਾਂ ਨੂੰ ਆਸ ਸੀ ਵੀ ਯਾਰ ਮੈਂ ਮੁੱਖ ਮੰਤਰੀ ਬਣ ਜਾਣਾ ਹੁਣ ਹੈਨਾ ਹੁਣ ਜਿਨ੍ਹਾਂ ਨੂੰ ਆਸ ਸੀ ਕਿ ਮੁੱਖ ਮੰਤਰੀ ਬਣ ਜਾਣਾ ਉਹਨਾਂ ਨੇ ਫੁੱਟਬਾਲ ਖੇਡਿਆ ਜਿਹੜੇ ਮੁੱਖ ਮੰਤਰੀ ਸੀ ਤੇਗਾ ਦੋ ਵਾਰ ਦੋ ਥਾਵਾਂ ਤੋਂ ਇਲੈਕਸ਼ਨ ਲੜ ਕੇ ਦੂਜੀ ਵਾਰ ਮੁੱਖ ਮੰਤਰੀ ਬਣਨ ਦੇ ਚਾਹਵਾਨ ਸੀਗੇ ਉਹਨਾਂ ਨੇ ਹਾਕੀ ਖੇਡੀ ਉਹ ਕਹਿੰਦੇ ਵੀ ਉਹਨਾਂ ਦਾ ਤੇ ਉਦੋਂ ਕੁਝ ਬਣਿਆ ਨਹੀਂ ਤੇ ਜੇ ਉਸ ਕੁਰਸੀ ਤੇ ਬੈਠਣ ਵਾਲੇ ਦੀ ਜਾਂ ਬੈਠਣ ਦੀ ਆਸ ਕਰਨ ਵਾਲੇ ਦੀ ਕਿਸਮਤ ਦੇ ਹਿਸਾਬ ਨਾਲ ਇਹ ਗੱਲ ਬਣੀ ਆਂ ਵੀ ਜਿਹੜਾ ਬੰਦਾ ਇੱਧਰ ਖੇਡਣ ਖੁੱਡਣ ਲੱਗ ਪੈਂਦਾ ਫੇ ਉਧਰ ਕੁਰਸੀ ਵਾਲੇ ਪਾਸੇ ਨਹੀਂ ਗੱਲ ਬਣਦੀ ਉਹ ਕਹਿੰਦੇ ਮਾਨ ਸਾਹਿਬ ਹੁਣ ਤੋਂ ਹੀ ਉਧਰੋਂ ਸ਼ੁਰੂ ਹੋ ਗਿਆ ਕੰਮ ਤੇ ਇਹਦੇ ਸਤਾਈ ਬੜੀ ਦੂਰ ਆ ਹੁਣ ਪਤਾ ਨਹੀਂ ਇਹਨੂੰ ਜੋੜਨ ਵਾਲੇ ਕਿਧਰ ਨੂੰ ਜੋੜਦੇ ਇਹ ਉਹਨਾਂ ਦੇ ਵਿਰੋਧੀ ਵੀ ਹੋ ਸਕਦੇ ਕਿਹੜੇ ਵੀ ਹੋ ਸਕਦੇ ਪਰ ਹਾਸਾ ਮਜ਼ਾ ਆ ਕੇ ਇੱਧਰ ਚੱਲ ਰਿਹਾ ਨੇ ਪੂਰਾ ਹੋਇਆ ਆਮ ਤੌਰ ਤੇ ਜਦੋਂ ਵਾਲੀਬਾਲ ਪਿੰਡਾਂ ਦੇ ਵਿੱਚ ਖੇਡਿਆ ਜਾਂਦਾ ਜਿਹੜਾ ਸਧਾਰਨ ਵਾਲੀਬਾਲ ਹੁੰਦਾ ਵਾਲੀਬਾਲ ਸ਼ੂਟਿੰਗ ਨਹੀਂ ਉਦੋਂ ਸਰਵਿਸ ਦੀ ਬੜੀ ਇੰਪੋਰਟੈਂਟ ਇੰਪੋਰਟੈਂਸ ਕਿ ਜਿਹੜੇ ਬੰਦੇ ਨੇ ਸਰਵਿਸ ਜੇ ਤਾਂ ਸਰਵਿਸ ਵਧੀਆ ਹੋਈ ਬਿਖਣਾ ਬੱਲੇ ਹੂੰ ਤੇ ਜੇ ਸਰਵਿਸ ਜਾਲ ਚ ਫਸ ਗਈ ਫੋਲ ਹੋ ਗਿਆ ਯਾਰ ਕੀ ਕੀਤਾ ਹੀ ਨਾ ਉਹ ਮਿੱਟੀ ਕਰਤਾ ਹੈ ਨਾ ਮਿੱਟੀ ਕਰਤਾ ਪੁਆਇੰਟ ਹੀ ਦੇ ਦੇਣਾ ਹੀ ਆ ਪੁਆਇੰਟ ਆਪਣਾ ਪੁਆਇੰਟ ਜਾਂਦਾ ਲੱਗਾਈ ਤੇ ਚਲੋ ਮੁੱਖ ਮੰਤਰੀ ਹੋਣੇ ਹਿੰਮਤ ਕੀਤੀ ਵਧੀਆ ਬਾਕੀਆਂ ਨੂੰ ਜਾਗ ਲੱਗੂ ਮਾੜਾ ਮੋਟਾ ਕਿ ਕੱਲਾ ਇਲੈਕਸ਼ਨ ਦੇ ਨੇੜੇ ਨਹੀਂ ਖੇਡੀਦਾ ਖੇਡੀਦਾ ਹਾਂ ਗੋਪੇਸ਼ ਨੂੰ ਖੇਡਿਆ ਮਤਲਬ ਇਹ ਵੀ ਇੱਕ ਐਂਗਲ ਹੋ ਸਕਦਾ ਜਿਹੜਾ ਤੁਸੀਂ ਆ ਜ਼ਿਕਰ ਕੀਤਾ ਕਿਉਂਕਿ ਹੁਣ ਤੱਕ ਕਾਲੇ ਤੇ ਐਂਗਲ ਇਹ ਕਹਿੰਦਾ ਵੀ ਜਦੋਂ ਮੁੱਖ ਮੰਤਰੀ ਲੈਵਲ ਦਾ ਬੰਦਾ ਇਦਾਂ ਖੇਡਣ ਲੱਗ ਪੇ 100 ਕੁਰਸੀ ਕਹਿੰਦੀ ਵੀ ਨਹੀਂ ਕੋਈ ਗੱਲ ਨਹੀਂ ਉੱਥੇ ਬੰਦਾ ਹੋਰ ਚਾਹੀਦਾ ਪਰ ਜੀ ਇਹਨਾਂ ਨੇ ਨਵੀਂ ਸ਼ੁਰੂਆਤ ਕਰ ਲਈ ਹੈ ਤੇ ਹੋ ਸਕਦਾ ਵੀ ਇਹਨੂੰ ਲੋਕ ਇਦਾਂ ਵੀ ਗੇਣ ਲੈਣ ਵੀ ਗੱਲ ਠੀਕ ਹੈ ਭਾਈ ਇਲੈਕਸ਼ਨਾਂ ਦੇ ਨੇੜੇ ਵਿਖਾਵੇ ਵਾਲੀ ਖੇਡ ਜਾਂ ਫਿਰ ਅਸਲੀ ਖੇਡ ਜੀ ਉਹਦੇ ਵਿੱਚ ਫਰਕ ਹੁੰਦਾ ਜਿੱਦਾਂ ਉਹਨਾਂ ਨੇ ਕਿਹਾ ਵੀ ਹਰੇਕ ਸਾਲ ਇਹ ਖੇਡਾਂ ਹੋਣਗੀਆਂ ਖੇਡਾਂ ਚੋਂ ਅਸੀਂ ਪਲੇਅਰ ਕੱਢਾਂਗੇ ਪਲੇਅਰ ਫਿਰ ਅੱਗੇ ਤੱਕ ਜਾਣਗੇ ਹਰ ਥਾਂ ਤੇ ਕਹਿੰਦੇ ਵੀ ਜਿੱਥੇ ਵੀ ਕਿਤੇ ਦੇਸ਼ ਦਾ ਝੰਡਾ ਹੋਊਗਾ ਉਸ ਦੇਸ਼ ਦੇ ਝੰਡੇ ਦੇ ਨਾਲ ਜਦੋਂ ਖਿਡਾਰੀ ਦੀ ਗੱਲ ਹੋਊਗੀ ਤੇ ਉਸ ਪੋਡੀਅਮ ਤੇ ਖਿਡਾਰੀ ਜਿਹੜਾ ਪੰਜਾਬ ਦਾ ਖਲੋਤਾ ਹੋਊਗਾ ਤੇ ਸਪਨਾ ਚੰਗਾ ਸੋਹਣਾ ਬਾਕੀ ਇਹ ਦੀ ਸ਼ੁਰੂਆਤ ਆ ਪਹਿਲੇ ਦਿਨ ਹੀ ਵੈਸੇ ਤੇ ਇੰਦਰਦੇਵਤਾ ਨੇ ਤੇ ਆਪਣੇ ਲੋਕਾਂ ਨੇ ਪੂਰੀ ਖੁਸ਼ੀ ਮਨਾਈ ਸੀ ਕਿ ਬਾਜ ਕਹਿੰਦੇ ਚੱਕੜ ਚੁੱਕੜ ਜੇ ਤੋ ਪਾਸੇ ਕਰਦੇ ਫਿਰਦੇ ਸੀ ਚੀਜ਼ਾਂ ਹੁਣ ਪਤਾ ਨਹੀਂ ਇਹ ਮਹੀਨਾ ਕਿਦਾਂ ਦਾ ਲੰਘੇ ਚਲੋ ਅਸੀਂ ਇਸ ਕੱਲ ਦੀ ਉਮੀਦ ਕਰਦੇ ਹਾਂ ਕਿ ਫਾਲਤੂ ਖਰਚਿਆਂ ਤੋਂ ਜ਼ਰੂਰ ਬਚਿਆ ਜਾਵੇ ਜਿੰਨੇ ਫਾਲਤੂ ਖਰਚਿਆਂ ਤੋਂ ਬਚ ਸਕਦੇ ਆ ਤੇ ਚਲੋ ਕਲਾਕਾਰ ਵੀ ਆਏ ਬੱਚਿਆਂ ਦੇ ਵਿੱਚ ਵੀ ਉਤਸ਼ਾਹ ਹੈਗਾ ਉਤਸ਼ਾਹ ਵੈਸੇ ਦੇਖੋ ਗੱਲ ਹੀ ਹੈ ਜਦੋਂ ਕਬੱਡੀ ਦਾ ਨਾ ਵਰਲਡ ਕੱਪ ਕਰਾਇਆ ਸੀ ਬਾਦਲ ਸਾਹਿਬ ਦੀ ਸਰਕਾਰ ਨੇ ਉਤਸ਼ਾਹ ਉਦੋਂ ਬਹੁਤ ਸੀ ਉਦੋਂ ਵੀ ਲੋਕ ਬਹੁਤ ਦੇਖਣ ਆਉਂਦੇ ਸੀ ਉਦੋਂ ਵੀ ਐਂ ਲੱਗਦਾ ਸੀ ਕਿ ਭਾਈ ਆ ਕਮਾਲ ਹੋ ਗਈ ਨਾ ਸਰਕਾਰੀ ਪੱਧਰ ਦੇ ਉੱਤੇ ਪਰ ਬਾਅਦ ਵਿੱਚ ਉਹਦਾ ਫਾਇਦਾ ਕਿੰਨਾ ਖੋਇਆ ਨੁਕਸਾਨ ਕਿੰਨਾ ਖੋਇਆ ਅੱਗੋਂ ਅਸੀਂ ਕਿੰਨਾ ਕਿ ਲਾਅ ਹੁੰਦਾ ਨਾ ਕਿ ਲਾਅ ਫੁੱਟਣਾ ਅਸੀਂ ਲਾਅ ਕਿੰਨਾ ਕ ਫੁੱਟਣ ਲਾ ਸਕਿਆ ਜੇ ਉਸ ਪਾਸੇ ਕੋਈ ਕਮਜ਼ੋਰੀ ਰਹੀ ਹੈ ਕੋਈ ਘਾਟ ਰਹੀ ਹੈ ਇਹਦੇ ਵਿੱਚ ਪੂਰੀ ਕਰੋ ਯਾਨੀ ਕਿ ਆਪਾਂ ਉੱਥੋਂ ਸ਼ੁਰੂ ਕਰਨਾ ਜਿੱਥੋਂ ਅਗਲਿਆਂ ਨੇ ਛੱਡਿਆ ਸੀ ਪਰ ਦੂਸਰੇ ਪਾਸੇ ਜਦੋਂ ਇਲੈਕਸ਼ਨ ਦੀ ਗੱਲ ਤੁਸੀਂ ਤੋਰੀ ਨਾ ਕਿ ਇਲੈਕਸ਼ਨ ਆ ਜੀ ਇਲੈਕਸ਼ਨ ਦੇ ਨੇੜੇ ਨਹੀਂ ਇਲੈਕਸ਼ਨ ਦੇ ਨੇੜੇ ਆਮ ਤੌਰ ਤੇ ਉੱਤੇ ਚੋਣਾਂ ਦੇ ਵਿੱਚ ਆਮ ਹੀ ਥੋੜੇ ਵਰਗੇ ਬੰਤੇ ਸਾਢੇ ਵਰਗੇ ਘਰਾਂ ਚ ਆ ਕੇ ਲੰਗਰ ਪ੍ਰਸ਼ਾਦਾ ਘੇਰ ਸ਼ੱਕਦੇ ਹੁੰਦੇ ਤੁਸੀਂ ਜਿਹਦੇ ਗੱਲ ਤੋੜਨ ਲੱਗੇ ਉਹ ਆਪਣੀ ਲੰਮੀ ਹੋਈ ਨਹੀਂ ਅੱਛਾ ਤੁਸੀਂ ਜਦੋਂ ਖਰਚੇ ਦੀ ਗੱਲ ਕੀਤੀ ਨਾ ਮੇਰੇ ਨਾਮ 'ਚ ਗੱਲ ਹੁਣੇ ਆਈ ਹੁਣੇ ਕਿਹੜੀ ਮੈਨੂੰ ਆਇਆ ਸੀ ਵੀ ਜਿਹੜੀ ਆਮ ਆਦਮੀ ਪਾਰਟੀ ਨੇ ਇਹ ਵੱਡਾ ਪ੍ਰਬੰਧ ਕੀਤਾ ਗਿਆ ਨਾ 1 ਮਹੀਨੇ ਦੀਆਂ ਖੇਡਾਂ ਕਰਾਉਣੀਆਂ ਇਹ ਤੇ ਖਰਚਾ ਤੇ ਆਉਣਾ ਹੂੰ ਹੂੰ ਪਿਛਲੇ ਦਿਨ ਜਦੋਂ ਬੱਸਾਂ ਚਲਾਈਆਂ ਸੀ ਵੋਲਵੋ ਇਹ ਤੋਂ ਪੰਜਾਬ ਤੋਂ ਸਿੱਧੀਆਂ ਦਿੱਲੀ ਵਾਲੇ 에ਰਪੋਰਟ ਨੂੰ ਕੇਜਰੀਵਾਲ ਸਾਹਿਬ ਵੀ ਉਦੋਂ ਉਹਦੀ ਅਗਲੇ RTI ਕੜਾਈ ਫਿਰਦੇ ਹੁਣ ਵਿਰੋਧੀ ਉਹ ਕਹਿੰਦੇ ਬਸ ਚੰਦ ਕੁ ਘੜੀਆਂ ਇੱਕ ਹੋਟਲ ਦੇ ਵਿੱਚ ਰੋਕੇ ਸੀ ਰੋਟੀ ਰੱਟੀ ਖਾਧੀ ਸੀ ਤੇ 2 ਲੱਖ ਤੋਂ ਵੱਧ ਦਾ ਖਰਚਾ ਆ ਗਿਆ ਸੀ ਕਹਿੰਦੇ ਆਮ ਆਦਮੀ ਆਮ ਆਦਮੀ ਦੀ ਸਰਕਾਰ ਤਾਂ ਕਰੀ ਜਾਂਦੇ ਇਹ ਚੰਦ ਘੰਟਿਆਂ ਦੇ ਲਈ ਕਹਿੰਦੇ ਜੀ 2 2 ਲੱਖ 4 ਸਟਾਰਾ 4 17 5 17 ਹੋਟਲਾਂ 'ਚ ਖਰਚਣ ਲੱਗ ਪੂਗੀ ਪਾਰਟੀ ਤੇ ਫਿਰ ਇਦਾਂ ਕਿਦਾਂ ਚੱਲੂਗਾ ਮੈਂ ਤਾਂ ਤਾਂ ਇਹ ਥੋੜਾ ਜਿਹਾ ਧਿਆਨ ਚ ਲਿਆਂਦਾ ਵੀ ਅਗਲੇ 2 3 ਘੰਟਿਆਂ ਦੇ ਸਮਾਗਮ ਦੇ ਵੀ ਆਰਟੀਆਈ ਕਢਾਉਂਦੇ ਆ ਇਹ ਕੋ ਮਤ ਸੋਚੇ ਵੀ ਭਾਈ ਸਾਹਿਬ ਇਹ ਖੇਡਾਂ ਵਤਨ ਪੰਜਾਬ ਦੀਆਂ ਜਦੋਂ ਹੋ ਗਈਆਂ ਮਹੀਨੇ ਬਾਅਦ ਤੇ ਇਹਦੀ ਕਿਸ ਨੇ ਆਰਟੀਆਈ ਕਢਾਉਣੀ ਨਹੀਂ ਇਕੱਲੇ ਇਕੱਲੇ ਮਾਈਕ ਵਾਲੇ ਸਪੀਕਰ ਵਾਲੇ ਦਰਿਆਣ ਵਾਲੇ ਕਲੀਪ ਆਉਣ ਵਾਲੇ ਹਰੇਕ ਤੱਕ ਦਾ ਹਿਸਾਬ ਅਗਲੇ ਨੇ ਪੁੱਛਣਾ ਦੇਖੋ ਸੰਧਾਲਿਆ ਸਭ ਅਗਲੇ ਤੇ ਵੀ ਕੜਾਈ ਫਿਰਦੇ ਆ ਕਿ ਰੈਸਟੋਰੈਂਟ ਉਸ ਤੋਂ ਡੇਢ ਕਿਲੋਮੀਟਰ ਦੂਰ ਸੀ ਕਿ 1 ਕਿਲੋਮੀਟਰ ਉੱਥੇ ਕਿਉਂ ਨਹੀਂ ਰਹਿ ਹੂੰ ਜੇ ਆਪਾਂ ਵੈਸੇ ਕਿਉਂ ਕਿ ਕੇਜਰੀਵਾਲ ਸਾਹਿਬ ਵੈਸੇ ਤਾਂ ਇੱਕ ਵਾਰੀ ਦਿੱਲੀ ਦੇ ਮੁੱਖ ਮੰਤਰੀ ਹੁੰਦੇ ਸਨ ਸੜਕ ਤੇ ਸਰਾ ਨਾਲ ਲਾਗੇ ਸੌਂ ਗਏ ਸੀ ਹੂੰ ਤੇ ਹੁਣ ਤਾਂ ਅਗਲੇ ਇਹ ਵੀ ਕੜਾਈ ਫਿਰਦੇ ਆ ਕਿ ਮੁੱਖ ਮੰਤਰੀ ਸਾਹਿਬ ਦੇ ਕਮਰੇ ਦੀ ਰੂਮ ਸਰਵਿਸ ਜਾਨੀ ਕਿ ਜਿਹੜਾ ਬੰਦਾ ਭਰੋਸੇ ਹੋਏ ਭੋਜਨ ਨੂੰ ਉਹਨਾਂ ਦੇ ਕਮਰੇ ਤੱਕ ਲੈ ਕੇ ਗਿਆ ਉਹਦਾ ਕਿੰਨੇ ਹਜ਼ਾਰ ਬਣਿਆ ਕੇਜਰੀਵਾਲ ਸਾਹਿਬ ਦੇ ਕਮਰੇ ਨੂੰ ਜਿਹੜੀ ਰੂਮ ਸਰਵਿਸ ਬਣੀ ਔਰ ਜਿਹੜੇ ਬੰਦੇ ਉੱਥੋਂ ਆਏ ਉਹਨਾਂ ਦਾ ਕਿੰਨੇ ਕਿੰਨੇ ਹਜ਼ਾਰ ਬਣਿਆ ਪਹਿਲਾਂ ਵੀ ਚਰਚੇ ਚੱਲਦੇ ਰਹੇ ਬਚਣਾ ਚਾਹੀਦਾ ਯਾਨੀ ਕਿ ਤੁਸੀਂ ਮਹੀਨਾ ਛੱਡ ਕੇ ਸਾਡੇ ਲੋ 12 ਮਹੀਨੇ ਪ੍ਰੋਗਰਾਮ ਕਰਾਓ ਵਧੀਆ ਕਰਾਓ ਪਰ ਪੰਜਾਬ ਜੇ ਇੰਨਾ ਭਾਰ ਚੱਕਣ ਦੇ ਸਮਰੱਥ ਨਹੀਂ ਹੈਗਾ ਇਹ ਗੱਲ ਬੜੀ ਕਲੀਅਰ ਹੈ ਕਿਉਂਕਿ ਜੇ ਝਗਾ ਪੈਂਡ ਤੋਂ ਬਾਹਰ ਰਹਿ ਸਕਦਾ ਤਾਂ ਫਿਰ ਅਸ਼ਟ ਉਸ ਗੈਸਟ ਹਾਊਸ ਉਹਨਾਂ ਦੀ ਵਰਤੋਂ ਵੀ ਚੰਗੇ ਤਰੀਕੇ ਕੀਤੀ ਜਾ ਸਕਦੀ ਹੈ ਹੁਣ ਮੈਂ ਦੂਜੇ ਪਾਸੇ ਆਉਣਾ ਪ੍ਰਸ਼ਾਧਿਆਲ ਨਹੀਂ ਕਿਉਂਕਿ ਇਹ ਵੀ ਖਾਣ ਪੀਣ ਦੇ ਬਿੱਲ ਦੀ ਗੱਲ ਸੀ ਉਹ ਵੀ ਗੱਲ ਖਾਣ ਪੀਣ ਦੀ ਤੁਸੀਂ ਇਹ ਦੇਖੋ ਕਿ ਇੱਕ ਪਾਸੇ ਤਾਂ ਬਹੁਤ ਵੱਡੀ ਪੱਦਰ ਤੇ ਐਲਾਨੀਆਂ ਕਿਹਾ ਜਾਂਦਾ ਨਾ ਕਿ ਐਸ ਲੀਡਰ ਨੇ ਆਉਣਾ ਤਾਂ 10 ਦਿਨ ਪਹਿਲਾਂ ਪ੍ਰਚਾਰ ਹੁੰਦੇ ਬੂਟ ਲੱਗਦੇ ਆ। ਦੂਸਰੇ ਪਾਸੇ ਇੱਕ ਧਿਰ ਹੈ ਜਿਹੜੀ ਚੁੱਪਚੀਤੇ ਪੰਜਾਬ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੂੰ ਪਤਾ ਹੈ ਕਿ ਪੰਜਾਬੀ ਉਹਨਾਂ ਤੋਂ ਬਹੁਤੇ ਖੁਸ਼ ਨਹੀਂ। ਨਾਰਾਜ਼ ਨੇ। ਉਹ ਧਿਰ ਹੈ ਭਾਰਤੀ ਜਨਤਾ ਪਾਰਟੀ। ਸੰਧਾਲੀਆ ਸਭ ਹਰਦੀਪ ਸਿੰਘ ਪੁਰੀ ਸਾਹਿਬ ਉਹ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਸਰਗਰਮ ਨੇ। ਹੂੰ। ਬੀਬੀ ਮਨਾਕਸ਼ੀ ਲੇਖੀ ਗੁਰਦਾਸਪੁਰ ਦੇ ਵਿੱਚ ਸਰਗਰਮ ਨੇ। ਮਾਂਡਵੀਆ ਸਾਹਿਬ ਜਿਹੜੇ ਮਨਸੂਕ ਮਾਂਡਵੀਆ ਉਹ ਅੱਜ ਕੱਲ ਸੰਗਰੂਰ ਦੇ ਵਿੱਚ ਸਰਗਰਮ ਨੇ ਹਮ ਇੱਕ ਜਿਹੜੇ ਨੇਤਾ ਜੀ ਨੇ ਉਹ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਚ ਸਰਗਰਮ ਨੇ ਕਿਉਂਕਿ ਪਤਾ ਲੱਗਿਆ ਕਿ 9 ਲੋਕ ਸਭਾ ਹਲਕੇ ਤਿੰਨ ਵਜ਼ੀਰਾਂ ਨੂੰ ਦਿੱਤੇ ਗਏ ਕੇਂਦਰ ਸਰਕਾਰ ਦੇ ਵਜ਼ੀਰਾਂ ਨੂੰ ਕਿ ਭਾਈ ਤੁਸੀਂ ਉੱਥੇ ਜਾਣਾ ਤੇ ਜੋ ਹੁਣ ਤੱਕ ਦਾ ਸਾਹਮਣੇ ਆਉਂਦਾ ਕਿ ਉਹ ਗੁਰੂ ਘਰ ਜ਼ਰੂਰ ਜਾਂਦੇ ਆ ਹਮ ਜਿੱਥੇ ਵੀ ਕਿਤੇ ਸਟੇਜ ਲੱਗਦੀ ਬਹੁਤ ਵੱਡਾ ਪ੍ਰਚਾਰ ਨਹੀਂ ਕਰਦੀ ਕਿ ਅੱਜ ਕੇਂਦਰ ਸਰਕਾਰ ਦੇ ਮੰਤਰੀ ਇੱਥੇ ਆ ਰਹਿਣਾ ਸਥਾਨਕ ਪੱਤਰ ਦੇ ਉੱਤੇ ਪ੍ਰਚਾਰ ਹੁੰਦਾ ਤੇ ਸਿੱਖ ਚਿਹਰਿਆਂ ਨੂੰ ਸਟੇਜ ਦੇ ਉੱਤੇ ਨਾਲ ਜ਼ਰੂਰ ਬਿਠਾਇਆ ਜਾਂਦਾ ਜਿਹੜੇ ਵੱਡੇ ਸਿੱਖ ਚਿਹਰੇ ਨੇ ਗੁਰੂ ਘਰ ਜਾਣਾ ਸਿੱਖ ਚਿਹਰਿਆਂ ਨੂੰ ਸਟੇਜ ਦੇ ਉੱਤੇ ਬਿਠਾਉਣਾ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੀ ਵੋਟ ਬੈਂਕ ਦੇ ਉੱਤੇ ਨਜ਼ਰ ਹੈ ਜਾਂ ਉਹਨਾਂ ਨੂੰ ਨੇੜੇ ਲਿਆਉਣ ਦਾ ਯਤਨ ਹੈ ਹੱਕ ਬਣਦਾ ਉਹਨਾਂ ਦਾ ਕਰਨਾ ਚਾਹੀਦਾ ਹੈ ਦੂਸਰਾ ਦਲਿਤ ਭਾਈਚਾਰਾ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਪ੍ਰਸ਼ਾਦਾ ਜ਼ਰੂਰ ਛਕਦੀ ਹੈ ਉਹਨਾਂ ਦੀ ਅਫਰ ਗੱਲਾਂ ਅਗਲੇ ਪਾਸੇ ਨੂੰ ਤੁਰਦੀਆਂ ਹੁਣ ਕੇਂਦਰ ਸਰਕਾਰ ਦਾ ਕੋਈ ਮੰਤਰੀ ਹੋਵੇ ਕਿਸੇ ਸੂਬੇ ਦੇ ਵਿੱਚ ਆ ਕੇ ਰਾਤ ਰੁਕੇ ਕਿਸੇ ਪਿੰਡ 'ਚ ਕਿਸੇ ਦੇ ਘਰ ਦੇ ਵਿੱਚ ਜਾ ਕੇ ਲੰਗਰ ਪ੍ਰਸ਼ਾਦਾ ਛਕੇ ਉਹਦਾ ਵੱਡੀ ਪੱਧਰ ਦੇ ਉੱਤੇ ਪ੍ਰਚਾਰ ਨਾ ਹੋਵੇ ਇਹਦਾ ਮਤਲਬ ਕੀ ਹੈ ਕਿ ਉਹ ਕਹਿੰਦੇ ਕਿ ਠੀਕ ਹੈ ਨੁਕਸਾਨ ਪਿਛਲੇ ਸਮੇਂ 'ਚ ਹੋਇਆ ਚੋਣਾ ਆਪਾਂ ਕੱਲਿਆਂ ਲੜਨੀ ਆ 13 ਲੋਕ ਸਭਾ ਦੀਆਂ ਸੀਟਾਂ ਨੇ ਪਹਿਲਾਂ ਆਪਾਂ 3 ਲੜਦੇ ਸੀ ਐਤਕੀ 10 ਹੋਰ ਲੜਨੀਆਂ ਕੋਸ਼ਿਸ਼ ਕੀਤੀ ਆ ਬੇ ਪੌਣੇ 2 ਸਾਲ ਰਹਿੰਦੇ ਆ ਸੰਧਾਲੀਆ ਸਭ ਪੌਣੇ 2 ਸਾਲ ਤੇ ਪਤਾ ਇਹ ਵੀ ਲੱਗਿਆ ਹੁਣ ਮੈਂ ਨਕਸ਼ੀ ਲੇਖੀ ਹੋਰੀ ਜਦੋਂ ਗੁਰਦਾਸਪੁਰ ਗਿਆ ਕਿਉਂਕਿ ਸਨੀ ਦਿਉਲ ਸਾਹਿਬ ਉਹਨਾਂ ਦੀ ਪਾਰਟੀ ਦੇ ਐਮਪੀ ਨੇ ਹੂੰ ਉਹਨਾਂ ਨੇ ਇਦਾਂ ਕਾਗਜ਼ ਵੱਡਾ ਸਾਰਾ ਖੋਲਿਆ ਪ੍ਰਾਪਤੀਆਂ ਦਸੀਆਂ ਕਿ ਸਨੀ ਦਿਉਲ ਸਾਹਿਬ ਦੀਆਂ ਪ੍ਰਾਪਤੀਆਂ ਕਿੰਨੀਆਂ ਕਿ ਜਦੋਂ ਕੋਵਿਡ ਸੀ ਤਾਂ ਉਦੋਂ ਆਕਸੀਜਨ ਕਿੰਨੀ ਦਾ ਪ੍ਰਬੰਧ ਕੀਤਾ ਹੁਣ ਤੱਕ ਕਿਹੜੇ-ਕਿਹੜੇ ਕੇਂਦਰੀ ਮੰਤਰੀ ਦੇ ਨਾਲ ਉਹਨਾਂ ਨੇ ਕੇਸ-ਕੇਸ ਮਸਲੇ ਦੇ ਉੱਤੇ ਮੁਲਾਕਾਤਾਂ ਕੀਤੀਆਂ ਉਹ ਤਾਂ ਕਹਿੰਦੇ ਸਨੀ ਦਿਉਲ ਸਾਹਿਬ ਨੇ ਕੰਮ ਬੜਾ ਕੀਤਾ ਗੁਰਦਾਸਪੁਰ ਦੇ ਲੋਕਾਂ ਦੇ ਲਈ ਸਾਡੇ ਕੋਲੋਂ ਪ੍ਰਚਾਰ ਹੀ ਘਟ ਹੋਇਆ ਹੁਣ ਜੇ ਇਸ ਤਰੀਕੇ ਦੇ ਨਾਲ ਸੰਦਾਲੀਆ ਸਭ ਤੀਰਾਂ ਹੀ ਸੀਟਾਂ ਨੇ ਚਾਰ ਚਾਰ ਕੇਂਦਰ ਸਰਕਾਰ ਦੇ ਮੰਤਰੀ ਜੀ ਉਹਨਾਂ ਨੇ ਪੰਜਾਬ ਸੂਬੇ ਦੇ ਵਿੱਚ ਵੜੇ ਆ ਉਹ ਰਾਤਾਂ ਵੀ ਇੱਥੇ ਰਹਿੰਦੇ ਆ ਉਹ ਗੁਰੂ ਘਰਾਂ ਦੇ ਵਿੱਚ ਨਤਮਸਤਕ ਵੀ ਹੁੰਦੇ ਆ ਉਹ ਆਮ ਸਧਾਰਨ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਲੰਗਰ ਪ੍ਰਸ਼ਾਦਾ ਵੀ ਛਕਦੇ ਆ ਹਿਸਾਬ ਲਾ ਲਓ ਇਹ ਨਹੀਂ ਪੂਰਾ ਹਿਸਾਬ ਲਾਉਣ ਦੀ ਲੋੜ ਆ ਦੇਖੋ ਇੱਕ ਗੱਲ ਆਪਾਂ ਇੱਥੇ ਵੀ ਬੇਨਤੀ ਕਰੀਏ ਇਹ ਤੋਂ ਕਾਗਰਸ ਪਾਰਟੀ ਜਰੂਰ ਸਿੱਖੇ ਕਿਉਂਕਿ ਮੈਨੂੰ ਲੱਗਦਾ ਪਈ ਉਹਨਾਂ ਸ਼ਾਸਨ ਦੀ ਕਮੀ ਕਰਕੇ ਉਹਨਾਂ ਨੂੰ ਆ ਦਿਨ ਵੇਖਣੇ ਪੈ ਰਹੇ ਆ ਹੁਣ ਤੁਸੀਂ ਅਨੁਸ਼ਾਸਨ ਦਾ ਸਿਖਰ ਵੇਖੋ ਵੀ ਕੇਂਦਰੀ ਮੰਤਰੀ ਹੁਣ ਜਦੋਂ ਇਸ ਲੈਵਲ ਦਾ ਮੰਤਰੀ ਹੋਵੇ ਬੰਦਾ ਤੇ ਫਿਰ ਉਹ ਵੀਆਈਪੀ ਟ੍ਰੀਟਮੈਂਟ ਵੀ ਭਾਲਦਾ ਵੀ ਜਿੱਦਨ ਮੈਂ ਜਾਣਾ ਪੰਜ ਚਾਰ ਗੱਡੀਆਂ ਵੀ ਹੋਣ 10 ਬਾਰੇ ਬੰਦੇ ਉੱਥੇ ਸਵਾਗਤ ਆਲੇ ਵੀ ਹੋਣ ਜਿੱਥੇ ਜਾ ਕੇ ਤੇ ਬਹਿਣਾ ਸਾਹਮਣੇ ਸਰੀਰ ਵੀ ਵਾਵਾ ਕੋਈ ਪੰਜ ਚਾਰ ਸੂ ਬੈਠਾ ਹੋਵੇ ਫਿਰ ਹੀ ਬਦਲ ਆਦਾ ਵੀ ਮੰਤਰੀ ਸਾਹਿਬ ਆਏ ਆ ਵੀ ਉਹਨਾਂ ਨੂੰ ਮਿਲਣ ਦੇ ਲਈ ਲੋਕ ਆਏ ਨੇ ਪਰ ਇਹ ਸਾਰੇ ਕੁਛ ਦੇ ਵੀ ਜਿਹੜੀਆਂ ਨੁਕੜ ਮੀਟਿੰਗਾਂ ਜੀਆਂ ਕਰ ਰਹੇ ਨੇ ਉਹ ਉਹ ਬੰਦਿਆਂ ਆਲੇ ਪਾਸੇ ਤੇ ਜਾ ਰਹੇ ਵੀ ਬਹੁਤਾ ਘੱਟ ਕਰਨ ਦੀ ਲੋੜ ਹੈ ਉਹ ਉਹਦੇ ਵਿੱਚੋਂ ਲਾਭਦੇ ਨੇ ਵੀ ਆਹ ਜਿਹੜੇ ਬੰਦੇ ਨੇ ਐਸਐਸ ਭਾਈਚਾਰੇ ਨੂੰ ਬਿਲੋਂਗ ਕਰਦੇ ਜਾਂ ਐਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਇਹਨਾਂ ਦੇ ਪਿੱਛੇ ਚਲੋ 400 ਹੋ ਸਕਦੇ ਆ ਉਹਨਾਂ ਦੇ ਨਾਲ ਬੈਠ ਕੇ ਜਿਹੜਾ ਪ੍ਰਭਾਵ ਪਾਇਆ ਜਾਵੇ ਵੀ ਹਾਂ ਤੁਹਾਡੀ ਮੰਗ ਕੀ ਆ ਸਾਨੂੰ ਦੱਸ ਦਿਓ ਉੱਪਰ ਜਿੰਨਾ ਕਿ ਸਾਡਾ ਹੱਥ ਪੈਂਦਾ ਸੀ ਤੁਹਾਡਾ ਮਸਲਾ ਹਲ ਕਰਾ ਦਿੰਨੇ ਆ ਤੇ ਕੱਲ ਨੂੰ ਜਦੋਂ 24 ਚ ਸਾਨੂੰ ਲੋੜ ਪਈ ਉਦੋਂ ਅਸੀਂ ਤੁਹਾਨੂੰ ਦੱਸ ਸਕੀਏ ਵੀ ਹਾਂ ਅਸੀਂ ਤੁਹਾਨੂੰ ਮਿਲਿਆ ਸੀ ਤੇ ਤੁਸੀਂ ਸਾਡਾ ਸਾਥ ਦੇਣਾ ਹੁਣ ਇਹ ਜਿਹੜਾ ਤੰਗ ਤਰੀਕਾ ਬੀਜੇਪੀ ਨੇ ਹੁਣ ਤੋਂ ਅਪਣਾ ਲਿਆ ਮਨ ਲੱਗਦਾ ਵੀ ਬਾਕੀ ਦੀਆਂ ਪੋਲੀਟੀਕਲ ਪਾਰਟੀਆਂ ਜ਼ਰੂਰ ਧਿਆਨ ਜੋਜੀ ਚੀਜ਼ ਹੀ ਪੀ ਇੱਕ ਤਾਂ ਹੋ ਗਿਆ ਉਹਨਾਂ ਦਾ ਵੀ ਜਿਹੜੇ ਲੀਡਰ ਸਹਬਾਨ ਨੇ ਉਹਨਾਂ ਦੀ ਡਿਊਟੀ ਲਈ ਨਾਲ ਜਿਹੜੇ ਉਹਨਾਂ ਦੇ ਕਿਉਂਕਿ ਭਾਜਪੀ ਦੇ ਵਿੱਚ ਹੀ ਚੱਲ ਗਏ ਹੁਣ ਸਿਰਸਾ ਸਾਹਿਬ ਸਿਰਸਾ ਸਾਹਿਬ ਦੇ ਨਾਲ ਹੁਣ ਵੱਖਰਾ ਅਕਾਲੀ ਦਲ ਜਿਨ੍ਹਾਂ ਨੇ ਬਣਾਇਆ ਦਿੱਲੀ ਸਟੇਟ ਉਹ ਵੀ ਲਗਭਗ ਉਹਨਾਂ ਦੇ ਨਾਲ ਰਲ ਕੇ ਹੀ ਚੱਲਦੇ ਨੇ ਹੁਣ ਉਹਨਾਂ ਵੱਲੋਂ ਵੀ ਜਿਸ ਹਿਸਾਬ ਨਾਲ ਹੌਲੀ ਹੌਲੀ ਹੁਣ ਪੰਜਾਬ ਦੇ ਵਿੱਚ ਜਿੰਨੇ ਵੀ ਸਿੱਖ ਕਮਿਊਨਿਟੀ ਨਾਲ ਰਿਲੇਟਡ ਮਸਲੇ ਨੇ ਉਹਨਾਂ ਦੇ ਬਾਰੇ ਆਣ ਕੇ ਵੀਡੀਓ ਜਾਰੀ ਕਰਨੀ ਫਿਰ ਕਹਿਣਾ ਵੀ ਹਾਂਜੀ ਆਹ ਲਓ ਜੀ ਕੇਂਦਰ ਸਰਕਾਰ ਨੇ ਕੀਤਾ ਅਸੀਂ ਮੰਗ ਕੀਤੀ ਸੀ ਉਹ ਵੀ ਤਾਂ ਮੰਗਦੀ ਜੀ ਜੇ ਹੁਣ ਜਿੱਦਾਂ ਸਿਰਸਾ ਸਾਹਿਬ ਨੇ ਇੱਕ ਵੀਡੀਓ ਪਾ ਕੇ ਜ਼ਿਕਰ ਕੀਤਾ ਉਹ ਕਹਿੰਦੇ ਦੇਖੋ ਜੀ ਪਾਸਪੋਰਟ ਹੋਣਾ ਬੜਾ ਜ਼ਰੂਰੀ ਹੈ ਜੇ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰਨੇ ਹਨ ਉਹ ਕਹਿੰਦੇ ਵੀ ਹੁਣ ਸਾਰਿਆਂ ਦੇ ਕੋਲੇ ਪਾਸਪੋਰਟ ਨਹੀਂ ਹੋ ਸਕਦਾ ਪਰ ਇਹਦਾ ਮਤਲਬ ਇਹ ਥੋੜਾ ਵੀ ਜੇ ਪਾਸਪੋਰਟ ਹੈ ਨਹੀਂ ਤੇ ਆਪਾਂ ਕਿਸ ਨੂੰ ਦਰਸ਼ਨਾਂ ਤੋਂ ਵਾਂਝਾ ਰੱਖ ਲਈਏ ਹੁਣ ਉਹ ਕਹਿੰਦੇ ਵੀ ਆਪਾਂ 9 ਮੀਟਰ ਉੱਚਾ ਇੱਕ ਵੱਡਾ ਸਾਰਾ ਟਾਵਰ ਉਹਦੀ ਉਸਾਰੀ ਕਰਵਾ ਰਹੇ ਹਾਂ ਵੀ ਜਿਹਦੇ ਕੋਲੇ ਪਾਸਪੋਰਟ ਨਹੀਂ ਹੈਗਾ ਉਹ ਉੱਥੇ ਜਿੱਥੋਂ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਆ ਉਸ ਟਾਵਰ ਤੇ ਜਾ ਕੇ 400 450 ਬੰਦਾ ਐਟ a ਟਾਈਮ ਉਥੇ ਦਰਸ਼ਨ ਕਰ ਸਕਿਆ ਕਰੂਗਾ ਉਹਦੀ ਕਹਿੰਦੇ ਉਹ ਸਾਰੀ ਸ਼ੁਰੂ ਹੋ ਗਈ ਹੈ 6 ਮਹੀਨਿਆਂ ਚੋਂ ਬਣ ਜਾਣਾ ਕਿਸੇ ਕਾਗਜ਼ੀ ਪੱਤਰ ਦੀ ਲੋੜ ਨਹੀਂ ਤੁਸੀਂ ਉਥੇ ਜਾਓ ਉਸ ਟਾਵਰ ਤੇ ਚੜ ਕੇ ਤੁਸੀਂ ਦਰਸ਼ਨ ਦੇ ਦਾਰੇ ਕਰ ਆਓ ਤੇ ਫਿਰ ਕਰੋ ਕਰੀ ਹੁਣ ਤੁਸੀਂ ਇਹ ਦੇਖੋ ਵੀ ਜੇ 6-7 ਮਹੀਨੇ ਚ ਇਹ ਕੰਮ ਹੋ ਜਾਂਦਾ ਉਦੋਂ ਬਾਅਦ ਅਗਲਾ ਪੂਰਾ ਸਾਲ ਪਿਆ ਉਹਨਾਂ ਦੇ ਕੋਲ ਪ੍ਰਚਾਰ ਕਰਨ ਦੇ ਲਈ 24 ਤੱਕ ਪਿਆ ਲੋਜੀ ਕੀਤਾ ਪਹਿਲਾਂ ਦੇ ਲਾਂਗਾ ਖੋਲਿਆ ਜਿਹੜਾ ਨਹੀਂ ਜਾ ਸਕਦਾ ਉਹ ਲਈ ਇੱਥੇ ਪ੍ਰਬੰਧ ਕਰ ਦਿੱਤਾ ਤੇ ਫਿਰ ਸਾਰੀਆਂ ਪ੍ਰਾਪਤੀਆਂ ਜਦੋਂ ਇਕੱਠੀਆਂ ਕਰਕੇ ਵੱਡੀ ਡੈਰੀ ਚ ਲਿਖ ਕੇ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖੀਆਂ ਤੇ ਫਿਰ ਵੋਟਾਂ ਤੇ ਨਹੀਂ ਦੇਖੋ ਯਤਨ ਤਾਂ ਉਹ ਕੀ ਜਾਂਦੇ ਆ ਦੂਸਰੀਆਂ ਪਾਰਟੀਆਂ ਚੋਂ ਬੰਦੇ ਵੀ ਸੱਦੀ ਜਾਂਦੇ ਆ ਪ੍ਰਧਾਨ ਮੰਤਰੀ ਸਾਹਿਬ ਆ ਕੇ ਗਏ ਹੋ ਕੇ ਗਏ ਆ ਕੇਂਦਰੀ ਮੰਤਰੀ ਹੋ ਕੇ ਜਾ ਰਹੇ ਆ ਸਿਰਸਾ ਸਾਹਿਬ ਦਾ ਬਿਆਨ ਸਿਰਸਾ ਸਾਹਿਬ ਦੇ ਕਈ ਸਿੱਧੇ ਕਈ ਅਸਿੱਧੇ ਸਾਥੀ ਉਹ ਵੀ ਸਰਗਰਮ ਨੇ ਤੇ ਕੁਸ਼ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਉਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਮਾਤਾ ਜੁੜੀਆਂ ਆਪਾਂ ਸਾਰੇ ਜਾਣਦੇ ਆ ਜਦੋਂ ਸਿੱਖਾਂ ਦੀਆਂ ਨਹੀਂ ਪੰਜਾਬੀਆਂ ਦੀਆਂ ਜੁੜੀਆਂ ਤੇ ਉਥੇ ਕੱਲਾ ਇਹ ਨਹੀਂ ਕਿ ਪਾਸਪੋਰਟ ਤੋਂ ਬਿਨਾ ਉਥੇ ਫੀਸ ਵੀ ਨਹੀਂ ਲੱਗਣੀ ਕੁਝ ਵੀ ਨਹੀਂ ਕੁਝ ਵੀ ਨਹੀਂ ਲੱਗਣਾ ਯਾਨੀ ਸਾਡੇ ਟਾਵਰ ਦੇ ਜਿਹੜਾ ਉਹ ਦਰਸ਼ਨ ਕਰੋ ਸਰੀਰ ਲੈ ਕੇ ਜਾਣਾ ਹਮ ਸਰੀਰ ਅਪੜਦਾ ਕਰਨਾ ਉਥੇ ਵੀ ਪਾਈ ਅਪੜ ਜਾ ਉਥੇ ਪਹਿਲਾਂ ਵੀ ਆਪਾਂ ਨੂੰ ਪਤਾ ਹੈ ਕਿ ਉਥੋਂ ਦਰਸ਼ਨ ਕਰਦੇ ਸੀ ਪਰ ਉਹ ਥੋੜੀ ਥਾਂ ਸੀ ਹੁਣ ਉਥੇ ਬਣਾ ਦੇਣਗੇ ਵਧੀਆ ਦੂਰਬੀਨਾ ਲਾ ਦੇਣਗੇ ਲੋਕ ਉਥੋਂ ਜਾ ਕੇ ਦਰਸ਼ਨ ਦਾਰੇ ਕਰਨਗੇ ਉਥੇ ਮੱਥਾ ਟੇਕ ਆਇਆ ਕਰਨਗੇ ਤੇ ਪਹਿਲਾਂ ਮੰਗ ਹੁੰਦੀ ਰਹੀ ਆ ਕਿ ਬਿਨਾ ਪਾਸਪੋਰਟ ਤੋਂ ਪਚਾਓ ਜੀ ਆ ਫੀਸ ਬੰਦ ਕਰੋ ਜੀ ਕੋਈ ਹੰਕਾਰ ਨਹੀਂ ਸੀ ਪਰਦਾ ਹੁਣ ਮੰਗ ਵੀ ਨਹੀਂ ਹੋਈ ਕਹਿਣ ਦਾ ਭਾਵ ਹੈ ਕਿ ਸਿਰਾ ਸਾਰੇ ਦਾ ਸਾਰ ਅਗਲੇ ਨੇ ਆਪਣੇ ਸਰ ਬੰਨਣਾ ਚਾਹਣੋਂ ਬੰਨਣ ਲੋਕਾਂ ਨੂੰ ਸਹੂਲਤ ਸੰਗਤ ਨੂੰ ਸਹੂਲਤ ਹੋਣੀ ਚਾਹੀਦੀ ਹੈ ਇਥੇ ਨਾਲ ਦੀ ਨਾਲ ਸੰਧਾਲੀਆ ਸਾਹਿਬ ਇੱਕ ਚਰਚਾ ਚਰਚਾ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਸਤੰਬਰ ਚ ਫੇ ਆਉਣਗੇ ਤੇ ਹੋ ਸਕਦਾ ਹੈ ਕਿ ਪੰਜਾਬ ਦੇ ਉਧਰਲੇ ਪਾਸੇ ਹੀ ਆਉਣ ਜਿੱਧਰਲੇ ਪਾਸੇ ਇਲੈਕਸ਼ਨ ਤੋਂ ਪਹਿਲਾਂ ਆਉਣਾ ਸੀ ਪਰ ਉਹਨਾਂ ਦਾ ਕਾਫਲਾ ਰਾਹ ਚ ਰੁਕ ਗਿਆ ਸੀ ਉਧਰਲੇ ਪਾਸੇ ਹੀ ਤੇ ਜੇ ਉਧਰਲੇ ਪਾਸੇ ਆਏ ਪ੍ਰਧਾਨ ਮੰਤਰੀ ਸਾਹਿਬ ਤੇ ਇਹ ਵੀ ਚਰਚਾ ਹੈ ਕਿ ਜਨਵਰੀ ਫਰਵਰੀ ਦੇ ਵਿੱਚ ਅਸ਼ਵਨੀ ਸ਼ਰਮਾ ਸਾਹਿਬ ਜਿਹੜੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਨ੍ਹਾਂ ਦਾ ਕਾਰਜਕਾਲ ਹੋਣਾ ਖਤਮ ਪਰ ਹੋ ਸਕਦਾ ਸਤੰਬਰ ਦੇ ਵਿੱਚ ਹੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਰਦੋਬਦਲ ਹੋ ਜਵੇ ਤੇ ਪ੍ਰਧਾਨਗੀ ਦੇ ਚਿਹਰੇ ਦੀ ਵਿੱਚ ਤਬਦੀਲੀ ਦੀ ਚਰਚਾ ਹੈ ਜਾਖੜ ਸਾਹਿਬ ਦਾ ਨਾਮ ਕਹਿੰਦੇ ਜੀ ਉੱਪਰਲੇ ਪਾਸੇ ਆਉਂਦਾ ਸੁਨੀਲ ਜਾਖੜ ਹੋਰਾਂ ਦਾ ਹਾਲਾਂਕਿ ਉਹ ਬੀਜੇਪੀ ਚ ਨਵੇਂ ਨੇ ਸਾਨੂੰ ਨਹੀਂ ਪਤਾ ਕਿ ਉਹਨਾਂ ਨੂੰ ਉੱਪਰਲੇ ਪਾਸੇ ਲਿਆਉਣਗੇ ਪਰ ਜੇ ਇਸ ਤਰੀਕੇ ਦੇ ਨਾਲ ਕੇਂਦਰੀ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਸਾਹਿਬ ਨਾਲ ਜੇਪੀ ਨੱਡਾ ਸਾਹਿਬ ਦੇ ਨਾਲ ਮੀਟਿੰਗਾਂ ਦੇ ਵਿੱਚ ਜਾਖੜ ਸਾਹਿਬ ਅੱਗੇ ਰਹਿੰਦੇ ਆ वैसे भी ਉਹਨੂੰ ਤਾਂ ਪ੍ਰਵਾਰਕ ਪਸ਼ੋਕੜ ਕੇਂਦਰ ਸਰਕਾਰਾਂ ਦੇ ਵਿੱਚ ਵੀ ਰਿਹਾ ਰਾਜਪਾਲ ਪਦਰ ਤੱਕ ਉਹ ਪੁੱਜੇ ਨੇ ਕਾਂਗਰਸ ਪਾਰਟੀ ਦੇ ਵਿੱਚ ਵੀ ਪ੍ਰਧਾਨ ਰਹੇ ਨੇ ਮੁੱਖ ਮੰਤਰੀ ਉਹ ਬਣ ਚੱਲੇ ਸੀ ਉਹ ਸਾਰੀਆਂ ਚੀਜ਼ਾਂ ਨੂੰ ਕੈਲਕੂਲੇਟ ਦਾ ਕਿਤੇ ਨਾ ਕਿਤੇ ਕਰਦੇ ਹੋਣੇ ਕਿ ਸਾਡੇ ਕੋਲੇ 2 ਐਮਐਲਏ ਨੇ ਇਹਨਾਂ ਨੂੰ ਮੇਰੇ ਖਿਆਲ 40 ਬੰਦੇ ਵੋਟ ਪਾ ਕੇ ਤਿਆਰ ਸੀ ਕਿ ਭਾਈ ਆਪਾਂ ਆਹੋ ਹੁਣ ਵੀ ਬਹੁਤੀ ਕਾਂਗਰਸ ਇਹ ਥੋੜੀ ਕਹਿੰਦੀ ਜਾਖੜ ਸਾਹਿਬ ਬੰਦੇ ਮਾੜੇ ਨੇ ਉਹ ਕਹਿੰਦੇ ਯਾਰ ਬਿਆਨ ਨਾ ਇਦਾਂ ਦੇ ਆਧਿਆ ਕਰੋ ਹੁਣ ਚਰਚਾ ਇੱਕ ਸੰਧਾ ਲਈ ਹੈ ਸਭ ਹੋਰ ਵੀ ਹੈ ਤੁਸੀਂ ਇਹ ਦੇਖੋ ਪ੍ਰਧਾਨ ਮੰਤਰੀ ਸਾਹਿਬ ਦੀ ਦੌਰੇ ਦੀ ਦੁਬਾਰਾ ਆਹਟ ਕੇਂਦਰੀ ਮੰਤਰੀਆਂ ਦਾ ਪੰਜਾਬ 'ਚ ਹੋਣਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਬਿਨਾ ਪਾਸਪੋਰਟ ਤੋਂ ਆਦਰਸ਼ਨ ਦਾ ਜਿਹੜਾ ਤਰੀਕਾ ਇਹ ਸਾਰੀਆਂ ਚੀਜ਼ਾਂ ਤੇ ਦੂਸਰੇ ਪਾਸੇ ਚਰਚਾ ਇਹ ਵੀ ਚੱਲਦੀ ਹੈ ਕਿ ਭਾਈ ਉੱਪਰਲੇ ਪਾਸਿਓਂ ਵੀ ਹੁਣ ਇੱਕ ਦੋ ਹੋ ਸਕਦਾ ਛਾਪੇ ਛੂਪੇ ਪਹਿਣ ਦੋ ਛਾਪੇ ਪੈਂਦੇ ਛੇ ਬੰਦੇ ਇੱਧਰੋਂ ਆ ਜਾਂਦੇ ਹੁੰਦੇ ਆ ਹੂੰ ਨਹੀਂ ਪ੍ਰੈਸ਼ਰ ਹੀ ਆ ਚਲੋ ਇੱਕ ਬੇਨਤੀ ਤਾਂ ਆਪੇ ਇਹ ਵੀ ਕਰ ਦਿੰਦੇ ਆ ਇਹ ਫਿਰ ਬਾਕੀ ਦੀਆਂ ਵਿਰੋਧੀ ਪਾਰਟੀਆਂ ਨੂੰ ਵੀ ਭਾਈ ਸਾਹਿਬ ਤੁਸੀਂ ਐ ਨਾ ਸਮਝੋ ਕਿ ਹਾਂ ਵੀ ਪੰਜਾਬੀਆਂ ਨੇ ਭਾਜਪਾ ਨੂੰ ਅਪਣਾਉਣਾ ਨਹੀਂ ਕਾਰਨੇ ਆ ਵੀ ਪੰਜਾਬੀਆਂ ਦੀ ਬੀਜੇਪੀ ਨਾਲ ਕਿਹੜਾ ਕੋ ਵਟ ਦਾ ਰੌਲਾ ਵੀ ਨਾ ਮੇਰ ਸਾਡੀ ਤੇ ਪਿਓ ਦੇ ਦਾਦੇ ਤੋਂ ਚੱਲਦੀ ਵੀ ਪਾਣੀ ਦੀ ਵਾਰੀ ਤੋਂ ਲੜੇ ਉਦੋਂ ਕਈ ਮਾਰ ਕੇ ਕੇ ਚੱਲਦਾ ਹੈ ਅੱਜ ਸਾਡੀਆਂ ਉੱਤੇ ਤਰੀਕਾ ਪੈਣ ਇਹੋ ਜੀ ਦੀ ਗੱਲ ਕੋਈ ਨਹੀਂ ਜੀ ਇਹ ਤੇ ਜੋ ਬਣਾਇਆ ਪ੍ਰਚਾਰਿਆ ਲੀਡਰਾਂ ਨੇ ਉਸੇ ਹਿਸਾਬ ਨਾਲ ਲੋਕਾਂ ਨੇ ਮੰਨ ਲਿਆ ਵੀ ਅੱਛਾ ਯਾਰ ਫਲਾਨੀ ਗੱਲ ਫਲਾਨੇ ਨੇ ਕੀਤੀ ਹੋ ਦੋ ਨਹੀਂ ਚਾਰ ਚਾਰ ਨਹੀਂ ਪੰਜ ਮਸਲੇ ਹੋਣਗੇ ਤੇ ਹੈਗੇ ਉਹਨਾਂ ਦੇ ਕੋਲ ਨੇ ਜਿਨ੍ਹਾਂ ਦੀ ਜੇਬ ਦੇ ਵਿੱਚ ਇੱਕ ਨਹੀਂ ਕਿੰਨੇ ਹੀ ਹਰੇ ਪੈਨੇ ਆ ਜਿਹਦੇ ਨਾਲ ਮਰਜ਼ੀ ਕੱਢ ਕੇ ਅਲੀਏ ਦਸਤਖਤ ਕਰ ਦਿੰਦੇ ਇੱਕ ਦਸਤਖਤਾਂ ਦੇ ਨਾਲ ਥੱਲੇ ਤੱਕ ਕਿੰਨਾ ਫਰਕ ਪੈਣਾ ਸਾਰਿਆਂ ਨੂੰ ਪਤਾ ਜੀ ਮਰ ਦੂਜੀ ਚੀਜ਼ ਇਹ ਆ ਕਿ ਵੀ ਇਹਦੇ ਵਿੱਚ ਅਨੁਸ਼ਾਸਨ ਵਾਲੀ ਗੱਲ ਇੱਥੇ ਆਪਾਂ ਫੇਰ ਕਰ ਦਈਏ ਹੁਣ ਭਾਵੇਂ ਉਹ ਜਿਹੜੇ ਮਰਜ਼ੀ ਚਿਹਰੇ ਨੂੰ ਆਖਣ ਪਿਆ ਆ ਲਓ ਜੀ ਆ ਤੁਹਾਡਾ ਪ੍ਰਧਾਨ ਬੀਜੇਪੀ ਦੇ ਵਿੱਚੋਂ ਕਿਸੇ ਨੇ ਚੀਨ ਨਹੀਂ ਕਰਨੀ ਦੇਖੋ ਇਹ ਕੋਈ ਵੱਡੀ ਗੱਲ ਨਹੀਂ ਇੱਥੇ ਕੋਈ ਸੰਧਾਲੀਆ ਸਭ ਤੁਸੀਂ ਹੈਰਾਨ ਨਾ ਹੋਵੋ ਇੱਥੇ ਕੋਈ ਕੀੜੀ ਦਾ ਆਟਾ ਡੁੱਲ ਗਿਆ ਵਾਲੀ ਗੱਲ ਨਹੀਂ ਇੱਥੇ ਉਹ ਦੇ ਚਿੜੀ ਵਾਲੀ ਗੱਲ ਨਹੀਂ ਤੁਸੀਂ ਮੈਨੂੰ ਨਹੀਂ ਸਮਝ ਆਉਂਦੀ ਤੁਸੀਂ ਬੀਜੇਪੀ ਨੂੰ ਅਨੁਸ਼ਾਸਨ 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 ਕਰੀ ਜਾਂਦੇ ਹੋ ਕਾਂਗਰਸ ਚ ਘਾਟ ਅਨੁਸ਼ਾਸਨ ਬੜਾ ਬਹੁਤ ਜਣੀ ਦੇਖ ਕੇ ਭੁੱਖ ਲੈਂਦੀ ਇਹਨਾਂ ਅਨੁਸ਼ਾਸਨ ਅਨੁਸ਼ਾਸਨ ਤੇ ਇੰਨਾ ਵੀ ਤੁਸੀਂ ਦੇਖੋ ਵੀ ਇੱਕ ਦਿਨ ਖਹਿਰਾ ਸਾਹਿਬ ਨੇ ਮਾੜਾ ਟਵੀਟ ਕੀਤਾ ਹੈ ਨਾਲ ਨੋਟਿਸ ਆ ਗਿਆ ਕਿੰਨਾ ਕਿ ਯਾਨੀ ਥੋੜਾ ਜਿਹਾ ਕੀਤਾ ਜਾਂਦਾ ਨਾਲ ਹੀ ਉਹਨਾਂ ਨੂੰ ਨੋਟਿਸ ਆ ਗਿਆ ਅਨੁਸ਼ਾਸਨ ਤੇ ਇੰਨੀ ਹੋ ਗਏ ਨੇ ਨਹੀਂ ਤੁਸੀਂ ਇਹ ਦੇਖੋ ਨਾ ਯਾਨੀ ਕਾਂਗਰਸ ਪਾਰ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਆ ਸਾਰੇ ਬੰਦੇ ਆ ਬੈਠੇ ਹੁੰਦੇ ਠੀਕ ਹੈ ਜੀ ਯੈਸ ਸਰ ਯੈਸ ਮੈਮ ਠੀਕ ਹੈ ਜੀ ਉਹ ਕਹਿੰਦੇ ਜੇ ਉਧਰਲੇ ਪਾਸੇ ਪ੍ਰਚਾਰ ਕਰਨਾ ਉਹ ਚੱਲ ਪੈਂਦੇ ਆ ਦੂਜੇ ਪਾਸੇ ਕਾਂਗਰਸੀਆਂ ਦਾ ਵਿਰੜਾ ਜਾਨੀ ਜਿਹੜੇ ਕਹਿੰਦੇ ਆ ਕਿ ਭਾਈ ਸਾਡੀ ਕੇਂਦਰ ਚ ਵੀ ਇਹਨਾਂ ਦੇ ਨਾਲ ਲੜਾਈ ਸਾਡੀ ਪੰਜਾਬ 'ਚ ਵੀ ਇਹਨਾਂ ਦੇ ਨਾਲ ਲੜਾਈ ਕਾਂਗਰਸ ਪਾਰਟੀ ਦੁਆਰਾ ਹੋਊਗੀ ਤੁਸੀਂ ਦੇਖੋ ਇੱਕ ਪਾਸੇ 올 ਇੰਡੀਆ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਨੇ ਸੁਖਪਾਲ ਸਿੰਘ ਖਹਿਰਾ ਉਹ ਐਮਐਲਏ ਨਹੀਂ ਹੈਗੇ ਇਕੱਲੇ ਹੂੰ ਮਤਲਬ ਪੂਰੇ ਨੈਸ਼ਨਲ ਲੈਵਲ ਦਾ ਉਹਦਾ ਉਹਨਾਂ ਕੋਲੇ ਉਹ ਜਿਹੜੇ 10 12 ਵਿੰਗ ਨੇ ਕਾਂਗਰਸ ਦੇ ਉਹਨਾਂ ਦੇ ਵਿੱਚ ਇੱਕ ਵਿੰਗ ਦੇ ਉਹ ਚੀਫ ਨੇ ਹੂੰ ਬਿਲਕੁਲ ਉਸੇ ਤਰੀਕੇ ਜਿੱਦਾਂ ਕਿਸੇ ਵੇਲੇ ਰਾਜਾ ਵੜਿੰਗ ਸਾਹਿਬ 올 ਇੰਡੀਆ ਯੂਥ ਕਾਂਗਰਸ ਦੇ ਚੀਫ ਹੁੰਦੇ ਸੀ ਉਦਾਂ ਹੀ ਹੈ ਉਹਨਾਂ ਨੂੰ ਨੋਟਿਸ ਆ ਗਿਆ ਕਿ ਤੁਸੀਂ ਭਾਈ ਜੇ ਕੋਈ ਗੱਲ ਕਹਿਣੀ ਹੁੰਦੀ ਹੈ ਪਾਰਟੀ ਪਲੇਟਫਾਰਮ ਤੇ ਕਿਉਂ ਨਹੀਂ ਕਹਿੰਦੇ ਤੁਸੀਂ ਸੋਸ਼ਲ ਮੀਡੀਆ ਤੇ ਕਿਉਂ ਕਹਿੰਨੇ ਆ ਮਾੜਾ ਜਿਹਾ ਸਪਸ਼ਟੀ ਕਰਨ ਦਿਓ ਵੜਿੰਗ ਸਾਹਿਬ ਆਪ ਨਹੀਂ ਬੋਲੇ ਜੈਪੁਰੋਂ ਬੁਲਵਾਏ ਉਹਨਾਂ ਨੇ ਕਿਉਂਕਿ ਜੈਪੁਰੋਂ ਹਰੀਸ਼ ਚੌਧਰੀ ਸਾਹਿਬ ਜਿਹੜੇ ਇਸ ਵੇਲੇ ਦੇ ਇੰਚਾਰਜ ਨੇ ਹੁਣ ਇੱਕ ਪਾਸੇ ਤਾਂ ਇਹਨਾਂ ਦਾ ਆਪਸ ਦੇ ਵਿੱਚ ਪੇਚਾ ਕਿਉਂਕਿ ਉਹਨਾਂ ਨੇ ਕਹਿਤਾ ਹੀ ਕਿ ਭਾਈ ਐਵੇਂ ਬਿਨਾ ਮੰਗੇ ਸਲਾਹ ਨਹੀਂ ਦੇਈ ਦੀ ਹੇਰਾ ਸਾਹਿਬ ਕਦਰ ਘਟ ਜਾਂਦੀ ਹੈ ਇੱਥੇ ਤਾਂ ਇਦਾਂ ਚੱਲੂ ਅਸੀਂ ਆਪਣੇ ਬੰਦਿਆਂ ਦੀ ਪਛਾਣ ਪਿੱਛੇ ਨਹੀਂ ਖੜਨਾ ਤਾਂ ਕਿਹਦੇ ਪਿੱਛੇ ਖੜਨਾ ਇਹਨਾਂ ਨੇ ਕਹਤਾ ਸੀ ਛੋਟੇ ਵਰਕਰ ਦੀ ਵੀ ਸਲਾਹ ਲਿਆ ਕਰੋ ਇੱਕ ਪਾਸੇ ਤਾਂ ਇਹ ਰੌਲਾ ਹੈ ਦੂਸਰੇ ਪਾਸੇ ਜਿਹੜਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਕਹਤਾ ਕਹਿੰਦੇ ਹੋ ਗਈ ਗੱਲ ਦਿੱਲੀ ਵਾਲਿਆਂ ਨਾਲ ਬੀਬੀ ਪ੍ਰਨੀਤ ਕੌਰ ਨੂੰ ਨਹੀਂ ਟੈਕ ਟੋਟ ਐਤ ਕੀ ਪਟਿਆਲਿਓਂ ਮਿਲਣੀ ਉਹ ਸਾਨੂੰ ਪਤਾ ਲੱਗ ਗਿਆ ਉਹ ਕਾਂਗਰਸ 'ਚ ਨਹੀਂ ਹੈਗੇ ਹੁਣ ਬੀਬੀ ਨੂੰ ਅਸਤੀਫਾ ਦੇ ਦੇ ਬੀਬੀ ਨੂੰ ਅਸਤੀਫਾ ਦੇਣਾ ਚਾਹੀਦਾ ਬੀਬੀ ਨੂੰ ਕਾਂਗਰਸ ਪਾਰਟੀ ਛੱਡ ਦੇਣੀ ਚਾਹੀਦੀ ਹੈ ਨਾਲੇ ਕੈਪਟਨ ਅਮਰਿੰਦਰ ਸੂ ਵੀ ਸੁਣ ਲਵੇ ਇੰਜੀਨੀਅਰ ਵੀ ਕੈਪਟਨ ਸਾਹਿਬ ਤੁਸੀਂ ਬਿਨਾ ਕਾਂਗਰਸ ਤੋਂ ਚੋਣਾਂ ਲੜੀਆਂ ਤੁਹਾਡੀਆਂ ਜ਼ਮਾਨਤਾਂ ਜਬਤ ਹੋਈਆਂ ਪਟਿਆਲੇ 'ਚ ਵੀ ਤੁਸੀਂ ਕਾਂਗਰਸ ਤੋਂ ਬਿਨਾ ਕੁਝ ਨਹੀਂ ਮੈਂ ਕਹਿਣਾ ਕਿ ਜੇ ਹਫਤਾਖੰਡ ਬੀਬੀ ਪ੍ਰਨੀਤ ਕੌਰ ਜਿਹੜੇ ਕਾਂਗਰਸ ਪਾਰਟੀ ਦੇ ਐਮਪੀ ਨੇ ਉਹਨਾਂ ਅਸਤੀਫਾ ਨਾ ਦਿੱਤਾ ਬਾਜੋਬਾਬ ਸਾਹਬ ਦੀ ਦਿੱਲੀ ਗੱਲ ਤਾਂ ਹੋਈ ਜਾਂਦੀ ਐ ਬਾਜੋਬਾਬ ਸਾਹਬ ਦਿੱਲੀ ਗੱਲ ਕਰਕੇ ਬੀਬੀ ਜੀ ਨੂੰ ਪਾਰਟੀ 'ਚੋਂ ਕਢਾ ਦੇਣਾ ਹੂੰ ਇਹ ਹੁਣ ਤੋਂ ਕਹਿੰਦੇ ਆ ਵੀ ਕਢਾ ਦੇ ਲੱਦਦਾ ਸਾਦੋ ਉਹ ਵੀ ਕਹਿੰਦੇ ਆ ਉਹ ਜਾਖੜ ਸਾਹਿਬ ਦਾ ਭਤੀਜਾ ਵੀ ਤੇ ਇਹੀ ਕਹਿੰਦਾ ਉਹ ਕਹਿੰਦੇ ਬਹੁਤੀ ਪਿਛਲੇ ਦਿਨੀ ਕਿਹਾ ਸੀਗਾ ਨਾ ਉਹ ਢਿੱਲੋ ਸਾਹਿਬ ਨੇ ਉਹ ਕਹਿੰਦੇ ਵੀ ਇਦਾਂ ਕਿਦਾਂ ਯਾਰ ਇਹਨਾਂ ਨੂੰ ਪਾਸੇ ਹੋਣਾ ਚਾਹੀਦਾ ਉਹ ਕਹਿੰਦੇ ਵੀ ਬਹੁਤੀ ਗੱਲ ਨਹੀਂ ਸਾਨੂੰ ਕਢ ਦਿਓ ਈਹੀ ਵੀ ਉਹ ਕਹਿ ਰਿਹਾ ਉਹ ਕਹਿੰਦੇ ਵੀ ਮਹਾਰਾਜ ਜੀ ਤੁਸੀਂ ਜਿਹੜਾ ਚਰਖਾ ਤੋੜ ਦਿਓ ਜਿੰਦ ਅਜਾਬੋਂ ਛੁੱਟ ਜਾਵੇ ਹੈ ਨਾ ਤੇਹੀਂ ਕਹਿੰਦੇ ਭਲਾ ਹੋਇਆ ਮੇਰੇ ਚਰਖਾ ਟੁੱਟਾ ਅੱਜ ਇਹ ਗੱਲ ਹੋਰ ਆਪੇ ਤੇ ਬੇਨਤੀ ਕਰੀਏ ਵੀ ਇਹ ਸਾਰੇ ਜਦੋਂ ਆਪਾਂ ਨੋਟਸਾਂ ਦੀ ਚਰਚਾ ਕਰਦੇ ਆ ਇੱਕ ਗੱਲ ਤੇ ਹੋ ਗਈ ਹੈ ਨਾ ਵੀ ਇੰਡਾਇਰੈਕਟ ਜੇ ਮੈਸੇਜ ਤੇ ਚਲੇ ਜਾਂਦਾ ਵੀ ਮਾਰੇ ਠੀਕ ਆ ਉਹਦਾ ਭਾਵੇਂ ਤੁਹਾਨੂੰ ਨਾ ਨੈਸ਼ਨਲ ਲੈਵਲ ਦਾ ਦਿੱਤਾ ਪਰ ਚਲਦੀ ਹੈ ਜੀ ਸਾਡੀ ਜੀ ਰਾਜਾ ਵੜਿੰਗ ਸਾਹਿਬ ਦਾ ਮੈਸੇਜ ਵੀ ਫਿਰ ਇਦਾਂ ਹੀ ਕਿਹਾ ਨਾ ਜੀ ਉਹ ਕਹਿੰਦੇ ਵੀ ਇਹ ਵੇਖਿਆ ਫਿਰ ਨੋਟਿਸ ਕਢਾਇਆ ਕਿ ਨਹੀਂ ਹੁਣ ਜੇ ਇਹ ਨੋਟਿਸ ਇਹ ਆ ਗਿਆ ਤੇ ਹੋ ਸਕਦਾ ਵੀ ਦੋ ਚਾਰ ਬੰਦੇ ਜਿਹੜੇ ਫਿਰ ਕਿਸੇ ਵੇਲੇ ਹੋਰ ਹੁੰਦਾ ਵੇ ਅਗਲਾ ਯਾਰ ਮੈਂ ਨਾ ਬੜਾ ਖਿਜਿਆ ਜਾਂ ਵੱਖਿਓਂ ਜੋ ਬੋਲਣਾ ਉਹ ਨਹੀਂ ਯਾਰ ਰਹਿਣ ਦੇ ਭਰਾਵਾ ਉਹਨੂੰ ਵੀ ਨੋਟਿਸ ਆ ਗਿਆ ਹੈ ਆਪਾਂ ਚੁੱਪ ਹੀ ਰਹੀਏ ਚੁੱਪ ਹੀ ਭਲੀ ਇਹ ਤੇ ਫਾਇਦਾ ਹੋ ਗਿਆ ਨਾ ਨਹੀਂ ਫਾਇਦਾ ਹੋ ਗਿਆ ਰਾਜਾ ਵਾ ਵਾ ਚਰਚਾ ਹੀ ਚੱਲ ਵੀ ਨਾ ਜਾਖੜ ਸਾ ਦੇਖੋ ਇਹਨਾ ਇਹਨਾ ਤਾਂ ਬਹੁਤ ਕਲੀਅਰ ਹੈ ਉਹਨਾਂ ਨੇ ਹੰਕਾਰੀ ਵੀ ਕਿਆ ਉਹ ਕਹਿੰਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੰਕਾਰੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੇ ਮੇਰੇ ਨਾਲ ਗੱਲ ਕਰਨੀ ਹੈ ਐਜ਼ ਅ ਪ੍ਰਧਾਨ ਤਾਂ ਆਰਾਮ ਨਾਲ ਸੱਦ ਕੇ ਬੈਠ ਕੇ ਗੱਲ ਕਰੇ ਮੀਡੀਆ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਕਿਉਂ ਜਾਂਦੇ ਹੁਣ ਤੁਸੀਂ ਦੇਖੋ ਇੱਕ ਮੈਂਬਰ ਪਾਰਲੀਮੈਂਟ ਨੇ ਜਸਵੀਰ ਸਿੰਘ ਡਿੰਪਾ ਸਾਹਿਬ ਤੁਸੀਂ ਕਦੇ ਬਿਆਨ ਸੁਣਿਆ ਕਿਸੇ ਦੇ ਹੱਕ 'ਚ ਕਿਸੇ ਉਹ ਚੁੱਪ ਨਹੀਂ ਹਮ ਸਿਆਸਤਦਾਨ ਦੀ ਚੁੱਪ ਵੀ ਮਾੜੀ ਹੁੰਦੀ ਹੈ ਕਿਉਂਕਿ ਉਹ ਸਿਆਸਤਦਾਨ ਕਾਹਦਾ ਚੁੱਪ ਹੋਵੇ ਹੁਣ ਇੱਕ ਪਾਸੇ ਤੱਕ ਦੇਖੋ ਭਗਵੰਤ ਮਾਨ ਸਾਹਿਬ ਚੁੱਪ ਹੋਏ ਸੀ ਮੁੱਖ ਮੰਤਰੀ ਬਣ ਕੇ ਅਗਲਾ ਵੈਸੇ ਮੈਂ ਗੱਲ ਹੀ ਕੀਤੀ ਆ ਪੂਰੇ ਪੂਰੇ ਹਾਂ ਹੁਣ ਉਹ ਚੁੱਪ ਨੇ ਮਨੀਸ਼ ਤਿਵਾੜੀ ਸਾਹਿਬ ਕਹਿੰਦੇ ਸੀ ਮੈਂ ਕਿਰਾਏਦਾਰ ਨਹੀਂ ਉਹ ਵੀ ਐਮਪੀ ਨੇ ਮੈਂ ਕਾਂਗਰਸ 'ਚ ਹਿੱਸੇਦਾਰਾਂ ਜੇ ਕਰਨਾ ਕਰ ਦਿਓ ਦੇਖ ਲਾਂਗੇ ਦੋ ਗਏ ਤੀਸਰੇ ਨੰਬਰ ਦੇ ਉੱਤੇ ਬੀਪੀ ਪ੍ਰਨੀਤ ਗੌਰ ਨੇ ਉਹ ਕਹੇ ਬਾਈਬਾ ਸਾਹਿਬ ਕਹਿੰਦੇ ਉਹ ਪਾਰਟੀ 'ਚ ਨਹੀਂ ਹੈਗੇ ਯਾਨੀ ਤੁਹਾਡੇ ਤਿੰਨ ਐਮਪੀ ਫਿਰ ਚੌਥੇ ਨੰਬਰ ਦੇ ਉੱਤੇ ਜਾਖੜ ਸਾਹਿਬ ਸੰਦੀਪ ਜਾਖੜ ਐਮ ਕਐਮ ਐਲ ਏ ਫਿਰ ਖਹਿਰਾ ਸਾਹਿਬ ਨੂੰ ਨੋਟਿਸ ਭੇਜ ਦਿੱਤਾ ਹੂੰ ਉਧਰ ਨਵਤੇਜ ਸਿੰਘ ਚੀਮਾ ਸਾਹਿਬ ਆ ਜੇ ਪਤਾ ਨਹੀਂ ਕਿੰਦਾਂ ਦੀ ਸੋਚ ਵਿਚਾਰ ਕਰਦੇ ਹੋਣੇ ਕਿਉਂਕਿ ਉਹਨਾਂ ਦੇ ਹਲਕੇ ਤੋਂ ਹੁਣ ਉਹ ਕਾਂਗਰਸੀ ਨੇ ਆਪਣੇ ਹਲਕੇ 'ਚ ਹੀ ਨੇ ਪਰ ਉਹਨਾਂ ਦੇ ਹਲਕੇ ਤੋਂ ਐਮ ਐਲ ਏ ਕੋਈ ਹੋਰ ਨਹੀਂ ਹੂੰ ਹੁਣ ਉਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਉਹ ਬੜੀਆਂ ਅਜੀਬ ਹੋ ਗਈਆਂ ਹੁਣ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਨੇ ਇਲੈਕਸ਼ਨ ਵੀ ਲੜਨੀ ਹੈ ਇਹ ਤਿੰਨ ਐਮ ਪੀ ਨੇ ਇਹਨਾਂ ਤਿੰਨਾਂ ਦੇ ਵਿੱਚੋਂ ਕਿਹਨੂੰ ਟਿਕਟ ਦੇਣੀ ਆ ਕਿਹਨੂੰ ਨਹੀਂ ਦੇਣੀ ਉਹਨਾਂ ਦੀ ਥਾਂ ਕਿਹਨੂੰ ਟਿਕਟ ਦੇਣੀ ਆ ਜੇ ਤੁਸੀਂ ਇਹਨਾਂ ਨੂੰ ਟਿਕਟਾਂ ਨਾ ਦਿੱਤੀਆਂ ਤਾਂ ਉਹਨਾਂ ਟਿਕਟਾਂ ਟਿਕਟਾਂ ਤਾਂ ਉਹਨਾਂ ਨੂੰ ਮਿਲ ਹੀ ਜਾਣੀਆਂ ਹੂੰ ਇਸ ਕਰਕੇ ਰਾਜਾ ਉਡਿੰਗ ਸਾਹਿਬ ਦੇ ਲਈ ਕੰਮ ਕਸੂਤਾ ਹੋ ਗਿਆ ਸੁਖਾਲਾ ਨਹੀਂ ਹੈਗਾ ਇੱਕ ਤਾਂ ਬੰਦੇ ਪਾਰਟੀ ਛੱਡ ਕੇ ਜਾਈ ਜਾਂਦੇ ਆ ਦੂਜਾ ਆ ਪੰਗਾ ਜਿਆ ਪਿਆ ਤੀਸਰਾ ਸਭ ਤੋਂ ਵੱਡੀ ਗੱਲ ਕੀ ਆ ਆ ਪੰਜਾਬ ਹੈ ਇਹਦੇ ਉੱਪਰਲੇ ਪਾਸੇ ਜੰਮੂ ਕਸ਼ਮੀਰ ਹੈ ਹੂੰ ਉੱਥੇ ਵੀ ਜਿਹਨੂੰ ਆਪਣੇ ਉਹਨੂੰ ਕਾਰ ਦਿੰਦੇ ਆ ਕਿ ਭਾਈ ਤੂੰ ਸਾਡੀ ਪ੍ਰਧਾਨਗੀ ਦੀ ਕਾਰ ਚਲਾ ਲੈ ਉਹ ਜਦੋਂ ਉਹ ਬਦਲਾ ਦਾ ਮੈਨੂੰ ਕਾਰ ਦਿੱਤੀ ਉਸੇ ਵੇਲੇ ਬਿਨਾਂ ਕਲਚ ਨੱਪਿਆ ਅਗਲੇ ਬ੍ਰੇਕ ਮਾਰ ਦਿੰਦੇ ਆ ਤੇ ਗੀਅਰ ਕੱਢੇ ਬਿਨਾਂ ਗੱਡੀ ਛਾਲ ਮਾਰ ਕਹਿੰਦੇ ਅਹੀਂ ਨਹੀਂ ਚਾਬੀ ਸਿੱਧੀ ਗੱਟਿਆਂ ਚ ਉਪਰੋਂ ਹਿਮਾਚਲ ਵਾਲੇ ਆ ਲੋਕਾਂ ਦੇ ਚਾਬੀ ਪੰਜਾਬੀ ਵੀ ਨਹੀਂ ਦਿੰਦੇ ਕਹਿੰਦੇ ਲੈ ਨਹੀਂ ਰੋ ਮੈਨੂੰ ਮੈਂ ਲੈਣਾ ਕੀ ਹੈ ਕਿ ਤੇ ਤੁਹਾਡੀ ਕਾਰ ਤੋਂ ਇਹਦਾ ਕੀ ਪਤਾ ਕਿਹੜੇ ਵੇਲੇ ਖਰਾਬ ਹੋ ਜਣੀ ਇਦਾਂ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਰਾਜਸਥਾਨ ਦੇ ਵਿੱਚ ਸਚਨ ਪਾਇਲਟ ਦਾ ਕੋਈ ਪਤਾ ਨਹੀਂ ਕਦੋਂ ਨੇ ਆਪਣਾ ਵੱਖਰਾ ਰਸ ਲੈ ਕੇ ਕਿਧਰਲੇ ਪਾਸੇ ਨੂੰ ਤੁਰ ਪਣਾ ਆ ਥੱਲੇ ਆਪਣੇ ਹਰਿਆਣਾ ਹਰਿਆਣੇ ਚ ਆਪਾਂ ਦੇਖਿਆ ਕਿ ਕੁਮਾਰੀ ਸ਼ੈਲਜਾ ਔਰ ਇਹ ਵੀ ਥੋੜੇ ਜਿਹਾ ਗੁੱਸੇ ਰਾਜੀ ਜਿਆ ਸੀ। ਕੁਲਦੀਪ ਬਿਸ਼ਨੋਈ ਸਾਹਿਬ ਤਾਂ ਜੇ ਦੇਣੀ ਥੋੜੇ ਹੋਏ ਆ। ਹੂੰ ਅਜੇ ਕੰਮ ਤਤਾ ਹੀ ਐ ਉਹ ਵੀ ਗਏ ਆ। ਇਹਦੇ ਪਹਿਲਾਂ ਇੱਕ ਪ੍ਰਧਾਨ ਸੀ। ਉਹ ਤਾਂ ਸੁੱਖ ਨਾਲ ਦੋ ਤਿੰਨ ਪਾਰਟੀਆਂ ਬਦਲ ਗਿਆ। ਪਹਿਲਾਂ ਇਹਨਾਂ ਨੇ ਪ੍ਰਧਾਨ ਉਹ ਬੜਾ ਕੇ ਰੱਖਿਆ। ਸੋ ਕੁੱਲ ਮਿਲਾ ਕੇ ਆ ਪੰਜਾਬ ਹੀ ਸੀ ਜਿਹੜਾ ਮਾੜਾ ਮੋਟਾ ਯਾਨੀ ਸਾਲ ਪਹਿਲਾਂ ਤੱਕ ਸਰਕਾਰ ਸੀ। ਹੂੰ ਪੂਰੀ ਪੂਰੀ ਸਰਕਾਰ ਫੁੱਲ ਬਹੁਮਤ ਵਾਲੀ ਸਰਕਾਰ ਕਾਂਗਰਸ ਦੀ। ਸਰਕਾਰ ਵੀ ਗਈ। ਹੁਣੇ ਲੱਗਦਾ ਕਿ ਹੌਲੀ ਹੌਲੀ ਪਾਰਟੀ ਵੀ ਚੱਲੀ ਆਮੀ ਸਰਕਾਰ ਵੀ ਗਈ ਕਾਰ ਵੀ ਗਈ ਕਾਰ ਵਾਲੇ ਗੁਰਨਾਮ ਨਬੀ ਅਜ਼ਾਦ ਸਾਹਿਬ ਉਹਨੂੰ ਪੁੱਛ ਲਿਆ ਹੂੰ ਹੂੰ ਕਹਿੰਦੇ ਅਜ਼ਾਦ ਸਾਹਿਬ ਫਿਰ ਤੁਸੀਂ ਹੁਣ ਕਾਂਗਰਸ ਛੱਡ ਦਿੱਤੀ ਤੇ ਇਹ ਮਤਲਬ ਬੀਜੇਪੀ ਜਾਣਾ ਕਹਿੰਦੇ ਨਾ ਹੂੰ ਕਦੀ ਨਹੀਂ ਜਾਊਂਗਾ ਮੈਂ ਬੀਜੇਪੀ ਮੈਨੂੰ ਕਿ ਲੋੜ ਵੀ ਕਹਿੰਦੇ ਜਾਂਦੀ ਉਹ ਕਹਿੰਦੇ ਫਿਰ ਹੁਣ ਕੀ ਪ੍ਰੋਗਰਾਮ ਕੀ ਆ ਕਹਿੰਦੇ ਪ੍ਰੋਗਰਾਮ ਇਹ ਆ ਵੀ ਜੰਮੂ ਕਸ਼ਮੀਰ ਦੇ ਵਿੱਚ ਮੈਂ ਪਾਰਟੀ ਬਣਾਉਣੀ ਆ ਇਲੈਕਸ਼ਨਾਂ ਲੜਨੀ ਐ ਏਡੀ ਕਿਹੜੀ ਗੱਲ ਕਿ ਭਈ ਏਡੀ ਇੰਨਾ ਗੁੱਸਾ ਕਦਾ ਆ ਗਿਆ ਵੀ ਗੱਲ ਹੋਈ ਕੀ ਵੀ ਤੁਸੀਂ ਬਹਿ ਕੇ ਗੱਲ ਕਰ ਲੈਂਦੇ ਰਾਹੁਲ ਗਾਂਧੀ ਨਾਲ ਉਹ ਕਹਿੰਦੇ ਯਾਰ ਮੈਂ ਇੱਕ ਵਾਰ ਗੱਲ ਕੀਤੀ ਮੈਂ ਤੇ ਕਈ ਵਾਰ ਆਖਿਆ ਗੱਲ ਕਰ ਲੋ ਵੀ ਰੌਲਾ ਵਿੱਚ ਉਹ ਇਹ ਆ ਕਹਿੰਦੇ ਵੀ ਯਾਰ ਉਹ ਬੰਦਾ ਸਿਆਸਤ ਦੇ ਵਿੱਚ ਸੀਰੀਅਸ ਹੀ ਨਹੀਂ ਗੁਲਾਮ ਨਬੀ ਅਜ਼ਾਦ ਸਾਹਿਬ ਦਾ ਬਿਆਨ ਆ ਵੀ ਕਾਂਗਰਸ ਪਾਰਟੀ ਰਾਹੁਲ ਗਾਂਧੀ ਰਣੂ ਪੀਐਮ ਚੇਰੀ ਦੇ ਤੌਰ ਤੇ ਪ੍ਰੋਜੈਕਟ ਕਰਦੀ ਤੇ ਗੁਲਾਮ ਨਬੀ ਅਜ਼ਾਦ ਸਾਹਿਬ ਜਿਹੜੇ ਤਿੰਨ ਦਹਾਕਿਆਂ ਤੋਂ ਵੱਧ ਦੇ ਕਾਂਗਰਸੀ ਹੋਣ ਉਹ ਕਹਿਣ ਵੀ ਯਾਰ ਉਹ ਬੰਦਾ ਸੀਰੀਅਸ ਹੀ ਹੈ ਨਹੀਂ ਸਿਆਸਤ ਦੇ ਲਈ ਇਹ ਵੀ ਬੜੀ ਬੜੀ ਸਟੇਟਮੈਂਟ ਮੈਂ ਮੈਂ ਬਿਲਕੁਲ ਨਹੀਂ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਸਲਾਹ ਕਰ ਲਿਆ ਕਰੋ ਆਜ਼ਾਦ ਸਾਹਿਬ ਤੁਸੀਂ ਵੀ ਆਰੀ ਮਲਕਰਜਨ ਖੜਗੇ ਸਾਹਿਬ ਦੇ ਘਰੇ ਗਏ ਉਹਨੇ ਆ ਤੁਸੀਂ ਵੀ ਆਰੀ ਇਕੱਠੇ ਸਮਾਗਮਾਂ 'ਚ ਗਏ ਉਹਨੇ ਸਟੇਜਾਂ ਇਕੱਠੀਆਂ ਤੁਸੀਂ ਲਾਈਆਂ ਹੋਣੀਆਂ ਉਹ ਕਹਿੰਦੇ ਸੀ ਸਾਡੇ ਵੱਲੋਂ ਪਾਰਟੀ ਦਾ ਪ੍ਰਧਾਨ ਚਾਹੀਦਾ ਈ ਰਾਹੁਲ ਗਾਂਧੀ ਆ ਮਲਕਰਜਨ ਖੜਗੇ ਬਰਾਬਰ ਦੇ ਇੱਕ ਅਦਬੁੱਤ ਦੇ ਲੀਡਰ ਨੇ ਯਾਨੀ ਆਜ਼ਾਦ ਸਾਹਿਬ ਕਹਿੰਦੇ ਰਾਹੁਲ ਗਾਂਧੀ ਸੀਰੀਅਸ ਹੀ ਨਹੀਂ ਉਹ ਕਹਿੰਦੇ ਪ੍ਰਧਾਨ ਹੀ ਇਹਦੇ ਤੋਂ ਚੰਗਾ ਕੋਈ ਨਹੀਂ ਹੂੰ ਯਾਨੀ ਕਿਤੇ ਨਾ ਦੋਨਾਂ ਦੇ ਵਿੱਚੋਂ ਕਿਸੇ ਨਾ ਕਿਸੇ ਦੀ ਕੈਲਕੂਲੇਸ਼ਨ ਤਾਂ ਗਲਤ ਹੈਗੀ ਐ ਵੈਸੇ ਸੀਰੀਅਸ ਕਿੱਦਾਂ ਨਹੀਂ ਚੀਚਾ ਛੁੱਟੀਆਂ ਤੋਂ ਪਹਿਲਾਂ ਰੈਲੀਆਂ ਕਰਦੇ ਹੋ ਹੂੰ ਚੀਚਾ ਸੰਸਦ ਦੇ ਵਿੱਚ ਬੋਲ ਕੇ ਪ੍ਰਧਾਨ ਮੰਤਰੀ ਸੰਜੋਫੀ ਵਾਲਿੰਦੇ ਆ ਚੀਚਾ ਯਾਰਾਂ ਲੱਗੇ ਮੈਂ ਬਹੁਤ ਵਧੀਆ ਭਾਸ਼ਣ ਲਗਾ ਹੁਣ ਨਹੀਂ ਅੱਖ ਤਾਂ ਆਪਦੇ ਨੇ ਪਾਰਲੀਮੈਂਟ 'ਚ ਬੈਠ ਕੇ ਜੀ ਇਹ ਤਾਂ ਆ ਸੀਰੀਅਸਨੈਸ ਕਿਉਂ ਸਰ ਕੀ ਹੋ ਸਕਦੀ ਹੈ ਨਾ ਨਹੀਂ ਗੱਲ ਨਹੀਂ ਤਾਂ ਸਾਰੇ ਦੇਖੋ ਗੱਲ ਇਹ ਆ ਵੀ ਮਲਕਾਰਜ ਨੂੰ ਖੜ ਗਏ ਸਾਹਬ ਤੇ ਮੈਨੂੰ ਐਂ ਲੱਗਦਾ ਵੀ ਉਹ ਕਹਿੰਦੇ ਹੋਣੇ ਵੀ ਯਾਰ ਇਹ ਨਾ ਹੋ ਜੀ ਕਿਸੇ ਵੜੇ ਹੁੰਦਾ ਨਾ ਵੀ ਯਾਰ ਚਲੋ ਹੋਰ ਤੇ ਉਹ ਗੱਲ ਨਹੀਂ ਇਹਨੂੰ ਬਿਠਾ ਦਿਓ ਕੁਰਸੀ ਤੇ ਉਹ ਆ ਨਾ 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 ਯਾਰ ਮੈਨੂੰ ਇੰਨਾ ਬਿਠਾਓ ਇੰਨਾ ਭਾਜੀ ਉਹਨਾਂ ਤੋਂ ਵੱਡਾ ਕੌਣ ਤੇ ਹੈ ਨਾ ਉਹ ਤਾਂ ਮੈਨੂੰ ਲੱਗਦਾ ਇਸੇ ਹਿਸਾਬ 'ਚ ਆਖੀ ਜਾਂਦੇ ਆ ਪਰ ਚਲੋ ਜੋ ਵੀ ਆ ਹੁਣ ਉਹਨਾਂ ਨੇ ਮੇਰੇ ਖ 17 ਤਰੀਕ ਮੇਂ ਥੀ 17 ਮਿਤੀ 17 ਤਰੀਕ ਨੂੰ ਭਾਈ ਸਾਹਿਬ ਵੋਟਾਂ ਪੈਣੀਆਂ ਪੂਰੇ ਇੰਡੀਆ ਦੇ ਵਿੱਚ ਕਾਂਗਰਸੀਆਂ ਦੀਆਂ ਉਹਨਾਂ ਡਿਸਾਈਡ ਕਰਨਾ ਵੀ ਸਾਡੇ ਪ੍ਰਧਾਨ ਕੌਣ ਹੋਣਗੇ ਮੈਂ ਕਹਿਣਾ ਰਾਹੁਲ ਗਾਂਧੀ ਹੋਰਾਂ ਨੂੰ ਅਸੀਂ ਇੱਕ ਸਬੂਤ ਦਿੰਨੇ ਆ ਜੇ ਕੋ ਉਹਨਾਂ ਨੂੰ ਪੁੱਛੇ ਨਾ ਕਿ ਤੁਸੀਂ ਸੀਰੀਅਸਲੀ ਤੁਸੀਂ ਪਾਰਟੀ ਲਈ ਕੀਤਾ ਕੀ ਉਦੋਂ ਦੀਆਂ ਫੋਟੋ ਵੀਡੀਓ ਦਿਖਾ ਰਿਹਾ ਮੇਰੀਆਂ ਬਖੀਆਂ ਚੜ ਗਈਆਂ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਪੱਕੇ ਪੈ ਰਾਂਗਾ ਤੂੰ ਹੀ ਕਹਿੰਦੇ ਮੁੰਡਾ ਸੀਰੀਅਸ ਨਹੀਂ ਹੈ ਜੇ ਨਹੀਂ ਸੀਰੀਅਸ ਤੇ ਤਾਂ ਲੋਕਾਂ ਨੂੰ ਲੱਗਣਾ ਜਿੱਦਾਂ ਹਰੇਕ ਬੰਦਾ ਆਮ ਪੰਜਾਬੀ ਡਾਇਰੈਕਟਰ ਤੇ ਜਿੱਦਾਂ ਬਹਿੰਦਾ ਅੱਛਾ ਹੈ ਨਾ ਕਿਉਂਕਿ ਮਡਗਾੜ ਮਡਗਾੜ ਲੋਹੇ ਦਾ ਹੁੰਦਾ ਤੇ ਲੋਹੇ ਦੇ ਮਡਗਾੜ ਤੇ ਉਦਾਂ ਹੀ ਬਹਿੰਦਾ ਠੀਕ ਹੈ ਉੱਤੇ ਸੋਫਾ ਲਾ ਕੇ ਨਹੀਂ ਬਹਿੰਦਾ ਕੋਈ ਜਦੋਂ ਇਹੋ ਜਿਹਾ ਕੰਮ ਬੰਦਾ ਕਰਦਾ ਫਿਰ ਇਹ ਮੈਨੂੰ ਗੁਲਾਮ ਨਬੀ ਜੱਦ ਸਾਹਿਬ ਦੀ ਗੱਲ ਠੀਕ ਲੱਗਦੀ ਕਿਵੇਂ ਦੀ ਉਹੋ ਹੀ ਕਹਿੰਦਾ ਯਾਰ ਰੀਅਲ ਸੀਰੀਅਸ ਹ ਉਹ ਕਹਿੰਦੇ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਨਾ ਥੋੜ੍ਹਾ ਸਖਤ ਸਮਝਾ ਰੋਖੇ ਸਮਝਦਾ ਸੀ ਪਰ ਕਹਿੰਦੇ ਨਹੀਂ ਹੂੰ ਕਹਿੰਦੇ ਮੈਂ ਸਮਝਦਾ ਕਿ ਨਿੱਕੇ ਨੇ ਆਲੇ ਨਹੀਂ ਹੈਗੇ ਉਹਨਾਂ ਨੂੰ ਕੀ ਪਤਾ ਪਰ ਕਹਿੰਦੇ ਉਹਨਾਂ ਨੂੰ ਬਹੁਤ ਪਤਾ ਉਹ ਬੜੇ ਕੋਮਲ ਹਿਰਦਾ ਬੰਦੇ ਨੇ ਪ੍ਰਧਾਨ ਮੰਤਰੀ ਸਾਹਿਬ ਹੂੰ ਬੇ ਵੀ ਸੁਨਿਆ ਕਦੇ ਵੀ ਚੰਗੇ ਆ ਉਹ ਕਹਿੰਦੇ ਮੇਰੀ ਬੜੀ ਨਹੀਂ ਵੀ ਉਹਨਾਂ ਦੇ ਨਾਲ ਮੈਂ ਉਹਦੇ ਅੱਜ ਵੀ ਇੱਜ਼ਤ ਕਰਦਾ ਹਾਂ ਤੇ ਉਹਨਾਂ ਦੇ ਬੇਟੇ ਦੇ ਤੌਰ ਤੇ ਕਹਿੰਦੇ ਰਾਹੁਲ ਗਾਂਧੀ ਦੀ ਵੀ ਇੱਜ਼ਤ ਕਰਦਾ ਪਰ ਉਹ ਸੀਰੀਅਸ ਨਹੀਂ ਹੂੰ ਨੇ ਸੀਰੀਅਸ ਹੁਣ ਕੋਈ ਕੋਈ ਲਵਾ ਦੀ ਇਹਦਾ ਲਿਆ ਵੀ ਹੁਣ ਆਸਤਾ ਦਾਖ ਰਿਹਾ ਤੁਹਾਨੂੰ ਰਿਪੋਰਟ ਕੱਢ ਦਈਏ ਵੀ ਡਾਕਟਰ ਹਰ ਰੋਜ਼ 12 ਵਜੇ ਆ ਕੇ ਮੈਡੀਕਲ ਬੁਲੇਟਿਨ ਦੇ ਆ ਆ ਫੇਰੋ ਕਹਿਣੀ ਨਹੀਂ ਇਹ ਸੀਰੀਅਸ ਨੇ ਹਨਾ ਵੀ ਇਦਾਂ ਦੀ ਗੱਲ ਨਹੀਂ ਚਲੋ ਆਪਣਾ ਸਾਡਾ ਤਾਂ ਕੰਮ ਦੇਖੋ ਇਹ ਹੈ ਜੀ ਵੀ ਜਿਹੜੀ ਖਬਰ ਜਿਵੇਂ ਹੈ ਉਹਨੂੰ ਆਪ ਜੀ ਦੇ ਸਾਹਮਣੇ ਰੱਖ ਦੇਣਾ ਪਲੱਸ ਜਦੋਂ ਤਾਰਾਂ ਦੂਜੀ ਤੀਜੀ ਚੌਥੀ ਖਬਰ ਨਾਲ ਜਾ ਕੇ ਜੁੜਦੀਆਂ ਨੇ ਉਹਦਾ ਇੱਕ ਸਿਨੈਰੀਓ ਦੱਸ ਦੇਣਾ ਵੀ ਭਾਈ ਸਾਹਿਬ ਬੁਖਾਰ ਕੰਨਗ ਜਾਵਦਾ ਜੀ ਹੁਣ ਜਿਸ ਹਿਸਾਬ ਨਾਲ ਦੇ ਪੂਰੇ ਮੁਲਕ ਦੇ ਵਿੱਚ ਇਸ ਵਕਤ ਕਾਂਗਰਸ ਪਾਰਟੀ ਦੇ ਹਾਲਾਤ ਨੇ ਉਥੋਂ ਪਈ ਅੰਦਾਜ਼ਾ ਤੇ 50 ਦੇ ਕਰੀਬ ਸਿਰਫ ਇਹਨਾਂ ਦੇ ਕੋਲ ਲੋਕ ਸਭਾ ਮੈਂਬਰ ਬਚੇ ਨੇ ਉਹਦੇ ਵਿੱਚੋਂ ਵੀ ਕਈਆਂ ਦੀਆਂ ਲੱਤਾਂ ਖਿੱਚ-ਖਿੱਚ ਕੇ ਕਹਿੰਦੇ ਲੈ ਤੂੰ ਅਸਤੀਫਾ ਦੇ ਦੇ ਵੀ ਉਹਨੇ ਕ ਵੀ ਨਹੀਂ ਚਰੇ ਜਾਣ ਰਿਹਾ ਆਪਸ ਦੇ ਵਿੱਚ। ਇੱਕ ਗੱਲ ਸੁਣੋ ਤੁਸੀਂ ਤੁਸੀਂ 50 ਆ ਜਿਨ੍ਹਾਂ ਕੋ ਲੋਕ ਸਭਾ ਚ ਕੋਈ ਵੀ ਨਹੀਂ ਉਹ ਕਹਿੰਦੇ ਕੇਰਿਵਾਲ ਨੇ ਪ੍ਰਧਾਨ ਮੰਤਰੀ ਬਣਨਾ ਇਹਨਾਂ ਕੋ ਭੇਪਿਆ ਹੈਗੇ ਆ। ਨਹੀਂ ਉਹ ਤਾਂ ਕੌਨਫੀਡੈਂਸ ਦੀ ਗੱਲ ਹੈ ਨਾ। ਉਹਨਾਂ ਦਾ ਕੋ ਇਹ ਨਹੀਂ ਨਾ ਕਹਿੰਦਾ ਵੀ ਹਾਂਜੀ ਭਾਈ ਸਾਹਿਬ ਅਸੀਂ ਅਸਤੀਫਾ ਲੈ ਲੈਣਾ। ਉਹ ਤਾਂ ਸਗੋਂ ਖੜਦੇ ਨੇ ਆ ਗੱਲ ਤੁਸੀਂ ਵਧੀਆ ਚੇਤੇ ਕਰਾਤੀ। ਮੈਂ ਬੇਨਤੀ ਸੁਣੋ ਇਹ ਤੁਸੀਂ ਐ ਜਦੋਂ ਕਰ ਲੈਨੇ ਹੋ ਫਿਰ ਤੁਸੀਂ ਤੋੜਦੇ ਨਹੀਂ ਲੜੀ। ਬੈਤ ਯਕੀਨ ਇਦਾਂ ਹੀ ਹੋਣਾ ਚਾਹੀਦਾ ਮੈਂ ਅੱਗੇ ਵੀ ਇੱਕ ਵਾਰੀ ਗੱਲ ਸੁਣਾਇਸੀ ਅੱਜ ਫੇਰ ਜੀ ਕੀਤਾ ਕਿ ਕਣਕ ਵੱਢਣ ਵਾਲੀ ਹੋ ਗਈ ਜਦੋਂ ਕਣਕਾਂ ਦਾ ਰੰਗ ਫੇਰ ਸੁਨਹਿਰੀ ਹੋ ਗਿਆ ਹੂੰ ਹੂੰ ਤੇ ਬੰਦਾ ਜੇਬ ਚ ਕੁਰਤੇ ਜੇ ਹੱਥ ਪਾਈ ਫਿਰੇ ਤਾਂ ਨਾਲ ਹੀ ਕਹਵੇ ਯਾਰ ਕਣਕ ਵੱਢਣ ਵਾਲੀ ਆ ਸਮਝ ਨਹੀਂ ਆਉਂਦੀ ਕੰਬਾਈਨ ਲੈ ਲਈ ਕਿ ਦਾਤੀ ਲੈ ਲਈ ਰੁਪਈਏ ਮੇਰੇ ਕੋਲ 20 ਆ ਕਾਹ ਨੂੰ ਦਿਸੈਂਟ ਨਹੀਂ ਡਿਆ ਹੁੰਦਾ ਅਜਾ ਹੁਣ ਕੇਰੀਵਾਲ ਸਾਹਿਬ ਦੀ ਗੱਲ ਕਰੀਏ ਤੇ ਪਿਛਲੇ ਦਿਨੀ ਪਹਿਲਾਂ ਸਿਹਤ ਮੰਤਰੀ ਸਾਹਿਬ ਚੱਕੇ ਗਏ ਹੂੰ ਹੂੰ ਚੱਕੇ ਗਏ ਅੰਦਰ ਸੀ ਓਕੇ ਠੀਕ ਹੈ ਜੀ ਜੈਨ ਸਾਹਿਬ ਸਤਿੰਦਰ ਜੈਨ ਅੰਦਰ ਸੀ ਨਹੀਂ ਅੰਦਰ ਹਨ ਉਹ ਹੀ ਵੀ ਅੰਦਰ ਹੀ ਹਨ ਫਿਰ ਆਗੇ ਜੀ ਸਿੱਖਿਆ ਮੰਤਰੀ ਸਾਹਿਬ ਹਮਮ ਮਨੀਸ਼ ਸੋਦੀਆ ਸਾਹਿਬ ਦੇ ਛਾਪੇ ਤੇ ਛਾਪਾ ਐਂ ਜਦੋਂ ਇਹ ਸਾਰੀ ਗੱਲਬਾਤ ਚੱਲਦੀ ਸੀ ਉਹ ਕਹਿੰਦੇ ਵੀ ਤਾਰ ਕਿੱਥੋਂ ਹਿਲਦੀ ਹੈ ਉਹ ਕਹਿੰਦੇ ਤਾਰ ਉੱਥੋਂ ਹੀ ਹਿਲਦੀ ਵੀ ਉਪਮੁਖ ਉਪਰਾਇਪਾਲ ਸਾਹਿਬ ਨਵੇਂ ਲਾਏ ਨੇ ਉਹ ਨਾਲ ਹੀ ਫਾਈਲ ਕਰਦੇ ਮੈਨੂੰ ਸ਼ੱਕ ਹੈ ਜਾਂਚ ਕੀਤੀ ਜਾਵੇ ਜਾਂ ਉਹ ਵੀ ਉਪਰਾਇਪਾਲ ਸਾਹਿਬ ਨੇ ਲਿਖ ਕੇ ਭੇਜਿਆ ਵੀ ਜਾਂਚ ਤੱਕ ਦੇ ਕਰਨਗੇ ਉੱਥੋਂ ਕੁਝ ਨਿਕਲਦਾ ਨਹੀਂ ਨਿਕਲਦਾ ਉਹ ਬਾਅਦ ਦੀ ਗੱਲ ਆ ਪਰ ਉਹ ਕਹਿੰਦੇ ਵੀ ਅਸੀਂ ਖੜੇ ਆ। ਕੇਰੀਵਾਲ ਸਾਹਿਬ ਦਾ ਬਿਆਨ ਹੈ ਉਹ ਕਹਿੰਦੇ ਵੀ ਦੇਖੋ ਇਸ ਵਕਤ ਕਮਲਦੇ ਫੁੱਲ ਵਾਲਾ ਮਿਸ਼ਨ ਜਿਹੜਾ ਚੱਲ ਰਿਹਾ ਨਾ ਉਹਨੂੰ ਕਹਿੰਦੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਇਮਾਨਦਾਰ ਐਮਐਲਏ ਨੇ ਬਰੀਕ ਲਾਈ ਉਹ ਝੁਕੇ ਨਹੀਂ ਭਾਵੇਂ 20-20 ਕਰੋੜ ਰੇਟ ਲੱਗ ਗਿਆ। ਹੂੰ ਹੂੰ। ਉਹ ਕਹਿੰਦੇ ਵੀ ਉਹ ਤਾਂ ਸਾਡੇ ਨਾਲ ਖੜੇ ਕੇ ਸਾਨੂੰ ਯਕੀਨ ਹੋ ਗਿਆ ਉਲਟਾ ਹੁਣ ਅਸੀਂ ਹੋਰ ਇੱਕ ਚੀਜ਼ ਕੱਢ ਲਈ। ਹੁਣ ਜੇ ਮੈਂ ਗਲਤ ਨਹੀਂ ਤੇ ਆ ਜਿਹੜੀ ਲੰਗੀ ਰਾਤ ਆ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਦਿੱਲੀ ਵਾਲੀ ਵਿਧਾਨ ਸਭਾ ਦੇ ਵਿੱਚ ਹੀ ਰਹੇ। ਮਤਾ ਉਹਨਾਂ ਨੇ ਇਹ ਕਰਤਾ ਜਿਹੜੀ ਉਪਰਾਜਪਾਲ ਸਾਹਿਬ ਨੇ 2016 ਜਦੋਂ ਨੋਟਬੰਦੀ ਹੋਈ ਸੀ ਨਾ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ اچانک ਆ ਕੇ ਕਹਿਤਾ ਸੀ ਵੀ ਆ ਆ ਨੋਟ ਇੰਨੇ ਵੇਦੋ ਬੰਦ ਕਾਲਾ ਧਨ ਖਤਮ ਕਰਨਾ ਹੈ ਹਾਂ ਅੱਛਾ ਬੰਦ ਉਹ ਕਹਿੰਦੇ ਵੀ ਉਦੋਂ ਇੱਕ ਕੋਈ ਖਾਦੀ ਕਮਿਸ਼ਨ ਜਿਆ ਹੁੰਦਾ ਸੀਗਾ ਉਹਦੇ ਚੇਅਰਮੈਨ ਹੁੰਦੇ ਸੀ ਉਹ ਹਮ ਹਮ ਉਦੋਂ ਕਹਿੰਦੇ ਉਹਨਾਂ ਨੇ ਉਹਦੇ ਦੋ ਮੁਲਾਜ਼ਮਾਂ ਦੇ ਉੱਪਰ ਜ਼ੋਰ ਪਾਇਆ ਸੀ ਵੀ 1400 ਕਰੋੜ ਦੇ ਨੋਟ ਜਿਹੜੇ ਆ ਉਹ ਵਟਾਓ ਉਹ ਕਿੰਨੇ ਹੁੰਦੇ ਪ੍ਰ ਮੈਨੂੰ ਤਾਂ ਆਪ ਨਹੀਂ ਪਤਾ ਮੈਨੂੰ ਤਾਂ ਪਤਾ ਤੁਹਾਨੂੰ ਸਾਰਾ ਪਤਾ ਨਹੀਂ ਨਹੀਂ ਮੈਨੂੰ ਨਹੀਂ ਪਤਾ ਤੁਹਾਨੂੰ ਲੋਟ ਨਹੀਂ ਪਤਾ ਕਿੰਨੇ ਹੁੰਦੇ ਤੁਹਾਨੂੰ ਭਾਰ ਪਤਾ ਕਿੰਨੇ ਕਿਲੋ ਹੁੰਦੇ ਮੈਨੂੰ ਮੈਂ ਤਾਂ ਕਹਿੰਦਾ ਕਿੰਨੇ ਅਟੈਚੀਆਂ ਚਾਹੁੰਦੇ ਤੁਹਾਨੂੰ ਪਤਾ ਕਿ ਜੇ 100 ਦਾ ਨੋਟ ਹੋਵੇ ਕਿੰਨੇ ਅਟੈਚੀ ਜੇ 200 ਦਾ ਹੋਵੇ ਕਿੰਨੇ ਅਟੈਚੀ ਪਹਿਲਾ ਨੋਟ ਕਿੰਨੇ ਕਿੰਨੇ ਦਾ ਹੈਗਾ ਭਾਰਤ 'ਚ ਆਹੋ ਹੀ ਤੇ ਮੈਂ ਕਹਿ ਰਿਹਾ ਹਾਂ ਹੁਣ ਵੀ ਕੇ ਸਖਸੈਨਾ ਸਾਹਿਬ ਉਦੋਂ ਹੁੰਦੇ ਸੀ ਉਹਦੇ ਚੇਅਰਮੈਨ ਹਾਂ ਹਾਂ ਹੁਣ ਗੱਲ ਇਹ ਆ ਵੀ ਉਹਦੇ ਚੇਅਰਮੈਨ ਹੁਣ ਤੋਂ 1400 ਕਰੋੜ ਉਹ ਕਹਿੰਦੇ ਵਟਾਉਣ ਲਈ ਨੇਣਾ ਨੇ ਪ੍ਰੈਸ਼ਰ ਪਾਇਆ ਦਾ ਮਤਲਬ ਪਿਓ ਕਿਤਨੇ ਕਿਤੇ ਘੁੰਡੀ ਸੀਗੀ ਤੇ ਹੁਣ ਉਹਦੀ ਜਾਂਚ ਪੜਤਾਲ ਕਰਾਉਣ ਦੇ ਲਈ ਮਤਾ ਕਹਿੰਦੇ ਵੀ ਪਾ ਦੇਣਾ ਜਾਂ ਅੱਜ ਪੈ ਜੂ ਸਾਰਾ ਕੰਮ ਨਿਬੜ ਜੂ ਹੁਣ ਪਿਛਲੇ ਦਿਨੀ ਤਾਂ ਉਹ ਉਪਰਾਜਪਾਲ ਸਾਹਿਬ ਕਹਿੰਦੇ ਸੀ ਮੈਨੂੰ ਸ਼ੱਕ ਹੈ ਜਾਂਚ ਕਰੋ ਮੈਨੂੰ ਸ਼ੱਕ ਹੈ ਜਾਂਚ ਕਰੋ ਜੀ ਹੁਣ ਉਲਟਾ ਵਿਧਾਨ ਸਭਾ ਕਹਿ ਰਹੀ ਵੀ ਸਾਨੂੰ ਆਦਾ ਕਲੀਅਰ ਹੀ ਹੈ ਵੀ ਉਪਰਾਜਪਾਲ ਸਾਹਿਬ ਦਾ ਇੱਥੇ ਰੋਹ ਹੈ ਦੀ ਜਾਂਚ ਕਰੋ ਦੇਖੋ ਸੰਵਿਧਾਨਿਕ ਹਉਤੇ ਤੇ ਨਹੀਂ ਪਹਿਲੀ ਗੱਲ ਹੈ ਜੇ ਕਿਸੇ ਨੇ ਵੀ ਮਾੜਾ ਚ ਕੀਤਾ ਸੋਧਿਆ ਸਾਹਿਬ ਨੇ ਕੀਤਾ ਉਪਰਾਜਪਾਲ ਸਾਹਿਬ ਨੇ ਕੀਤਾ ਕਾਰਵਾਈ ਹੋਣੀ ਚਾਹੀਦੀ ਹੈ ਪਰ ਦੂਸਰੀ ਗੱਲ ਇਹ ਹੈ ਕਿ ਹੁਣੇ ਹੀ ਪਤਾ ਲੱਗਾ ਆ ਪਿਛਲੇ ਹਫਤੇ ਚ ਪਤਾ ਲੱਗਾ ਕਿ ਪਹਿਲਾਂ ਦਾ ਪਤਾ ਸੀ ਜਾਨੀ ਕੋਈ ਵੀ ਚੀਜ਼ ਤੁਹਾਨੂੰ ਰੋਕ ਕੇ ਰੱਖਣੀ ਚਾਹੀਦੀ ਜੇ ਤੁਹਾਡੇ ਕੋਲ ਜਾਣਕਾਰੀ ਹੈਗੀ ਆ ਇਸ ਕਰਕੇ ਨਹੀਂ ਹੱਥ 'ਚ ਰੱਖਣੀ ਚਾਹੀਦੀ ਕੋਈ ਗੱਲ ਨਹੀਂ ਕੱਲ ਨੂੰ ਸਾਡੇ ਨਾਲ ਪੰਗਾ ਲੈਣਗੇ ਆਪਣੇ ਕੋਈ ਬਹੁਤ ਕੁਝ ਪਿਆ ਕਿਉਂਕਿ ਉਹ ਲੋਕਾਂ ਦੇ ਨਾਲ ਖਲਵਾੜ ਆ ਨਾ ਜੇ ਕਿਸੇ ਨੇ ਕੋਤੋਂ ਖਤੜ ਹੀ ਕੀਤੀ ਹੈ ਹਾਂ ਇਥੇ ਇੱਕ ਗੱਲ ਹੋਈ ਖਰਖਾਣਡ ਦੇ ਵਿੱਚ ਉਧਰਲੇ ਪਾਸੇ ਸਰਕਾਰ ਟੁੱਟਣ ਨੂੰ ਕਿਰਨ ਨੂੰ ਫਿਰਦੀ ਐ ਹੂੰ ਸਮਝ ਨਹੀਂ ਆਉਂਦੀ ਕਿਸੇ ਨੂੰ ਕਿ ਭਾਈ ਕਿਹੜਾ ਬੰਦਾ ਕਿੱਧਰਲੇ ਪਾਸੇ ਟੁੱਟ ਜਾਣਾ ਮਹਾਰਾਸ਼ਟਰ ਚ ਸਰਕਾਰ ਬਦਲ ਗਈ ਮੱਧ ਪ੍ਰਦੇਸ਼ ਦੇ ਵਿੱਚ ਬਦਲ ਗਈ ਬਿਹਾਰ ਦੇ ਵਿੱਚ ਬਦਲ ਗਈ ਬਹੁਤ ਕੁਝ ਹੋ ਗਿਆ ਪਰ ਅਰਵਿੰਦ ਕੇਜਰੀਵਾਲ ਹੋਰਾਂ ਨੇ ਦਿੱਲੀ ਦੀ ਵਿਧਾਨ ਸਭਾ 'ਚ ਖੜ੍ਹ ਗਏ ਫੇਰ ਕਹਤਾ ਉਹ ਕਹਿੰਦੇ ਜਾਓ ਹਿੰਮਤਾਤਾ ਬੈਠੇ 62 ਬੰਦੇ ਸਾਡੇ ਤੋੜ ਕੇ ਦਿਖਾਓ ਜੇ ਇੱਕ ਵੀ ਐਮਐਲਏ ਤੋੜਨ ਦੀ ਹਿੰਮਤ ਹੈ ਸਾਡੇ ਬੰਦੇ ਕਹਿੰਦੇ ਇੰਨੇ ਪੱਕੇ ਆ ਪਿਛਲੇ ਦਿਨੀ ਚਰਚਾ ਚੱਲਦੀ ਸੀ ਆ ਆਮ ਆਦਮੀ ਪਾਰਟੀ ਦੇ ਆਪਣੇ ਬੁਲਾਰੇ ਇੱਕ ਨੇ ਕਿਹਾ ਸੀ ਕਿ ਸਾਡਾ ਕੁਝ ਸਾਡੇ ਵਿਧਾਇਕਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਉਹ ਸਾਡਾ ਫੋਨ ਨਹੀਂ ਚੱਕ ਰਿਹਾ ਸਾਨੂੰ ਪਤਾ ਵੀ ਨਹੀਂ ਕਿੱਥੇ ਆ ਉਹ ਘਰੇ ਵੀ ਨਹੀਂ ਉਦੋਂ ਲੱਗਦਾ ਸੀ ਕਿ 10 12 ਬੰਦੇ ਇਹਨਾਂ ਦੇ ਟੁੱਟ ਜਾਣੇ ਆ ਇਹ ਸ਼ਾਇਦ ਥੋੜਾ ਜਿਹਾ ਹਲਕੇ ਹੋ ਜਾਣਗੇ ਪਰ ਜਿੱਦਾਂ ਹੁਣ ਅਰਵਿੰਦ ਕੇਜਰੀਵਾਲ ਨੇ ਮਾਰ ਕੇ ਪੱਟ ਤੇ ਥਾਪੀ ਤੇ ਕਹਿਤਾ ਕਿ ਭਾਈ ਹਿੰਮਤ ਆ ਤਾਂ ਸਾਡਾ ਇੱਕ ਵੀ ਬੰਦਾ ਤੋੜ ਕੇ ਦਿਖਾਓ ਚੁਣੌਤੀ ਛੋਟੀ ਥੋੜੀ ਹੈ ਨਹੀਂ ਨਹੀਂ ਚੁਣੌਤੀ ਛੋਟੀ ਨਹੀਂ ਹੁੰਦੀ ਵੈਸੇ ਇਹ ਦੋ ਹੀ ਗੱਲਾਂ ਹੁੰਦੀਆਂ ਵੇਖੋ ਆਪਾਂ ਦੇ ਪਿੰਡਾਂ ਵਾਲੇ ਹਿਸਾਬ ਨਾਲ ਗੱਲ ਕਰਦੇ ਆ ਮਾਜਾਂ ਦੇ ਚਲ ਪੀਓ ਨੋ ਮੰਨ ਲੋ ਪਾਰੀ ਆ ਜੀ ਫਲਾਨਾ ਦੀ ਮੱਝ ਬਿਕਾਉ ਉਹ ਇੱਕ ਆਇਆ ਬਈ ਨਾ ਸਕੂਟਰੀ ਲੈ ਕੇ ਉਹਨੇ ਦੋ ਗਰਾਂ ਕਿਰੇ ਗੇ ਲਿਆਂਦਾ ਉਹ ਕਹਿੰਦਾ ਵੀ ਇੰਨੇ ਪੈਸੇ ਵੀ ਉਹ ਆ ਜਾਜਾ ਪਾਜਾ ਇੰਨੇ ਦੀ ਕਿਹੜੀ ਮੱਝ ਆਉਂਦੀ ਫਿਰ ਉਹਦੇ ਬਾਅਦ ਅਗਲਾ ਮੋਟਰਸਾਈਕਲ ਦਾ ਉਹ ਕਹਿੰਦਾ ਵੀ ਚਲੋ ਫਿਰ ਮੇਰਾ 2000 ਵੱਧ ਉਹ ਕੀ ਕਰਦਾ ਵਪਾਰੀ ਸਾਹਿਬੇ ਚਾਹ ਚੂ ਪੀਣੀ ਤਾਂ ਗੱਲ ਕਰ ਹੁਣ ਜਦ ਰੋਲਾ ਪਾ ਲੈ ਯਾਰ ਫਲਾਨਿਆਂ ਦੀ ਮੱਝ ਆ ਤੇ ਉਹ ਕਹਿੰਦੇ ਵੀ ਨਾ 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 ਇੰਨੇ ਰੇਟ ਦੇ ਬਿਲਕੁਲ ਨਹੀਂ ਉਹ ਕੇਵਲੇ ਜਿਦਵਾਜੀ ਦੇ ਵਿੱਚ ਵਿਕ ਜਾਂਦੀ ਹੁੰਦੀ ਹੈ ਅੱਛਾ ਮੈਂ ਤਾਂ ਗਿਆ ਇਹ ਜਿਹਾ ਉਹਨਾਂ ਨੇ ਕਿਰੀਵਾਲ ਥਾ ਕਹਿੰਦਾ ਵੀ ਸਾਡੇ ਬੰਦੇ ਵੇਖੋ ਫਿਰ ਕਿੰਨੇ ਪੱਕਿਆ ਤੇ ਕਿਸੇ ਵੇਲੇ ਅਗਲਾ ਕਹਿੰਦਾ ਵੀ ਚੱਲ ਯਾਰ ਜੇ 20 ਛੱਡ ਕੇ ਭਾਵੇਂ 100 ਚ ਵੀ ਖਰੀਦ ਲੈਣਾ ਭਾਈ ਬੰਦੇ ਦੋ ਤੋੜੋ ਜਰੂ ਤੋੜੋ ਜਰੂ ਵੀ ਇੱਕ ਰਾ ਨਾ ਇੱਕ ਰੰਦਾ ਵੀ ਹੋਰ ਕੁਝ ਹੋਵੇ ਨਾ ਹੋਵੇ ਅੱਗੇ ਵੀ ਆਪਾਂ ਉਦਨੇ ਉਦਾਹਰਣ ਦਿੱਤੀ ਹੈ ਨਾ ਮੈਂ ਵੀ ਭਾਈ ਸਾਹਿਬ ਥੋੜਾ ਜਿਹਾ ਪਤਾ ਲਾਉਂਦਾ ਵੀ ਇਥੋਂ ਜਿਹੜੇ ਚੂਹੇ ਨੇ ਹਲਕੀ ਜੀ ਚੁੰਝ ਜੀ ਮਾਰੀ ਆ ਉਹ ਤੋੜੇ ਨੂੰ ਹੋ ਸਕਦਾ ਵੀ ਇੱਕ ਦਿਨ ਚਲ ਕੱਲਾ ਟਾਚੀ ਕੀਤਾ ਹੋਵੇ ਉਹ ਜਿੱਦਣ ਭਾਵੇਂ ਅਗਲਾ ਨੇ 50 ਚ ਕਰ ਲਿਆ 60 ਚ ਕਰ ਲਿਆ 80 ਚ ਕਰ ਲਿਆ 100 ਚ ਕਰ ਲਿਆ ਜਿੱਦਨੇ ਕਰਮ ਬੋਰਾ ਥੋੜਾ ਜਿਹਾ ਕਿਰ ਗਿਆ ਨਾ ਉਹ ਕਦੋਂ ਕਿਰ ਜਾਣਾ ਪਤਾ ਲੱਗਣਾ ਮੁੜ ਕੇ ਨਹੀਂ ਪਤਾ ਲੱਗਣਾ ਇਹ ਗੱਲ ਥੋੜੀ ਠੀਕ ਹੈ ਬਾਕੀ ਸੰਧਾਲੀਆ ਸਭ ਗਮ ਨਾ ਦਿਨੋਂ ਦਿਨ ਉੱਪਰਲੇ ਪਾਸੇ ਨੂੰ ਹੋਈ ਜਾਂਦਾ ਗੈਂਗਸਟਰਾਂ ਦੀ ਗੱਲ ਕਰਦਾ ਬਦਮਾਸ਼ਾਂ ਦੀ ਗੱਲ ਕਰਦਾ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਸੀ ਤੇ ਉਹਦੇ ਤੋਂ ਬਾਅਦ 골ਡੀ ਬਰਾੜ ਨਾਂ ਦੇ ਇੱਕ ਸ਼ਖਸ ਦੀ ਬੜੀ ਚਰਚਾ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਕਿ ਬੰਦਾ ਅਸੀਂ ਮਾਰਿਆ ਇਹ ਵੀ ਕਿਹਾ ਸੀ ਕਿ ਵਿੱਕੀ ਮਿੱਡੂ ਖੜੇ ਦਾ ਕਤਲ ਦਾ ਬਦਲਾ ਲੈਣ ਲਈ ਮਾਰਿਆ ਕਨੈਕਸ਼ਨ ਜੁੜਦੇ ਕਿ ਨਹੀਂ ਜੁੜਦੇ ਸਾਨੂੰ ਕੀ ਪਤਾ ਹੁਣ 골ਡੀ ਬਰਾੜ ਹੋਰਾਂ ਨੂੰ ਪਰਿਵਾਰ ਕਹਿੰਦਾ ਸੀ ਸਿੱਧੂ ਮੂਸੇ ਵਾਲੇ ਦਾ ਕਿ ਵਾਪਸ ਲੈ ਕੇ ਆਓ ਜ਼ਰੂਰੀ ਹੈ ਸਰਕਾਰ ਕਹਿੰਦੀ ਸੀ ਕਿ ਆਚਾਰਾ ਜੋਈ ਸ਼ੁਰੂ ਕਰ ਦਿੱਤੀ ਅਸੀਂ ਵਾਪਸ ਲਿਆਵਾਂਗੇ ਜਿਹੜਾ ਵੀ ਬੰਦਾ ਕਥਿਤ ਦੋਸ਼ੀ ਹੈ ਪਰ ਹੁਣ ਉਹ 골ਡੀ ਬਰਾੜ ਦੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਹੈ ਤੇ ਵਾਰਨਿੰਗ ਦੇ ਰੂਪ ਚ ਹੈ ਉਹ ਕਹਿੰਦੇ ਜੀ ਜਿਹੜੇ ਸਾਡੇ ਬੰਦੇ ਜੇਲਾਂ ਚ ਬੰਦ ਨੇ ਤਿੰਨ ਬੰਦਿਆਂ ਦੇ ਨਾਮ ਲਿਖੇ ਉਹਨਾਂ ਨੇ ਉਹ ਕਹਿੰਦੇ ਜੀ ਜੇਲ ਦਾ ਡਿਪਟੀ ਸੁਪਰਡੈਂਟ ਤੰਗ ਕਰਦਾ ਹੈ ਪੈਸੇ ਮੰਗਦਾ ਉਹਨਾਂ ਦੀ ਘੁੱਟਮਾਰ ਹੋਈ ਹੈ ਉਹ ਕਹਿੰਦੇ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੇ ਪੰਜਾਬ ਦੇ ਜੇਲ ਮੰਤਰੀ ਹਰਜੋਤ ਸਿੰਘ ਬੈਂਸ ਹੋਰਾਂ ਨੂੰ ਅਪੀਲ ਹੀ ਆ ਕਿ ਭਾਈ ਡਿਪਟੀ ਜੇਲ ਸੁਪਰਡੈਂਟ ਤੇ ਕਾਰਵਾਈ ਕਰੋ ਸਾਡੇ ਬੰਦਿਆਂ ਨੂੰ ਜੇਲ ਤਬਦੀਲ ਕਰੋ ਉਹਨਾਂ ਨੂੰ ਹੋਰ ਜੇਲ ਚ ਭੇਜੋ ਉਹਨਾਂ ਨੂੰ ਪਰੇਸ਼ਾਨ ਨਾ ਕਰੇ ਨਹੀਂ ਤਾਂ ਅਸੀਂ ਸਿੱਧੂ ਮੂਸੇਵਾਲਾ ਕਰ ਇੱਕ ਅੱਧਾ ਕਾਂਡ ਹੋਰ ਕਰ ਦੇਣਾ ਹੀ ਹੂੰ ਹੋਰ ਵੀ ਕਈ ਕੁਝ ਲਿਖਿਆ ਕਿ ਭਾਈ ਸਾਨੂੰ ਕੀ ਨਹੀਂ ਪਤਾ ਸਾਡੇ ਕੋਲ ਕੀ ਹੈ ਨਹੀਂ ਉਸ ਤੋਂ ਬਾਅਦ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸੋਰੀ ਕਹਿੰਦੇ ਕਹਿੰਦੇ ਜੀ ਪਹਿਲਾਂ ਗੈਂਗਸਟਰਾਂ ਨੂੰ ਵੀਆਈਪੀ ਟ੍ਰੀਟਮੈਂਟ ਮਿਲਦਾ ਸੀ ਪੀਜ਼ੇ ਮਿਲਦੇ ਸੀ ਜੇਲ੍ਹ 'ਚ ਅਸੀਂ ਕਰ ਦਿੱਤਾ ਸਾਰਾ ਕੁਝ ਕਾਨੂੰਨ ਦੇ ਮਤਲਬ ਕੋਈ ਚੀਕਾਂ ਨਿਕਲੀਆਂ ਪਈਆਂ ਜੋ ਮਰਜੀ ਕਹਿਣ ਕਹਿੰਦੇ ਮੈਂ ਆਪਣੇ ਅਫਸਰਾਂ ਦੇ ਨਾਲ ਖੜਾ ਪਿਛਲੇ ਦਿਨੀ ਕਹਿੰਦੇ ਇੱਕ ਦੀ ਪਿੱਟ ਦੇ ਉੱਤੇ ਗੈਂਗਸਟਰ ਸ਼ਬਦ ਲਿਖ ਕੇ ਤਾਂ ਇਹ ਰੌਲਾ ਪਾਤਾ ਸੀ ਕਿ ਭਾਈ ਜੇਲ੍ਹ ਅਧਿਕਾਰੀਆਂ ਨੇ ਲਿਖਿਆ ਉਹ ਕਹਿੰਦੇ ਪ੍ਰੈਸ਼ਰ ਪਾਉਂਦੇ ਇਹ ਜਿੱਦਣ ਅਸੀਂ ਸਖਤੀ ਕਰਦੇ ਹਾਂ ਜਿੱਦਣ ਕਾਨੂੰਨ ਦੇ ਮੁਤਾਬਕ ਚੱਲਣ ਦੇ ਲਈ ਥੋੜੀ ਜਿਹੀ ਉਦੋਂ ਹੀ ਅਦਾਲਤਾਂ ਦੇ ਵਿੱਚ ਜਾ ਕੇ ਅਧਿਕਾਰੀਆਂ ਦੇ ਉੱਤੇ ਕਾਰਵਾਈ ਕਰਾਉਣ ਦੇ ਲਈ ਇਦਾਂ ਦਾ ਕੁਛ ਨਾ ਕੁਛ ਕਰਦੇ ਆ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਇੱਥੇ ਹੀ ਆ ਜੋ ਤੁਸੀਂ ਕਰਨਾ ਕਰ ਲਓ ਪਰ ਅਸੀਂ ਛੱਡਣਾ ਕੋਈ ਨਹੀਂ ਪਰ ਸੰਧਾਲੀਆ ਸਾਬ ਜੇ ਸਿੱਧੇ ਹੀ ਕੋਈ ਬੰਦਾ ਜਿਹੜਾ ਗੈਂਗਸਟਰ ਆ ਜਿਹੜਾ ਬੰਦਾ ਪਹਿਲੇ ਲੜਿੰਦਾ ਹੈ ਦੇਸ਼ ਵਿਦੇਸ਼ ਦੇ ਵਿੱਚ ਉੱਕੇ ਤੋਂ ਵੀ ਬੈਠ ਕੇ ਸਿੱਧਾ ਪੰਜਾਬ ਦੇ ਮਨਿਸਟਰ ਨੂੰ ਸੰਬੋਧਨ ਹੋਊਗਾ ਪੰਜਾਬ ਦੇ ਡੀਜੀਪੀ ਨੂੰ ਸੰਬੋਧਨ ਹੋਊਗਾ ਹਿੰਮਤ ਤਾਂ ਦੇਖੋ ਨਹੀਂ ਹੈਗੀ ਹੈ ਵੈਸੇ ਇਸ ਖਬਰ ਦੀ ਚਰਚਾ ਬੜੀ ਆ ਇਹਦਾ ਸੱਚ ਝੂਠ ਕੀ ਆ ਇਹ ਬਹਿਤ ਤਲਾਸ਼ਣ ਦੇ ਲਈ ਹੁਣ ਕਹਿੰਦੇ ਕਿ ਪੁਲਿਸ ਮਹਿਕਮਾ ਲੱਗ ਪਿਆ ਉਹ ਕਹਿੰਦੇ ਵੀ ਪਹਿਲਾਂ ਤੇ ਅਸੀਂ ਇਸ ਚੀਜ਼ ਦੀ ਜਾਂਚ ਕਰਨੀ ਹੈ ਵੀ ਇਹ ਜਿਹੜੀ ਪੋਸਟ ਆ ਇਹ ਜਿਸ ਵੀ ਨਾਂ ਹੇਠ ਪਾਈ ਗਈ ਕੀ ਉਹ ਸਹੀ ਹੈ ਕੀ ਉਹ ਜੈਨੂਇਨ ਹੈ ਕਿਉਂਕਿ ਕਿਸੇ ਵੇਲੇ ਵੀ ਹੁੰਦਾ ਨਾ ਪਿਛਲੇ ਦਿਨ ਵੀ ਆਪਾਂ ਦੇਖਿਆ ਸੀ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਦੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਪੋਸਟਾਂ ਪਈਆਂ ਸੀ ਬਾਅਦ ਦੇ ਵਿੱਚ ਉਹਨਾਂ ਬਾਰੇ ਪਤਾ ਲੱਗਿਆ ਵੀ ਉਹ ਜਾਂਚ ਨੂੰ ਆਸੇ-ਪਾਸੇ ਕਰਨ ਲਈ ਜਾਣਬੁੱਝ ਕੇ ਵੀ ਪਾਈਆਂ ਗਈਆਂ ਸੀ ਜੀ ਹੁਣ ਉਹ ਕਹਿੰਦੇ ਵੀ ਪਹਿਲਾਂ ਤਾਂ ਸਹੀ ਦੀ ਜਾਂਚ ਕਰ ਲੈਣੇ ਵੀ ਕੀ ਇਹ ਸਹੀ ਹੈ ਜੇ ਮੈਂ ਸੋਚਦਾ ਸੀ ਵੀ ਮੰਨ ਲਓ ਵੀ ਸ ਫਿਰ ਉਹਤੇ ਕੀ ਕੀਤਾ ਜਾ ਸਕਦਾ ਤੇ ਜੇ ਮੰਨ ਲਓ ਉਹਨਾਂ ਨੂੰ ਲੱਗਦਾ ਵੀ ਹਾਂ ਬਈ ਇਹ ਇਹ ਵੈਸੇ ਹੀ ਕਿਸੇ ਨੇ ਪਾ ਦਿੱਤੀ ਸੀ ਤਾਂ ਫਿਰ ਵੀ ਇੱਕ ਵਿਚਾਰ ਸੋਚਣ ਵਾਲਾ ਵੀ ਕੀ ਸੋਸ਼ਲ ਮੀਡੀਆ ਦੇ ਉੱਪਰ ਲਿਖੀ ਹਰੇਕ ਗੱਲ ਦੇ ਨਾਲ ਪੂਰੇ ਦਾ ਪੂਰਾ ਤੰਤਰ ਜਿਹੜਾ ਉਹ ਹਿਲ ਜਾਂਦਾ ਹੂੰ ਹੂੰ ਕਿਉਂਕਿ ਇੰਨਾ ਫਰਕ ਜਦੋਂ ਹਰੇਕ ਚੀਜ਼ ਦੇ ਨਾਲ ਪੈਣ ਲੱਗ ਜਾਂਦਾ ਨਾ ਤੇ ਉਹ ਜਿਹੜਾ ਆਮ ਬੰਦਾ ਜਦੋਂ ਉਹਦੇ ਤੱਕ ਮੰਨ ਲਓ ਇਹ ਖਬਰ ਜਾਂਦੀ ਵੀ ਅੱਛਾ ਉਹ ਤੇਰਾ ਵਾਲਾ ਜੀ ਗੁਰੂ ਇੱਥੋਂ ਦਾ ਕੋਈ ਗੱਲ ਚੱਲ ਗਈ ਵੀ ਉਹ ਤਾਂ ਕਹਿੰਦਾ ਵੀ ਐਸ ਲੈਵਲ ਤੱਕ ਵੀ ਅਸੀਂ ਆਪਣੇ ਬੰਦੇ ਦੇ ਨਾਲ ਖੜਨਾ ਦੇ ਮੰਤਰੀ ਮੰਤਰੀ ਨੂੰ ਅਸੀਂ ਕੀ ਜਾਣਦੇ ਹੂੰ ਹੂੰ ਉਹ ਵਿਚਾਰੇ ਬੰਦੇ ਦਾ ਦਿਲ ਜਿਆ ਬੈਹ ਜਾਂਦਾ ਵੀ ਮੇਰਾ ਕੀ ਮਨਣਾ ਹਾਲਾਂਕਿ ਉਹਦਾ ਲੈਣਾ ਦੇਣਾ ਕੁਝ ਨਹੀਂ ਹੁੰਦਾ ਪਰ ਫਿਰ ਵੀ ਇੱਕ ਫਿਕਰ ਹੁੰਦਾ ਨਾ ਵੀ ਕਿ ਜੇ ਮੰਨ ਲਓ ਬਾਹਰ ਮਾਹੌਲ ਠੀਕ ਆ ਸੁਰੱਖਿਆਤ ਆ ਉਹਨੂੰ ਥੋੜਾ ਜਿਹਾ ਅੱਛਾ ਲੱਗਦਾ ਵੀ ਚਲੋ ਯਾਰ ਮੇਰਾ ਬਾਲ ਪਰਿਵਾਰ ਠੀਕ ਚੱਲੀ ਜਾਂਦਾ ਜੀ ਉਹਨੂੰ ਲੱਗਦਾ ਵੀ ਬਾਹਰ ਮੰਨ ਲਓ ਵੀ ਅੱਗ ਵਰਦੀ ਪਈ ਐ ਤੇ ਹਰੇਕ ਬੰਦਾ ਚਿੰਤਾਤੁਰ ਤੇ ਹੁੰਦਾ ਹੀ ਨਹੀਂ ਹੁੰਦਾ ਹੀ ਆ ਦੇਖੋ ਬਚਾਅ ਤਾਂ ਬਹੁਤ ਜ਼ਰੂਰੀ ਐ ਗੱਲ ਛੋਟੀ ਨਹੀਂ ਹੈ ਕੇਂਦਰੀ ਏਜੰਸੀਆਂ ਨੇ ਪਿਛਲੇ ਦਿਨੀ ਕਿਹਾ ਸੀ ਕਿ ਭਾਈ ਗੈਂਗਸਟਰ ਇੱਕ ਦੂਜੇ ਦੇ ਉੱਤੇ ਹਮਲਾ ਕਰ ਸਕਦੇ ਆ ਉਹਦੇ ਤੋਂ ਇਲਾਵਾ ਫਿਰ ਮੇਰਾ ਖਿਆਲ ਆ ਕਿ ਫਿਲੀਪਾਈਨਸ ਦੇ ਵਿੱਚ ਹੋਇਆ ਸੀ ਸ਼ਾਇਦ ਉਧਰਲੇ ਪਾਸੇ ਹੀ ਇੱਕ ਗੈਂਗਸਟਰ ਦਾ ਕਤਲ ਹੀ ਕਰ ਦਿੱਤਾ ਦੂਜੇ ਧੜੇ ਨੇ ਯਾਨੀ ਪੰਜਾਬ 'ਚ ਧੜੇ ਬਣੇ ਸੀ ਵਿਦੇਸ਼ਾਂ 'ਚ ਵੀ ਉਹਨਾਂ ਨੇ ਆਪੋ ਆਪਣੀ ਜਿਦਾ ਹੁੰਦਾ ਨਾ ਕਿ ਓਵਰਸੀਜ਼ ਉਹ ਸ਼ੁਰੂ ਕਰ ਲਿਆ ਕੰਮ ਹੁਣ ਹੋਇਆ ਕੀ ਹੈ ਕਿ ਨਾਲਾਘੜਾ ਹਿਮਾਚਲ ਪ੍ਰਦੇਸ਼ ਦਾ ਕਿ ਹਰਿਆਣਾ ਦਾ ਆ ਉੱਥੇ ਕਿ ਜਾਈ ਹੈ ਉੱਥੇ ਕਿ ਜਾ ਰਹੀ ਹੈ ਇਹਨ ਕੋਨੇ ਦੇ ਉੱਤੇ ਹੈ ਉੱਥੋਂ ਦੀ ਅਦਾਲਤ ਦੇ ਵਿੱਚ ਇੱਕ ਗੈਂਗਸਟਰ ਨੂੰ ਪੇਸ਼ੀ ਦੇ ਲੈਂਦਾ ਅਦਾਲਤ ਦੇ ਵਿੱਚ ਉਹਦੇ ਗੋਲੀਆਂ ਚਲਾਈਆਂ ਦੂਜੇ ਤੜੇ ਨੇ ਹੂੰ ਬਚ ਗਿਆ ਉਹ ਦੌੜ ਕੇ ਕੋਰਟ ਨੂੰ ਜਬੜ ਗਿਆ ਭੱਜ ਕੇ ਜਾ ਕੇ ਪੁਲਿਸ ਵਾਲੇ ਵੀ ਮਸੀ ਬਚੇ ਜਾਣੀ ਇਹਨਾਂ ਦੀ ਖਾਨਾ ਜੰਗੀ ਕਿੱਥੋਂ ਤੱਕ ਪਹੁੰਚ ਗਈ ਇਹਨਾਂ ਕੋਲ ਹਥਿਆਰ ਕਿੱਥੋਂ ਦੇ ਸੰਧਾਈਆ ਸਭ ਕਿਸੇ ਦੇ ਉੱਤੇ ਰਾਹ ਗਲੀ ਕੋਈ ਹਮਲਾ ਕਰ ਦੇਣਾ ਕਿਸੇ ਦੇ ਲੋਕ ਕੇ ਬਟਾ ਮਾਰ ਦੇਣਾ ਚਲੋ ਕੁਝ ਵੀ ਕਰ ਦੇਣਾ ਇੱਕ ਵੱਖਰੀ ਗੱਲ ਹੈ ਜੇ ਇੰਨੀ ਹਿੰਮਤ ਵੱਧ ਗਈ ਕਿ ਅਦਾਲਤ ਦੇ ਵਿੱਚ ਪੇਸ਼ੀ ਦੇ ਲਈ ਆਈ ਅਦਾਲਤ ਦੇ ਅੰਦਰ ਤੁਸੀਂ ਉਹਦੇ ਗੋਲੀਆਂ ਚਲਾ ਦੋਗੇ ਅਦਾਲਤ ਦਾ ਜਿਹੜਾ ਪ੍ਰੈਸਰ ਹੈ ਹੂੰ ਇਹ ਤਾਂ ਬਹੁਤ ਮਾੜੀ ਗੱਲ ਹੈ ਉਹਨਾਂ ਦੀ ਹਿੰਮਤ ਵਧੀ ਹੋਈ ਹੈ ਸਿਕਿਉਰਿਟੀ ਜਿਹੜੀ ਆ ਉਹਨੂੰ ਥੋੜਾ ਟਾਈਟ ਕਰਨਾ ਚਾਹੀਦਾ ਬੰਦੇ ਇਦਾਂ ਦੇ ਸਾਰੇ ਕਾਬੂ ਕਰਨੇ ਚਾਹੀਦੇ ਆ ਜਿਹੜੇ ਬੰਦੇ ਆ ਕੁਛ ਕਰਦੇ ਆ ਦੂਸਰੇ ਪਾਸੇ ਹੁਣ ਇਹ ਵੀ ਕਿਤੇ ਨਾ ਕਿਤੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੇ ਫੇਰ ਕਹਿਤਾ ਉਹ ਕਹਿੰਦੇ ਚਲਾਨ ਪੇਸ਼ ਹੋਇਆ ਲੋਕ ਸਾਡੇ ਨਾਲ ਖੜੇ ਆ ਜਦ ਦਿਨ ਅਸੀਂ ਕੈਂਡਲ ਮਾਰਚ ਕਰਨਾ ਸੀ ਪਰ ਸਿੱਧੂ ਮੂਸੇ ਵਾਲੇ ਦੀ ਬੀਬੀ ਨੇ ਕਿਹਾ ਮਾਤਾ ਨਹੀਂ ਉਹਨਾਂ ਦੀ ਨੇ ਉਹ ਕਹਿੰਦੇ ਇੱਕ ਗੱਲ ਹੈਗੀ ਆ ਥਾਪੀ ਮਾਰਦਾ ਸੀ ਸਿੱਧੂ ਮੂਸੇ ਵਾਲਾ ਥਾਪੀ ਮਾਰ ਕੇ ਹੱਥ ਖੜਾ ਕਰਦਾ ਨਾ ਉਹ ਜਾਂ ਕਹਿੰਦੇ ਥਾਪੀ ਸਿੱਧੂ ਮੂਸੇ ਵਾਲੇ ਦਾ ਹੱਕ ਜਾਂ ਜਿਹੜੇ ਸਾਡੇ ਮੁੰਡੇ ਕਬੱਡੀ ਖੇਡਦੇ ਆ ਜਾਂ ਥਾਪੀ ਮਾਰਨੀ ਉਹਨਾਂ ਦਾ ਹੱਕ ਤੀਸਰਾ ਬੀਬੀ ਨੇ ਕਿਹਾ ਕਿ ਜਾਂ ਜਿਹੜੇ ਪੰਜਾਬ ਦੇ ਮੁੰਡੇ ਕੁੜੀਆਂ ਡਿਗਰੀਆਂ ਕਰਦੇ ਆ ਵਧੀਆ ਪੜ੍ਹਦੇ ਆ ਉਹ ਜਦੋਂ ਸਟੇਜ ਤੇ ਜਾ ਕੇ ਥਾਪੀ ਮਾਰਦੇ ਆ ਤਾਂ ਸਾਨੂੰ ਮਾਣ ਮਹਿਸੂਸ ਹੁੰਦਾ ਹੂੰ ਉਹ ਕਹਿੰਦੇ ਕਲਾਕਾਰ ਨਾ ਮਾਰਨ ਥਾਪੀਆਂ ਸਟੇਜ ਤੋਂ ਇਹ ਸਿੱਧੂ ਮੂਸੇ ਵਾਲੇ ਦਾ ਜਿਉਂਦੇ ਵੀ ਵਿਰੋਧ ਕਰਦੇ ਸੀ ਹੁਣ ਪੋਸਟਾਂ ਪਾਈ ਜਾਂਦੇ ਆ ਅਸਲ ਦੇ ਵਿੱਚ ਮੈਨੂੰ ਲੱਗਦਾ ਕਹਾਣੀਆਂ ਕਿ ਉਸ ਦਿਨ ਆਇਆ ਹੀ ਕੋਈ ਨਾ ਹੂੰ ਉਸ ਦਿਨ ਖੜਿਆ ਹੀ ਕੋਈ ਨਾ ਹੋ ਆਏ ਹੋਣਗੇ 1 2 3 4 ਪਰ ਅਸੀਂ ਪੋਸਟਾਂ ਤਾਂ ਸੈਂਕੜੇ ਦੇਖੀਆਂ ਸ਼ੋਅ ਹੁੰਦੇ ਆ ਉੱਥੇ ਫੋਟੋ ਫਾਟੋ ਲਾ ਕੇ ਕੰਮ ਹੋ ਜਾਂਦਾ ਸੋਸ਼ਲ ਮੀਡੀਆ ਤੇ ਪੋਸਟਾਂ ਪਾ ਦੇ ਸੜਕ ਦੇ ਉੱਤੇ ਜਦੋਂ ਗੱਲ ਕਰਨ ਦੀ ਵਾਰੀ ਆਉਂਦੀ ਉਹਦੋਂ ਕੋਈ ਵੀ ਨਹੀਂ ਆਉਂਦਾ ਹੂੰ ਇਹ ਤਾਂ ਗੱਲ ਹੈਗੀ ਇੱਕ ਹੋਰ ਚਰਚਾ ਦਾ ਕਰਕੇ ਮੇਰੇ ਖਿਆਲ ਨਾਲ ਸਿੱਧੂ ਮੂਸੇ ਵਾਲੇ ਹੋਰਾਂ ਦੇ ਪਰਿਵਾਰ ਦੇ ਵਿੱਚ ਕਾਫੀ ਗੱਲਬਾਤ ਚੱਲਦੀ ਪਈ ਹੈ ਕਿਉਂਕਿ ਇੱਕ ਗੀਤ ਉਹਨਾਂ ਦਾ 2 ਨਵੰਬਰ ਨੂੰ ਰਿਲੀਜ਼ ਕਰਨਾ ਸੀ ਉਹ ਸਲੀਮ ਮਰਚੰਟ ਹੋਰਾਂ ਨੇ ਜੀ ਹੁਣ ਉਹਦੇ ਤੇ ਕਿਉਂਕਿ ਬੰਟੀ ਬੈਂਸੂਰੀ ਉਹਨਾਂ ਦੇ ਮੈਨੇਜਰ ਨੇ ਉਹਨਾਂ ਨੇ ਤੇ ਉਹਨਾਂ ਦੇ ਪਰਿਵਾਰ ਨੇ ਜਾ ਕੇ ਤੇ ਅਦਾਲਤ ਦੇ ਵਿੱਚੋਂ ਸਟੇ ਲੈ ਲਿਆंदा ਉਹ ਕਹਿੰਦੇ ਵੀ ਸਾਡੀ ਇਹਦੇ ਤੇ ਸਹਿਮਤੀ ਨਹੀਂ ਹੈਗੀ ਤੇ ਆਪਣੇ ਤੌਰ ਤੇ ਜਿਹੜਾ ਗੀਤ ਹੈ ਜਾਂਦੀ ਵਾਰ ਜੀ ਉਹ ਰਿਲੀਜ਼ ਨਾ ਕਰਨ ਹੁਣ ਉਸ ਗੀਤ ਦੇ ਉੱਪਰ ਸਟੇ ਹੈ 5 ਸਤੰਬਰ ਤੱਕ ਹੀ ਹਾਲਾਂਕਿ ਸਟੇ ਮਿਲਿਆ ਉਦੋਂ ਤੱਕ ਕੋ ਫੈਸਲਾ ਆ ਜਾਂਦਾ ਤੇ ਕਲੀਅਰ ਹੋ ਜਾਊਗੀ ਗੱਲਬਾਤ 19 ਦਿਨ ਤੱਕ ਹੋ ਸਕਦਾ ਵੀ ਉਹ ਆਪ ਪਹੁੰਚ ਕਰਕੇ ਜਾਂ ਪਰਿਵਾਰ ਬੈਠ ਕੇ ਕੋਈ ਨਕੋ ਦਾ ਵਿਚਲਰਾਹ ਕੱਢ ਲੈਣ 19 ਦਿਨ ਤੱਕ ਉਹ ਜਿਹੜਾ ਗਾਣਾ ਉਹ ਰਿਲੀਜ਼ ਨਹੀਂ ਹੋਣਾ ਨਹੀਂ ਉਹ ਹਾਂ ਜੀ ਉਹਨਾਂ ਨੇ ਸਲੀਮ ਮਰਚਨ ਨੇ ਵੀ ਕਿਹਾ ਕਿ ਦੇਖੋ ਜੀ ਪਰਿਵਾਰ ਦੀ ਜੇ ਸਹਿਮਤੀ ਨਹੀਂ ਹੈ ਤਾਂ ਫਿਰ ਤਾਂ ਅਸੀਂ ਵੀ ਨਹੀਂ ਰਿਲੀਜ਼ ਕਰਾਂਗੇ ਪਰਿਵਾਰ ਦੀ ਸਹਿਮਤੀ ਜ਼ਰੂਰੀ ਹੈ ਸਹਿਮਤੀ ਬਣਾਉਣ ਦਾ ਯਤਨ ਕਰਾਂਗੇ ਚਲੋ ਦੇਖੋ ਕਿੰਨੇ ਗਾਣੇ ਹੋਣੇ ਹੁਣ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਭਾਈ ਅਗਲਿਆਂ ਦੀਆਂ ਭਾਵਨਾਵਾਂ ਜਿਹੜੀਆਂ ਉਧਰਲੇ ਪਾਸੇ ਜੁੜੀਆਂ ਦੂਸਰਾ ਸੰਧਾਲੀਆ ਸਾਬ ਅਮਰਜੀਤ ਸਿੰਘ ਸੰਦੂਆ ਸਾਹਿਬ ਕਾ ਐਮ ਐਲ ਏ ਨੇ ਰੋਪੜ ਤੋਂ ਰੋਪੜ ਤੋਂ ਜਿੱਤੀ ਐ ਕਿ ਵੀ ਆਮ ਆਦਮੀ ਪਾਰਟੀ ਆ ਪਰ ਉਮੀਦਵਾਰ ਆਮ ਆਦਮੀ ਪਾਰਟੀ ਦਾ ਕੋਈ ਹੋਰ ਸੀ ਐਡਵੋਕੇਟ ਥੋੜੀ ਦਿਨੇਸ਼ ਛੱਡਾ ਸਾ ਅਮਰਜੀਤ ਸਿੰਘ ਸੰਧੂਆ ਸਾਹਿਬ ਨੇ ਕਿਹਾ ਕਹਿੰਦੇ ਜੀ ਮੈਨੂੰ ਬਦਨਾਮ ਕੀਤਾ ਜਾ ਰਿਹਾ ਮੇਰੇ ਸਿਆਸੀ ਕਰੀਅਰ ਦੇ ਉੱਤੇ ਚਿਕੜ ਛੁੱਟਿਆ ਜਾ ਰਿਹਾ ਮੈਨੂੰ ਸਿਆਸੀ ਤੌਰ ਤੇ ਬਦਨਾਮ ਕਰਨ ਦੀ ਕੋਸ਼ਿਸ਼ ਹੈ ਇਦਾਂ ਦੀ ਗੱਲ ਕੋਈ ਨਹੀਂ ਆ ਜਿਹੜੀ ਗੱਡੀ ਦਾ ਕਹਿੰਦੇ ਰੌਲਾ ਪੈਂਦਾ ਇਹ ਤੇ ਰਿਸ਼ਤੇਦਾਰਾਂ ਤੋਂ ਮੈਂ ਚਲਾਉਣ ਨੂੰ ਲਈ ਹੈ ਰਿਸ਼ਤੇਦਾਰਾਂ ਦੀ ਗੱਡੀ ਹੈ ਮੈਂ ਕਹਿੰਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਵੀ ਮਿਲਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਦੱਸ ਦਿੱਤਾ ਕਿ ਇਹਦੇ ਵਿੱਚ ਮੇਰਾ ਲੈਣਾ ਦੇਣਾ ਕੋਈ ਨਹੀਂ ਸਿਰ ਬਦਨਾਮ ਕਰਦੇ ਠੀਕ ਹੈ ਹੁਣ ਰੌਲਾ ਇਹ ਕਿ ਕਹਾਣੀ ਕੀ ਗੱਲ ਕੀ ਹੋ ਗਈ ਕਹਿੰਦੇ ਆ ਜੀ ਕਿ ਸਾਲਕ ਪਹਿਲਾਂ ਪਿਛਲੀ ਸਰਕਾਰ ਦੇ ਵੇਲੇ ਜਦੋਂ ਸੰਦੂਆ ਸਾਹਿਬ ਐਮ ਐਲ ਏ ਸੀ ਅਸੀਂ ਨਹੀਂ ਪੁਸ਼ਟੀ ਕਰਦੇ ਇਸੇ ਕਰਕੇ ਆਪਾਂ ਸੰਦੂਆ ਸਾਹਿਬ ਦੀ ਗੱਲ ਪਹਿਲਾਂ ਕੀਤੀ ਉਹ ਕਹਿੰਦੇ ਜੀ ਲੈਣਾ ਦੇਣਾ ਕੋਈ ਨਹੀਂ ਹੂੰ ਕਹਿੰਦੇ 54 ਇਕੜ ਜੰਗਲਾਤ ਵਿਭਾਗ ਦੀ ਜ਼ਮੀਨ ਹੋ ਸਕਦਾ ਕਹਾਣੀ ਥੋੜੀ ਬਹੁਤ ਇਧਰ ਉਧਰ ਹੋਵੇ 54 ਇਕੜ ਜ਼ਮੀਨ ਸੀ 90000 ਰੁਪਏ ਕਲੈਕਟਰ ਰੇਟ 1 ਇਕੜ ਦਾ ਉਹ ਪਹਿਲਾਂ 90000 ਕਲੈਕਟਰ ਰੇਟ ਦੇ ਹਿਸਾਬ ਨਾਲ ਵਿਅਕਤੀ ਵਿਸ਼ੇਸ਼ ਕੋਈ ਆਈ ਫਿਰ ਉਸੇ ਜੰਗਲਾਤ ਵਿਭਾਗ ਨੂੰ 990000 ਕਲੈਕਟਰ ਰੇਟ ਦੇ ਹਿਸਾਬ ਨਾਲ ਵੇਚ ਦਿੱਤੀ। ਹੂੰ। ਸੌਦਾ ਥੋੜਾ ਹੀ ਐ। ਪਹਿਲਾਂ ਸਸਤੇ ਭਾਅ ਲੈ ਕੇ ਥੋੜ ਨੂੰ ਹੀ ਮਹਿੰਗੇ ਭਾਅ ਵੇਚ ਦਿੱਤਾ ਤੇ ਉਹਦੇ ਵਿੱਚ ਕਹਿੰਦੇ ਕਰੋੜਾਂ ਰੁਪਈਆ ਜਿਹੜਾ ਹੈ। ਉਹਦਾ ਸਰਕਾਰ ਨੂੰ ਨੁਕਸਾਨ ਹੋਇਆ। ਚਲੋ ਇਹ ਤਾਂ ਇੱਕ ਗੱਲ ਹੋ ਗਈ ਹੋ ਗਿਆ ਹੋਊਗਾ। ਹੂੰ। ਫੇਰ ਜੇ ਕਹਿੰਦੇ ਕਿ ਉਸ ਕੱਪੜੇ ਦਾ ਕੁਝ ਭਰਾਮਾਂ ਦਾ ਨਾਮ ਦਾ ਜ਼ਿਕਰ ਆਉਂਦਾ ਇਹ ਖਾਸ ਕਿਸਮ ਦੇ ਪੰਜਾਬੀ ਭਰਾ ਨਹੀਂ। ਕਿ ਉਹਨਾਂ ਨੇ ਉਸ ਕਮਾਏ ਹੋਏ 2 ਨੰਬਰ ਦੇ ਪੈਸੇ ਚੋਂ 2 ਕਰੋੜ ਰੁਪਈਆ ਜਲੰਧਰ ਦੀ ਇੱਕ ਬੀਬੀ ਆ ਉਹਦੇ ਖਾਤੇ 'ਚ ਪਾਇਆ 2 ਕਰੋੜ ਫਿਰ ਕਨੈਕਸ਼ਨ ਦੀ ਚਰਚਾ ਹੈ ਦੋਸ਼ ਲੱਗ ਰਹੇ ਨੇ ਸੱਚ ਨੇ ਕਿ ਝੂਠ ਪਤਾ ਨਹੀਂ ਹੁਣ ਰਿਸ਼ਵਤ ਦੇ ਪੈਸੇ ਨੇ ਕਮਾਏ ਹੋਏ 2 ਨੰਬਰ ਦੇ ਪੈਸੇ ਉਹ ਇੱਕ ਬੀਬੀ ਦੇ ਖਾਤੇ ਜਾਂਦੇ ਆ ਬੀਬੀ ਉਹਨਾਂ ਪੈਸਿਆਂ ਦਾ ਇੱਕ ਵੱਡਾ ਹਿੱਸਾ ਆਪਣੇ ਘਰ ਵਾਲੇ ਦੇ ਖਾਤੇ 'ਚ ਪਾਉਂਦੇ ਤੇ ਉਹਦਾ ਘਰ ਵਾਲਾ ਇੱਕ ਆਟੋ ਏਜੰਸੀ ਜਿੱਥੋਂ ਕਾਰਾਂ ਵੇਚਦੇ ਨੇ ਉਹਨਾਂ ਨੂੰ 19 ਲੱਖ ਰੁਪਈਆ ਦਾ ਭੁਗਤਾਨ ਕਰਦਾ ਇੱਕ ਕਾਰ ਦੇ ਲਈ ਨਿਨੋਵਾ ਕਾਰ ਉਹ ਕਾਰ ਕਹਿੰਦੇ ਆ ਸੰਧਵਾ ਸਾਹਿਬ ਦੇ ਰਿਸ਼ਤੇਦਾਰਾਂ ਕੋ ਜਾਂਦੀ ਆ ਤੇ ਕਾਰ ਸੰਧਵਾ ਸਾਹਿਬ ਚਲਾਉਂਦੇ ਆ ਹੂੰ ਹੂੰ ਤੇ ਪਿਛਲੇ ਸਾਲ ਕਿ ਤੁਝ ਹੂਟੇ ਲੈਂਦੇ ਆ ਸਾਨੂੰ ਨਹੀਂ ਪਤਾ ਉਹਨਾਂ ਨੇ ਜਦੋਂ ਪੁੱਛਿਆ ਉਹ ਕਹਿੰਦੇ ਜੀ ਦੇਖੋ ਮੇਰੇ ਤਾਂ ਰਿਸ਼ਤੇਦਾਰਾਂ ਦੀ ਐ ਤੇ ਮੈਂ ਆਪਣੇ ਰਿਸ਼ਤੇਦਾਰਾਂ ਤੋਂ ਜੇ ਕੋਈ ਚੀਜ਼ ਉਧਾਰ ਸੁਧਾਰ ਲੈਣਾ ਤੇ ਮੈਂ ਉਹਨਾਂ ਤੋਂ ਸੂਰਸਾਫ ਇਨਕਮ ਥੋੜੀ ਪੁੱਛੂੰਗਾ ਤੂੰ ਹੀ ਕਿੱਥੋਂ ਲਈ ਬਈ ਤੁਹਾਡੇ ਕੋਲੇ ਪੈਸੇ ਕਿੱਥੋਂ ਆਏ ਬਈ ਉਹ ਕਹਿੰਦੇ ਇਸ ਕਰਕੇ ਮੇਰਾ ਇਸ ਚੀਜ਼ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸਾਹਿਬ ਨੇ ਉਹ ਕਹਿੰਦੇ ਜੀ ਥੋੜੇ ਜਿਹਾ ਟਿੱਲੇ ਨੇ ਉਹ ਹਸਪੀਟਲ ਦੇ ਵਿੱਚ ਦੇਖੋ ਜੇ ਤਾਂ ਸਿੱਧੇ ਸਿੱਧੇ ਕਿਸੇ ਤਰੀਕੇ ਉਹਨਾਂ ਦਾ ਲੈਣਾ ਦੇਣਾ ਨਹੀਂ ਛੱਡਣਾ ਚਾਹੀਦੇ ਪਰ ਜੇ ਐਵੇਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਅਮਰਜੀਤ ਸਿੰਘ ਸੰਦੋਆ ਸਾਹਿਬ ਨੂੰ ਫਿਰ ਮਾੜੀ ਗੱਲ ਹੈ ਹਾਂ ਅਮਨ ਰੂੜਾ ਸਾਹਿਬ ਨੂੰ ਪੁੱਛਿਆ ਮੰਤਰੀ ਨੇ ਉਹ ਕਹਿੰਦੇ ਦੇਖੋ ਗੱਲ ਇਦਾਂ ਅਸੀਂ ਤਾਂ ਨਹੀਂ ਕੋ ਬੰਦਾ ਬਖਸ਼ਣਾ ਥੋੜੀ ਦੇਰ ਲਈ ਕਹਿੰਦੇ ਵਿੱਚ ਕਾਂਗਰਸ ਨੂੰ ਵੀ ਗਿਆਈ ਕਾਂਗਰਸ ਚ ਪੈ ਜਾਂਦਾ ਫਰਕ ਉਹਨਾਂ ਦਾ ਕਹਿੰਦੇ ਜਦੋਂ ਕਹੇ ਹੁਣ ਬੰਦੇ ਦੇ ਅਸੀਂ ਫਿਰ ਜਾਂਚ ਕਰਾਵਾਂਗੇ ਅੰਦਰ ਪੱਕੇ ਤੌਰ ਤੇ ਆਹਨੇ ਚਲੋ ਵੈਸੇ ਹੀ ਪਰ ਇੱਕ ਗੱਲ ਆ ਵੀ ਇਹ ਕੋਈ ਇੱਕ ਉਦਾਹਰਨ ਨਹੀਂ ਹੈਗੀ ਇਸ ਤੋਂ ਆਪਾਂ ਪਹਿਲਾਂ ਵੀ ਸੁਣਦੇ ਰਹੇ ਆਂ ਵੀ ਆਮ ਹੀ ਕਹਿੰਦੇ ਹੁੰਦੇ ਵੀ ਉਹੋ ਹੀ ਜ਼ਮੀਨ ਹੁੰਦੀ ਹੈ ਉਹ ਪਹਿਲਾਂ ਇੱਕ ਬੰਦੇ ਨੂੰ ਚਲੇ ਜਾਂਦੀ ਹੈ ਜੀ ਇਹ ਕਹਿੰਦਾ ਆਹਾਂ ਇਹ ਕੋਈ ਜ਼ਮੀਨ ਹੈ ਬਾਅਦ ਵਿੱਚ ਉਹੋ ਹੀ ਜ਼ਮੀਨ ਜਦੋਂ ਉਹ ਸਰਕਾਰੀ ਦਰਬਾਰੀ ਕਹਿੰਦੇ ਖਰੀਦਣੇ ਦੀ ਉਹ ਹੋਏ ਹੋਏ ਹੋ ਗੁਰੂ ਉਹ ਸੋਨੇ ਵਰਗੀ ਜ਼ਮੀਨ ਆਪਾਂ ਨੂੰ ਫਿਰ ਵੀ ਸ਼ੁਗਰ ਕਰੋ ਐਸ ਕਾ ਭਾਅ ਨੂੰ ਮਿਲਗੀ ਨਹੀਂ ਵੀ ਇਸ ਭਾਅ ਨੂੰ ਨਹੀਂ ਮਿਲਣੀ ਇਹ ਪਤਾ ਨਹੀਂ ਵੀ ਰਵਾਜ ਕਿੱਥੋਂ ਚੱਲ ਗਿਆ ਐਂਡ ਇਹ ਆਮ ਬੰਦੇ ਮਾਤੜ ਤੇ ਮਾਤੜ ਨੂੰ ਕਦੀ ਹਿਸਾਬ ਨਹੀਂ ਆਉਂਦਾ ਜੀ ਉਹ ਵਿਚਾਰਾ ਲੱਖ ਪਾਵੇਂ ਬੈਠਾ ਰਹਾ ਵੀਰ ਮੇਰਾ ਮੇਰੀ ਜਿਵੇਂ ਸੜਕ ਦੇ ਉੱਤੇ ਲੱਗਦੀ ਆਹ ਰੇਟ ਲੈਣਾ ਉਹਦਾ ਨਾ ਰੇਟ ਹੀ ਹੈ ਨਹੀਂ ਆਈਕਲ ਦੇ ਤੇ ਜੇ ਕੋਈ ਦੂਸਰਾ ਪਾਸਾ ਹੋਵੇ ਤਾਂ ਉਹ ਪਾਵੇਂ ਰੂੜੀ ਵਾਲਾ ਥਾਂ ਵੇਚਣ ਇਹ ਤਾਂ ਇਹ ਸਾਡਾ ਫੇਰ ਰੂੜੀ ਵਾਲਾ ਥਾਂ ਹੈ ਨਾ ਪੁਛਤਾਨੀ ਇਹ ਤਾਂ ਇੰਨੇ ਕਰੋੜ ਦਾ ਵੇਚ ਗਿਆ ਇਹ ਜਿਹੜਾ ਕਾਲਾ ਮਾਲਾ ਵੱਡਿਆਂ ਬੰਦਿਆਂ ਦਾ ਕਿਵੇਂ ਹੋ ਜਾਂਦਾ ਇਹ ਜੇ ਗੱਲ ਸਮਝਣ ਵਾਲੀ ਆ ਪਰ ਆ ਜਿਹੜਾ ਰਜਿਸਟਰੀਆਂ ਵਾਲਾ ਕੰਮ ਬੰਦ ਹੋਇਆ ਸੀ ਪਿਛਲੇ ਦਿਨੀ ਿਆਲੀ ਸਾਹਿਬ ਵੀ ਮਿਲ ਕੇ ਗਏ ਹਾਲਾਂਕਿ ਖਬਰਾਂ ਉਹ ਤੋਂ ਬੜੀਆਂ ਬੜੀਆਂ ਸੀ ਵੀ ਮਾਂਪੀ ਤੇ ਆਲੀ ਹੋਰਾਂ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ ਹੁਣ ਇੰਨੀ ਗੱਲ ਨੂੰ ਲੈ ਕੇ ਤੇ ਬੰਦਾ ਸੋਹ ਤੀਰਾ ਭਲਾ ਯਾਰ ਈ ਆਲੀ ਸਾਹਿਬ ਕਾਂ ਅਕਾਲੀ ਦਲ ਨਾਲ ਗੁੱਸੇ ਤੇ ਇੰਨੇ ਕੀ ਚੱਲੇ ਹੈ ਨਾ ਅਕਾਲੀ ਦਲ ਨਾਲ ਗੁੱਸੇ ਨੇ ਤੇ ਮੁੱਖ ਮੰਤਰੀ ਸਾਹਿਬ ਨੂੰ ਮਿਲਦੇ ਫਿਰਦੇ ਵੇਖਿਓ ਕਿਤੇ ਹਮ ਹਾਲਾਂਕਿ ਉਹਨੇ ਬਾਅਦ ਕਲੀਅਰ ਕੀਤਾ ਉਹ ਕਹਿੰਦੇ ਵੀ ਦੇਖੋ ਗੱਲ ਇਹ ਆ ਵੀ ਮਹਾਰਾਜ ਵੀ ਸਾਡਾ ਕੰਮ ਤੰਦਾ ਜਿਹੜਾ ਉਹ ਪਲਾਟਾਂ ਦਾ ਜਾਂ ਜ਼ਮੀਨਾਂ ਦਾ ਇਧਰ ਉਧਰ ਤੇ ਨਾਲ ਮੇਰੇ ਬੰਦੇ ਪਹੁੰਚ ਕੀਤੀ ਸੀ ਉਹ ਕਹਿੰਦੇ ਵੀ ਮਹਾਰਾਜ ਸਾਡੇ ਕਾਰੋਬਾਰ ਤੇ ਲੱਤ ਵੱਜੀ ਪਈ ਐ ਜਦੋਂ ਰਜਿਸਟਰੀ ਹੋਣੀ ਨਹੀਂ ਤੇ ਜਦੋਂ ਸੌਦੇ ਨਹੀਂ ਵਿਗਣਾ ਤੇ ਸਾਡੀ ਰੋਟੀ ਕਿੱਥੋਂ ਚੱਲਣੀ ਐ ਅਸੀਂ ਦੀ ਇਸ ਕਰਕੇ ਬੇਨਤੀ ਕਰਨ ਆਏ ਹਾਂ ਵੀ ਉਹਨਾਂ ਨੂੰ ਸ਼ੁਰੂ ਕਰੋ ਤੇ ਹੁਣ ਮਨੋ ਰੋੜਾ ਸਾਹਿਬ ਕਹਿੰਦੇ ਉਹ ਕਹਿੰਦੇ ਵੀ ਛੇਤੀ ਰੀਅਲ ਏਸਟੇਟ ਦੇ ਨਾਲ ਰਿਲੇਟਡ ਪਾਲਿਸੀ ਲੈ ਕੇ ਆਵਾਂਗੇ ਕਿਉਂਕਿ ਇਸ ਤੋਂ ਪਹਿਲਾਂ ਕਹਿੰਦੇ ਵੀ ਕਈ ਤਰ੍ਹਾਂ ਦੇ ਕਾਲੇ ਮਾਲੇ ਚੱਲਦੇ ਸੀ ਉਹਦਾ ਕਰਕੇ ਕਈ ਕੁਝ ਹੁੰਦਾ ਰਿਹਾ ਜਿਹਦੀ ਤੁਸੀਂ ਵੀ ਸਟੋਰੀ ਸੁਣਾਈ ਹੋਣੇ ਉਹ ਕਹਿੰਦੇ ਵੀ ਛੇਤੀ ਰਜਿਸਟਰੀਆਂ ਸ਼ੁਰੂ ਹੋ ਜਾਣਗੀਆਂ ਦੇਖੋ ਸੰਧਾਲੀਆ ਸਾਹਿਬ ਅਮਰ ਅਰੋੜਾ ਸਾਹਿਬ ਮਿਨਿਸਟਰ ਨੇ ਕਲੋਨਾਈਜ਼ਰ ਜਿਹੜੇ ਉਹਨਾਂ ਨੂੰ ਮਿਲੇ ਆ ਕੇ ਰੈਵਨਿਊ ਡਿਪਾਰਟਮੈਂਟ ਜਿਹੜਾ ਉਹ ਉਹਨਾਂ ਨੇ ਨਾਲ ਅਫਸਰ ਬਿਠਾ ਲਏ ਉਧਰਲੇ ਪਾਸੇ ਕਲੋਨੀਆਂ ਕੱਟਣ ਵਾਲੇ ਬਿਠਾ ਲਏ ਆਪ ਬੈਠੇ ਨਾਲ ਉਹਨਾਂ ਨੇ ਕਿਹਾ ਦਸਾਂ ਦਿਨਾਂ ਚ ਡਰਾਫਟ ਤਿਆਰ ਹੋ ਜਾਊਗਾ ਸੀ ਰਜਿਸਟਰੀਆਂ ਚਾਲੂ ਕਰਨੀਆਂ ਬਹੁਤ ਚੰਗੀ ਗੱਲ ਪਰ ਜਿਹੜੀ ਉਹਨਾਂ ਨੇ ਇੱਕ ਬੜੀ ਹੈਰਾਨੀ ਜਨਕ ਗੱਲ ਦੱਸੀ ਉਹਦੇ 14000 ਨਜਾਇਜ਼ ਕਲੋਨੀਆਂ ਪੰਜਾਬ ਚ 14000 ਕਿਸੇ ਚ 100 ਪਲਾਟ ਹੋਊਗਾ ਕਿਸੇ 10 ਵੀ ਹੋਣਗੇ ਜਿਸ ਹੋਂ ਹੀ ਸਮਝ ਲਈ ਆਪਾਂ 14100 ਦਾ ਕਿੰਨੇ ਲੱਖ ਘਰ ਜਿਹੜੇ ਆ ਉਹ ਦੋ ਨੰਬਰ ਚ ਬੜੇ ਉਹ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਕਿਸੇ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਪਰ ਉਹ ਕਹਿੰਦੇ ਜੀ ਕਈ ਐਸੀਆਂ ਕਲੋਨੀਆਂ ਕੱਟ ਦਿੱਤੀਆਂ ਜਿੱਥੇ ਫਾਇਰ ਬ੍ਰਿਗੇਡ ਹੀ ਨਹੀਂ ਵੱਟ ਸਕਦੀ ਹੂੰ ਕੱਲ ਨੂੰ ਕਿਸੇ ਘਰ ਚ ਕਹਿੰਦੇ ਜੀ ਅਸੀਂ ਨਹੀਂ ਚਾਹੁੰਦੇ ਇਦਾਂ ਹੋਵੇ ਪਰ ਖੁਦਾ ਨਾ ਖਾਸਤਾ ਕਿਤੇ ਕੋ ਅੱਗ ਲੱਗ ਜਵੇ ਫਾਇਰ ਬ੍ਰਿਗੇਡ ਨਾ ਪਹੁੰਚੇ ਕੱਲ ਨੂੰ ਕਹਿੰਦੇ ਤੁਸੀਂ ਸਾਨੂੰ ਆਣ ਕੇ ਰਸੇ ਪਾਉਣੇ ਆ ਕਿ ਭਾਈ ਆ ਦੇਖੋ ਜੀ ਇਹ ਸਰਕਾਰ ਦੇ ਬਿਲੇ ਕਲੋਨੀ ਅਪਰੂਵ ਹੋਈ ਆ ਦੇਖੋ ਜੀ ਇੱਥੇ ਘਟਨਾ ਘਟੀ ਤੇ ਇੱਥੇ ਐਂਬੂਲੈਂਸ ਤੱਕ ਨਹੀਂ ਵਰਦੀ ਕਿਹੜੇ ਨਿਯਮਾਂ ਦੇ ਹਸਾਬ ਦੇ ਨਾਲ ਇਹਨਾਂ ਨੇ ਆ ਕਲੋਨੀਆਂ ਅਪਰੂਵ ਕਰਤੀਆਂ ਉਹ ਕਹਿੰਦੇ ਸਾਨੂੰ ਇਤਰਾਜ਼ ਇਸ ਗੱਲ ਦਾ ਹੈ ਕਿ ਭਾਈ ਅਸੀਂ ਕੱਲਾ ਲੋਕਾਂ ਦਾ ਘਰ ਨਹੀਂ ਦੇਖਣਾ ਲੋਕਾਂ ਨੂੰ ਫੈਸਿਲਿਟੀ ਮਿਲਦੀ ਹੈ ਕਿ ਨਹੀਂ ਮਿਲਦੀ ਉਹ ਦੇਖਣੀ ਦੂਸਰਾ ਉਹ ਕਹਿੰਦੇ ਪਿਛਲੀਆਂ ਸਰਕਾਰਾਂ ਨੇ ਜਿਹੜੇ ਨਿਯਮ ਬਣਾਏ ਸੀ ਕਲੋਨੀਆਂ ਨੂੰ ਨਿਯਮਤ ਕਰਨ ਦੇ ਉਹ ਕਹਿੰਦੇ ਕਾਨੂੰਨਾਂ ਦੀ ਉਲੰਘਣਾ ਕਰਦੇ ਆ ਭਲਕ ਨੂੰ ਉਹਨਾਂ ਦੇ ਖਿਲਾਫ ਕੋਈ ਅਦਾਲਤ ਚੱਲੇਗਾ ਕੰਮ ਫੇਰ ਉੱਥੇ ਖੜ੍ਹ ਜਾਣਾ ਅਸੀਂ ਜੋ ਵੀ ਕਰਨਾ ਪੱਕੇ ਪੈਰੀਂ ਕਰਨਾ ਤੇ ਦੱਸਾਂ ਕਿ ਦਿਨਾਂ ਦੇ ਵਿੱਚ ਉਹ ਕਹਿੰਦੇ ਜੀ ਰਜਿਸਟਰੀਆਂ ਸ਼ੁਰੂ ਕਰਦੇ ਆਂਗੇ ਠੀਕ ਹੈ ਤੀਸਰੀ ਕਰ ਉਹ ਕਹਿੰਦੇ ਇੱਥੇ ਹੀ ਨਿਬੜ ਗਿਆ ਹੁਣ ਕੰਮ ਜਦੋਂ ਦੀ ਸਾਡੀ ਸਰਕਾਰ ਆਈ ਆ ਕਹਿੰਦੇ ਤੁਸੀਂ ਜਦੋਂ ਮਰਜ਼ੀ ਆਰਟੀਆ ਪਾ ਲਿਓ ਜਦੋਂ ਮਰਜ਼ੀ ਕੁਛ ਕਰ ਲਿਓ ਸਾਡੀ ਸਰਕਾਰ ਦੇ ਬੇਲੇ ਕੋਈ ਕਲੋਨੀ ਗੈਰਕਾਨੂੰਨੀ ਨਹੀਂ ਹੋਊਗੀ ਜੋ ਕੁਛ ਵੀ ਹੋਊਗਾ ਕਾਨੂੰਨੀ ਹੋਊਗਾ ਤੇ ਇਹਨਾਂ ਸਰਲ ਕਰਦੇ ਆਂਗੇ ਕਿ ਕੋਈ ਬੰਦਾ ਨਿਆਈ ਕਾਨੂੰਨੀ ਕੱਟੂਗਾ ਹੀ ਨਹੀਂ ਜਾਇਜ਼ ਕਲੋਨੀਆਂ ਸਾਰੀਆਂ ਕੱਟੀਆਂ ਜਾਣੀਆਂ ਨਿਯਮ ਕੁਝ ਸਰਲ ਕਰਾਂ ਦੇਖੋ ਇੱਕ ਗੱਲ ਤਾਂ ਸੰਧਾਲੇ ਸਾਹਿਬ ਮੰਨਣ ਵਾਲੀ ਆ ਤੁਹਾਨੂੰ ਯਾਦ ਹੋਣਾ ਅੱਜ ਕੱਲ ਇੱਕ ਲੀਡਰ ਸਾਹਿਬ ਜੇਲ੍ਹ ਚ ਨੇ ਉਹਨਾਂ ਦਾ ਨਾਮ ਹੈ ਨਵਜੋਤ ਸਿੰਘ ਸਿੱਧੂ ਜਦੋਂ ਖੁਦ ਮੰਤਰੀ ਸਨ ਨਾ ਉਦੋਂ ਉਹਨਾਂ ਦਾ ਆਪਣੀ ਸਰਕਾਰ ਦੇ ਬਾਕੀ ਮੰਤਰੀਆਂ ਨਾਲ ਪੰਗਾ ਪੈ ਗਿਆ ਸੀ ਕੈਪਟਨ ਸਾਹਿਬ ਮੁੱਖ ਮੰਤਰੀ ਸਨ ਸਾਰੇ ਕਹਿੰਦੇ ਸੀ ਕਲੋਨੀਆਂ ਨਜਾਇਜ਼ ਤੋਂ ਜਾਇਜ਼ ਕਰਦੇ ਹੋ ਬਈ ਇੰਨੀਆਂ ਵੋਟਾਂ ਨੇ ਲੋਕ ਕਹਿੰਦੇ ਆ ਉਹ ਵੀ ਉਹਦੇ ਕਹਿੰਦੇ ਸੀ ਉਹ ਕਹਿੰਦੇ ਕਾਰਾਂ ਕਿੱਥੇ ਖੜੀਆਂ ਕਰਨੀਆਂ ਲੋਕਾਂ ਨੇ ਉੱਥੇ ਆਪਾਂ ਵਾਟਰ ਟ੍ਰੀਟਮੈਂਟ ਪਲਾਂਟ ਕਿੱਥੇ ਲਾਉਣੇ ਆ ਉਹ ਪਾਉ ਕਹਿੰਦੇ ਨੇ ਸੀਵਰੇਜ ਹੀ ਨਹੀਂ ਪਾਇਆ ਕਹਿੰਦੇ ਅੱਜ ਤਾਂ ਉੱਥੇ ਪਲਾਟ ਖਾਲੀ ਪਿਆ ਤੁਸੀਂ ਨਿਜਮਤ ਕਰ ਦਿਓ ਲੋਕ ਆ ਕੇ ਰਹਿਣ ਲੱਗ ਪਣਗੇ ਕੱਲੂ ਪਾਣੀ ਦਾ ਨਿਕਾਸ ਕਿਧਰਲੇ ਪਾਸੇ ਨੂੰ ਦੇਣਾ ਹੈ ਹਮਮ ਕੱਲੂ ਕੋਈ ਨਿਆਣੇ ਵਾਲੇ ਪਾਰਕ ਨਹੀਂ ਕੋਈ ਕਹਿੰਦੇ ਸੀ ਗਰਾਊਂਡ ਨਹੀਂ ਕੋਈ ਕੁਛ ਨਹੀਂ ਆਪਾਂ ਕਰਾਂਗੇ ਕੀ ਤੇ ਉਦੋਂ ਸਾਰੇ ਮੰਤਰੀ ਬਿਠਾ ਕੇ ਜਾਂਦੇ ਇਹ ਬੰਦੇ ਨੇ ਸਾਡੀਆਂ ਵੋਟਾਂ ਕਟਾਉਣੀਆਂ ਐ ਇਹ ਬੰਦੇ ਨੇ ਲੋਕ ਨਰਾਜ਼ ਕਰਨੇ ਆ ਵੀ ਤੂੰ ਕਿਤੇ ਇਕੱਲਾ ਬਹੁਤ ਐ ਕਿ ਤੈਨੂੰ ਬਹੁਤ ਫਿਕਰ ਹੈ ਭਾਈ ਉਦੋਂ ਕਹਿੰਦੇ ਨਹੀਂ ਸੀ ਚਿਹਰਿਆਂ ਤੋਂ ਨਜ਼ਰ ਆਉਂਦਾ ਸੀ ਇਦਾਂ ਹੀ ਐ ਪਰ ਆ ਗੱਲ तकरीबन तकरीबन ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਮਿਲਦੀ-ਜੁਲਦੀ ਹੈ ਅਸੀਂ ਨਹੀਂ ਕਹਿੰਨੇ ਸਾਂ ਦਾੜਿਆ ਸਭ ਸਾਰੀ ਦੀ ਸਾਰੀ ਕਮਾਈ ਲਾ ਕੇ ਲੋਕਾਂ ਨੇ ਪਲਾਟ ਲਏ ਹੁੰਦੇ ਆ ਘਰ ਬਣਾਏ ਹੁੰਦੇ ਆ ਉਹਨਾਂ ਦਾ ਨਹੀਂ ਕਸੂਰ ਕਸੂਰ 2 ਨੰਬਰ ਦੇ ਵਿੱਚ ਕਲੋਨੀਆ ਕੱਟਣ ਵਾਲਿਆਂ ਦਾ ਮੈਂ ਕਹਿੰਨਾ ਲੋਕਾਂ ਨੇ ਕਿਸੇ ਨਾ ਕਿਸੇ ਚਾਹੇ ਕਾਗਜ਼ਾਂ 'ਚ ਨਹੀਂ ਹੋਊਗਾ ਸਿੱਧੇ ਬਿਆਨੇ ਤੋਂ ਰਜਿਸਟਰੀ ਹੋ ਗਈ ਹੋਊਗੀ ਪਰ ਲੋਕ ਦੱਸਦੇ ਨੇ ਕਿ ਆਹ ਬੰਦਾ 100 ਗਵਾਹ ਖੜਾ ਹੋ ਜਾਊਗਾ ਉਹਦੇ ਕੋਲੇ بڑے ਨੋਟ ਹੋਣੇ ਆ ਅਮਨ ਅਰੋੜਾ ਸਾਹਿਬ ਚੱਕ ਲਓ ਬੰਦੇ ਬਣਾ ਲਓ ਕਾਨੂੰਨ ਕਰ ਦਿਓ ਕਾਰਵਾਈ ਉਹਨਾਂ ਦੇ ਨੋਟਾਂ ਨਾਲ ਹੀ ਫੈਸਿਲਟੀਆਂ ਦਿਓ ਫੈਸਿਲਟੀਆਂ ਦਿੱਤੀਆਂ ਜਾਹਤ ਜੀ ਕਾਪਾ ਹੋਰ ਬੇਨਤੀ ਕਰਦੇ ਆ ਹੁਣ ਦੇਖੋ ਹਰੇਕ ਬੰਦਾ ਕਹਿੰਦਾ ਜੀ ਵੀ ਪਲਾਟ ਮਹਾਰਾਜ ਉਹ ਪਤਾ ਨਹੀਂ ਕਿਹੜਾ ਵੇਚ ਗਿਆ ਜੀ ਕਲੋਨੀ ਇੱਧਰ ਉੱਧਰ ਕਰ ਗਿਆ ਨੰਬਰ ਹੋਰ ਦਿਖਾ ਤੋ ਲਗਾ ਦੇਣਾ ਸੋਚਣ ਵਾਲੀ ਇੱਕ ਛੋਟੀ ਜੀ ਗੱਲ ਹੈ ਲੌਜੀਕਲੀ ਵੀ ਆਮ ਤੌਰ ਤੇ ਉਹ ਜੀ ਕਹਿੰਦੇ ਜੀ ਫਲਾਨਾ ਪਲਾਟ ਉੱਥੇ ਕਿਹੜੀ ਜ਼ਮੀਨ ਜੀ ਆਮ ਤੌਰ ਤੇ ਪਲਾਟ ਤੇ ਉਹ ਖੇਤੀ ਬਾੜੀ ਵਾਲੀ ਜ਼ਮੀਨ ਕੋਈ ਬੰਦਾ ਪੁੱਛੇ ਵੀ ਜੇ ਅਗਲਾ ਆਖੇ ਵੀ ਭਾਈ ਸਾਹਿਬ ਮੈਂ 20 बाई 40 ਦੀ ਜ਼ਮੀਨ ਲਈ ਖੇਤੀ ਬੜੀ ਵਾਲੀ ਜੀ ਕਹਿੰਦੇ 20 बाई 40 ਦੀ ਕਿਹੜੀ ਖੇਤੀ ਹੁੰਦੀ ਹੈ ਸੋਚਣ ਵਾਲੀ ਗੱਲ ਹੈ ਕਿ ਨਹੀਂ ਫਿਰ ਜੇ ਮੰਨ ਲਓ ਪੀ ਉਸ ਹਲਕੇ ਦੇ ਵਿੱਚ ਮੰਨ ਲਓ ਤਹਿਸੀਲ ਆ ਜਾ ਜਿਹੜਾ ਵੀ ਉੱਥੇ ਦਫ਼ਤਰ ਪੈਦਾ ਤੁਸੀਂ ਦਫ਼ਤਰ ਸਾਹਿਬ ਦਾ ਮੈਂ ਉਹੀ ਕਹਿ ਰਿਹਾ 20 बाई 40 ਇੱਕ ਨੇ ਲੈ ਲਿਆ ਨਾਲ ਹੀ ਖੇਤੀ ਵਾਲਾ ਇੱਕ 20 बाई 40 ਹੋਰ ਨੇ ਲੈ ਲਿਆ ਇੱਕ ਹੋਰ ਨੇ 20 बाई 40 ਲੈ ਲਿਆ ਚਲੋ ਜੇ ਉਹ ਸਿੱਧਾ ਮੰਨ ਲਓ ਬਿਆਨਨਾ ਹੋ ਰਿਹਾ اے ਬੀ ਸੀ ਫਲਾਣਾ ਸਿੰਘ ਜੀ ਕੋਈ ਰਜਿਸਟਰੀ ਕਰਾ ਰਿਹਾ ਉਹਨੇ ਬਿਠਾ ਕੇ ਪੁੱਛ ਲੈਣਾ ਵੀ ਵੀਰ ਮੇਰਾ ਤੇਰੇ ਡੂੜ ਕਿਲੇ 'ਚ ਤੇਰੇ ਕੋਲੋਂ ਖੇਤੀ ਨਹੀਂ ਸੀ ਹੁੰਦੀ ਜਿਹੜਾ ਹੁਣ ਤੂੰ 20 बाई 40 20 बाई 40 ਦੇ ਹਿਸਾਬ ਨਾਲ ਇਹਨਾਂ ਕੋਲੋਂ ਖੇਤੀ ਕਰਾਉਣਾ ਲੱਗੇ ਹੈਨਾ ਹੁਣ ਦੇਖੋ ਇੱਕ ਗੱਲ ਤੇ ਹੈਗੀ ਆ ਵੀ ਉਹ ਨਾਂ ਦਾ ਕਲੋਨਾਈਜ਼ਰ ਨੇ ਰਜਿਸਟਰੀ ਕਰਾਉਣੀ ਹੈ ਨਾਂ ਜਿਹੜੇ ਬੰਦੇ ਦੀ ਜ਼ਮੀਨ ਉਹ ਸਿੱਧਾ ਲਿਖ ਕੇ ਦੇ ਦਿੰਦਾ ਵਿਆਹ ਲੈ ਵੀ ਰਜਿਸਟਰੀ ਹੋ ਗਈ ਉਹ ਕੋਈ ਨਾ ਕੋਈ ਤੇ ਸਰਕਾਰੀ ਦਰਬਾਰੀ ਉੱਥੇ ਜਿਹੜਾ ਕਾਨੂੰਨ ਬਣਦਾ ਜਾਂ ਜਿਹੜੇ ਉੱਥੇ ਤਹਿਸੀਲਦਾਰ ਸਾਹਿਬ ਬੈਠੇ ਨੇ ਪਟਵਾਰੀ ਸਾਹਿਬ ਬੈਠੇ ਨੇ ਆਫਟਰ ਆਲ ਤਾਂ ਮਹਿਕਮਾ ਹੀ ਆ ਨਾ ਜਿੱਥੇ ਜਾ ਕੇ ਰਜਿਸਟਰੀ ਹੁੰਦੀ ਤੇ ਤੁਸੀਂ ਉਹਨਾਂ ਨੂੰ ਪੁੱਛ ਲਿਆ ਕਰੋ ਵੀ ਵੀਰ ਮੇਰੇ ਜਦੋਂ ਕੋਈ ਇਹੋ ਜਿਹਾ ਕੁਝ ਹੋਵੇ ਤੁਹਾਡੇ ਵੀ ਧਿਆਨ ਚ ਹੁੰਦਾ ਵੀ ਐਸੇ ਰੀਅਲ ਜ ਹੁਣ 20 22 40 ਵਾਲੀ ਕੀਤੀ ਵਿਕਣ ਲੱਗ ਪਈ ਆ ਉਹਨਾਂ ਨੂੰ ਪੁੱਛ ਲੋ ਆ ਵਾਰ ਰ ਮਾਜ ਮਾਰ ਕੇ ਵੀ ਭਾਈ ਆ ਹੁਣ ਤੁਸੀਂ ਕੰਮ ਕਰਨ ਲੱਗੇ ਆ ਵੀ ਇਹਦੇ ਨਾਲ ਇੰਨੇ ਕ ਫੀਸ ਲਾ ਦਿਓ ਜਿਹੜਾ ਤੁਸੀਂ ਆਹ ਕੰਮ ਕਰਾਉਣਾ ਇਹਦੇ ਨਾਲ ਇੰਨਾ ਕ ਖਰਚਾ ਤੁਹਾਡਾ ਵੱਧ ਲੱਗਣਾ ਜਿਹੜਾ ਬੰਦਾ ਖਰੀਦਦਾਰ ਉਹ ਵੀ ਆਖੇ ਵੀ ਭਾ ਮੈਂ ਠੀਕ ਆ ਲੈਂਦੇ ਹਾਂ ਨੂੰ ਤਿਆਰਾਂ ਪੈਸੇ ਤੁਸੀਂ ਮੈਨੂੰ ਫੈਸਿਲਿਟੀ ਦੇ ਦਿਓ ਜਿਹੜਾ ਉਤੋਂ ਬੰਦਾ ਬਣਾ ਵੀ ਅਸੀਂ ਹੁਣ ਫੁਲਾਨੇ ਦਾਦੇ ਉੱਪਰ ਕਲੋਨਾਈਜ਼ਰ ਦੇ ਨਾਲ ਇਸ ਤਰ ਕਲੋਨਾਈਜ਼ਰ ਹੋ ਜਾਦਾ ਰਜਿਸਟਰਡ ਕੋਈ 100 15000 50000 ਜਿੰਨੇ ਵੀ ਹੋਣ ਪਰ 100 ਤੋਂ 15 15 ਮੈਂ ਤਾਂ ਕਿਹਾ ਕੋ ਲੀਡਰ ਸਾਹਿਬ ਤੁਸੀਂ ਮਾੜਾ ਮੋਟਾ ਸਾਹਿਬ ਰੱਖਿਆ ਬੇਨ ਤੇ ਸੁਣਾ ਮੈਂ 100 ਵੱਡਿਆਂ ਨਾਲ ਹੌਲੀ 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 ਥੋੜੀ ਕਲੋਨਾਈਜ਼ਰ ਦੇ ਪਿਛਲੇ ਦਿਨ ਤੁਸੀਂ ਇਹ ਦੇਖੋ ਵੀ ਹਰੇਕ ਜਦੋਂ ਪ੍ਰਾਪਰਟੀ ਜੀ ਦਾ ਕੰਮ ਚੱਲੇ ਹਰੇਕ ਮੋੜ ਤੇ ਲਿਖਿਆ ਹੁੰਦਾ ਹੈ ਪਲਾਟ ਹੀ ਪਲਾਟ ਉਹ ਵੀ ਦੇ ਕਲੋਨਾਈਜ਼ਰ ਹੁੰਦਾ ਐਂ ਮਗਰ ਥੋੜਾ ਜਿਹਾ ਲੈਗ ਨਾ ਵੱਡਾ ਪਲਾਟ ਹੁੰਦਾ ਜੀ ਹੁਣ ਨਿੱਕੇ ਕੱਟਦੇ ਮੁੜ ਕੇ ਦਫ਼ਤਰ ਵੀ ਬਕਾਉ ਹੁੰਦਾ ਸੀ ਉਹ ਅੱਛਾ ਮੇਰੀ ਇੱਕ ਹੋਰ ਬੇਨਤੀ ਸੁਣਿਓ ਸੰਧਾਲਿਆ ਸਾਹਿਬ ਅਸੀਂ ਤਾਂ ਲੋਕਾਂ ਨੇ ਵੀ ਕਹਿੰਨੇ ਕਿ ਠੀਕ ਹੈ ਤੁਹਾਡੇ ਵਸ ਦੀ ਗੱਲ ਨਹੀਂ ਜਿੱਥੇ ਕਲੋਨੀ ਕੱਟ ਹੁੰਦੀ ਨਾ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਦਫ਼ਤਰ ਤਿਆਰ ਕਰਦੇ ਆ ਉਹ ਦਫ਼ਤਰ ਵਿੱਚ ਪੱਥਰ ਬਹੁਤ ਸੋਹਣਾ ਲੱਗਾ ਹੁੰਦਾ ਏਸੀ ਲੱਗਾ ਹੁੰਦਾ ਸੋਫਾ ਬੜਾ ਨਰਮ ਹੁੰਦਾ ਹੀ ਉੱਥੇ ਤੇ ਉੱਥੇ ਇੱਕ ਵੱਡੇ ਸਾਰੇ ਟ ਉਹਦੇ ਵਿੱਚ ਇਦਾਂ ਉਹਨਾਂ ਨੇ ਟੋਟਿਆਂ 'ਚ ਦੱਸਿਆ ਹੁੰਦਾ ਜੀ ਆ ਇਧਰਲੇ ਪਾਸੇ ਨੂੰ ਇੱਕ ਤੋਂ 26 ਨੰਬਰ ਪਲਾਟ ਆ ਇਧਰਲੇ ਪਾਸੇ 27 ਤੋਂ ਲੈ ਕੇ 52 ਨੰਬਰ ਪਲਾਟ ਆ ਆ ਜਿਨ੍ਹਾਂ ਦੇ ਉੱਤੇ ਕਾਂਟੇ ਵੱਜੇ ਇਹ ਵੇਗ ਗਿਆ ਬਾਜੀ ਹੂੰ ਇੱਥੇ ਤਾਂ ਮਿਲਦਾ ਹੀ ਨਹੀਂ ਆ ਮੱਥਾ ਤਾਂ ਮਿਲਦਾ ਹੀ ਨਹੀਂ ਇੱਡਾ ਚੌੜਾ ਉਹਨਾਂ ਨੇ ਜਿੱਥੇ ਬਣਾਏ ਹੁੰਦੇ ਆ ਨਾ ਉਹ ਤੁਸੀਂ ਉਹਦੇ ਫੋਨ ਨਾਲ ਫੋਟੋ ਖਿੱਚ ਕੇ ਨਾ ਇੱਕ ਉਹਨਾਂ ਤੋਂ ਫਰਦ ਦੀ ਕਾਪੀ ਲੈ ਕੇ ਸਿੱਧੇ ਤਹਿਸੀਲੇ ਜਾਇਆ ਕਰੋ ਭਈ ਨਾ ਕਿਉਂਕਿ ਉਹਨਾਂ ਨੇ ਪਤਾ ਨਹੀਂ ਕਦੋਂ ਉਹ ਸ਼ੀਸ਼ਾ ਚੱਕ ਕੇ ਵਿੱਚੋਂ ਕੱਢ ਲੈਣੇ ਤੇ ਤੁਹਾਡੀ ਜੇਬ ਵਿੱਚੋਂ ਸਾਰਾ ਕੁਝ ਨਿਕਲ ਜਾਂਦਾ ਆ ਇਹ ਚਲੋ ਇਹ ਕਹਾਂ ਤੋਂ ਭਾਵੇ ਆ ਜੀ ਵੀ ਜੇ ਠੰਡਾ ਉਹ ਕਹਿੰਦੇ ਵੀ ਅਸੀਂ ਇਹਨੂੰ ਸਹੀ ਕਰਨਾ ਆਪਾਂ ਨਹੀਂ ਕਹਦੇ ਵੀ ਬਾੜਾ ਕਿਉਂਕਿ ਯਾਰ ਹਰੇਕ ਨੂੰ ਥਾਂ ਦਾ ਚਾਹੀਦਾ ਹੀ ਹੈ ਰਹਿਣਾ ਹਰੇਕ ਨੇ ਉਹਨੂੰ ਥੋੜਾ ਤੁਸੀਂ ਰੈਗੂਲਰ ਕਰ ਲਓ ਜੀ ਆਪਾਂ ਇਹ ਵੀ ਨਹੀਂ ਆਂਦੇ ਵੀ ਕੋਈ ਕਲੋਨੀ ਕੱਟਣ ਵਾਲਾ ਕਿਉਂ ਕੱਟਦਾ ਅਗਲੇ ਦਾ ਕਾਰੋਬਾਰ ਅਗਲਾ ਕੱਟਦਾ ਸਰਕਾਰ ਨੂੰ ਤਾਂ ਸਿਰਫ ਇੱਕੋ ਹੀ ਮੁਸ਼ਕਿਲ ਹੈ ਨਾ ਵੀ ਯਾਰ ਥੋੜੀ ਜੈਨੂਨ ਹੋਵੇ ਸਾਨੂੰ ਵੀ ਸਾਡਾ ਜਿਹੜਾ ਖਰਚਾ ਉਹ ਮਿਲ ਜਵੇ ਤੇ ਜਿਹੜੇ ਬੰਦੇ ਨੇ ਰਹਿਣਾ ਉਹਨੂੰ ਫੈਸਿਲਿਟੀ ਮਿਲ ਜਵੇ ਇਹ ਕਿੱਡੀਕ ਮਤਲਬ ਕਹਾਣੀ ਆ ਜਿਹੜੀ ਇਹ ਰੈਗੂਲਰ ਨਹੀਂ ਕੀਤੀ ਜਾ ਸਕਦੀ ਇਹ ਸਮਝੋ ਬਾਰ ਨਹੀ ਬਹੁਤ ਜ਼ਰੂਰੀ ਆ ਸੰਧਾਲੀਆ ਸਾਹਿਬ ਤੁਸੀਂ ਇੱਕ ਗੱਲ ਬੜੇ ਧਿਆਨ ਨਾਲ ਦੇਖੋ ਉੱਥੇ ਪਹਿਲਾਂ ਜਾਂਦੇ ਪਤਾ ਕਿੰਨੇ ਨੇ ਇਹ ਕਲੋਨੀ ਇੱਕ ਗੇਟ ਭਰਾ ਜੀ ਇੱਥੇ ਇੱਕ ਗੇਟ ਇਧਰਲੇ ਪਾਸੇ ਚੌਂਕੀ ਦਾ ਰ ਇਧਰਲੇ ਪਾਸੇ ਸਿਕਿਉਰਿਟੀ ਵਾਲਾ ਇਧਰਲੇ ਪਾਸੇ ਫालतू ਬੰਦਾ ਵੜਨਾ ਹੀ ਨਹੀਂ ਇੱਥੇ ਹਾਂ ਵਿੱਚ ਪਾਰਕ ਜੀ ਆ ਸਾਰਾ ਪਾਰਕ ਹਾਂ ਗ੍ਰੀਨ ਜ ਫਿਰ ਉਸੇ ਦੇ ਉਨੇ ਦਾ ਨਕਸ਼ਾ ਲਾਉਂਦਾ ਕਹਿੰਦਾ ਇਹ ਫਿਰ ਉਹ ਕੋਲੋਨਾਈਜ਼ਰ ਕਹਿੰਦੇ ਯਾਰ پارک ਛੱਡੋ ਇੱਥੇ ਹੁਣ ਦੁਕਾਨਾਂ ਕੱਢ ਦਿੰਦੇ ਜਿਹੜੇ ਕਹਿੰਦੇ ਨਾ ਇਹ ਤੇ ਫਾਲਤੂ ਬੰਦਾ ਨਹੀਂ ਬੜੂ ਮੁੜ ਕੇ ਆਪ ਹੀ ਨਹੀਂ ਬੜਦੇ ਹੁੰਦੇ ਉੱਥੇ ਸਾਰੇ ਮਾੜੇ ਨਹੀਂ ਮਾੜਿਆਂ ਨੂੰ ਕਹਿੰਦੇ ਦੇਖੋ ਆਪਾਂ ਤਾਂ ਹੀ ਬੇਨਤੀ ਕਰਦੇ ਆਂ ਵੀ ਜੇ ਸਰਕਾਰ ਕਹਿੰਦੀ ਪਈ ਸਾਰਾ ਕੁਝ ਦਰੋਸਤ ਕਰਨਾ ਆਪਾਂ ਸ਼ੁਰੂ ਖੇਡਾਂ ਤੋਂ ਹੋਏ ਸੀ ਜੀ ਉਹਨਾਂ ਖੇਡਾਂ ਤੋਂ ਇਹ ਵੀ ਖੇਡਾਂ ਹੀ ਨੇ ਕਿ ਉਹ ਸਾਰੀਆਂ ਖੇਡਾਂ ਨੂੰ ਜੇ ਤੁਸੀਂ ਸਹੀ ਕਰ ਲਓ ਤੇ ਉਹ ਜਾਨੇ ਲੋਕਾਂ ਦਾ ਵੀ ਮਸਲਾ ਹੱਲ ਹੋ ਜਾਊਗਾ ਕਿਉਂਕਿ ਇਹਨਾਂ ਸਾਰੀਆਂ ਨਿੱਕੀਆਂ 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 ਮੁਸ਼ਕਲਾਂ ਨੂੰ ਜੋੜ ਕੇ ਵੱਡੀਆਂ ਮੁਸ਼ਕਲਾਂ ਬਣਦੀਆਂ ਨੇ ਇਹ ਹੱਲ ਹੋਣੀਆਂ ਇਹਦੇ ਪੰਜਾਬ ਸਹੀ ਹੋ ਜੂ ਨਹੀਂ ਬਹੁਤ ਜ਼ਰੂਰੀ ਹੈ ਜੀ ਬਾਕੀ ਰਜਿਸਟਰੀਆਂ ਸ਼ੁਰੂ ਹੁਣ ਸਹੀ ਰਜਿਸਟਰੀਆਂ ਬਿਨਾਂ ਰਿਸ਼ਵਤ ਤੋਂ ਹੁਣ ਵਧੀਆ ਤਰੀਕੇ ਦੇ ਨਾਲ ਲੋਕਾਂ ਨੂੰ ਫੈਸਿਲਿਟੀ ਦਿਓ ਬਹੁਤ ਸ਼ੁਕਰੀਆ ਧੰਨਵਾਦ ਆ ਇੱਕ ਵਿੱਚ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ